ਔਰ ਜਾਗਰ ਸਿਆ ਸਤਿ ਸ਼੍ਰੀ ਅਕਾਲ ਬਈ ਗੁਰਦਿੱਤ ਸਿਆ ਸਵੇਰ ਦੀ ਸੈਰ ਦਾ ਨਗਾ ਤਾਂ ਤੂੰ ਵੀ ਨਹੀਂ ਪੈਣ ਦਿੰਦਾ ਉਹ ਬਈ ਸੋਚਾ ਸੀ ਆ ਬੁੱਢਾ ਹੋਇਆ ਸ਼ੇਖ ਫਰੀਦਾ ਤੇ ਕੰਮਣ ਲੱਗੀ ਦੇ ਬੁੱਢੇ ਹੱਡਾਂ ਨੂੰ ਨੀਂਦ ਕਿੱਥੇ ਆਉਂਦੀ ਏ ਫਿਰ ਕੀ ਕਰੀਏ ਸਰਗੀ ਵੇਲੇ ਜਾਗ ਜਾਈਦਾ ਰੱਬ ਦਾ ਨਾਂ ਲਓ ਸੈਰ ਕਰੋ ਉਹ ਕੁਛ ਕਰਨ ਦੀ ਲੋੜ ਵੀ ਕੀ ਹੈ ਕਿਹੜੀ ਚੀਜ਼ ਦਾ ਘਾਟਾ ਛੱਡਿਆ ਨੀਲੀ ਛਤਰੀ ਵਾਲੇ ਨੇ ਮੈਂ ਸੁਣਿਆ ਤੇਰਾ ਪੋਤਾ ਹੈ ਇੰਗਲੈਂਡ ਤੋਂ ਤੂੰ ਠੀਕ ਸੁਣਿਆ ਜਾਗਦਾ 20 ਸਾਲਾਂ ਬਾਅਦ ਆਪਣੇ ਪੋਤੇ ਦਾ ਮੂੰਹ ਵੇਖਾਂਗਾ ਮੈਂ ਉੱਪਰ ਵਾਲੇ ਦਾ ਇਨਸਾਫ਼ ਪੱਕਾ ਹੁੰਦਾ ਬੰਦੇ ਦੀ ਸੁਣਦਾ ਜ਼ਰੂਰ ਹੈ ਕਿਸੇ ਦੀ ਪਹਿਲਾਂ ਕਿਸੇ ਦੀ ਮਗਰੋਂ ਹਾਂ ਮੈਨੂੰ ਤੇ ਐਵੇਂ ਜਾਪਦਾ ਹੈ ਜਿਵੇਂ ਮੇਰਾ ਆਪਣਾ ਮੁੰਡਾ ਆ ਰਿਹਾ ਹੋਵੇ ਉਹ ਖੂਨ ਤਾਂ ਤੇਰੇ ਹੀ ਹੈ ਗੁਰਦਿੱਤ ਸਿਆ ਰੱਬ ਨੇ ਪੁੱਤ ਵਾਪਸ ਲਿਆ ਸੀ ਪੋਤਾ ਭੇਜ ਰਿਹਾ ਉਹਦੀਆਂ ਖੇਡਾਂ ਨੇ ਜਿਵੇਂ ਜਿਵੇਂ ਖੇਡਾਂਦਾ ਆਪਾਂ ਖੇਡੀ ਜਾਂਦੇ ਹਾਂ ਗੁਰਦਿੱਤ ਸਿਆ ਕਈ ਖੇਡਾਂ ਬੰਦੇ ਨੂੰ ਆਪ ਵੀ ਖੇਡਣੀਆਂ ਪੈਂਦੀਆਂ ਨੇ ਹੁਣ ਪੋਤਾ ਆਇਆ ਤਾਂ ਵਾਪਸ ਨਾ ਜਾਣਦਾ ਹੀ ਕੋਈ ਕੁੜੀ ਲੱਭ ਕੇ ਪੱਕਾ ਜੋੜ ਪਾ ਦੇ ਵਿਆਹ ਦਾ ਤੇ ਨਾਲੇ ਜੇ ਬਾਹਰ ਜਾਊਗਾ ਵੀ ਵਾਪਸ ਤਾਂ ਛੇਤੀ ਛੇਤੀ ਇੱਧਰ ਆ ਜਾ ਕਰੂਗਾ ਜਾਗਰ ਸਿਆ ਗੱਲ ਤਾਂ ਤੇਰੀ 100% ਠੀਕ ਆ ਪਰ ਜੋ ਰੱਬ ਨੂੰ ਮਨਜ਼ੂਰ ਆਪਣੇ ਹੱਥ ਕੀ ਆ ਹੈ ਆ ਜਾ ਚਲੋ ਲਾਈਏ ਫਿਰ ਸੀਪ ਮਿਸਟਰ ਅੰਗਰੇਜ਼ ਤੂੰ ਕੱਲ ਬੂਰੀ ਮੱਝ ਵਾਸ਼ ਨਹੀਂ ਕੀਤੀ ਤੇਰੀ ਸਜ਼ਾ ਵੀ ਆਥਣ ਦੀ ਰੋਟੀ ਸਿਰਫ ਗੰਢੇ ਨਾਲ ਹਾਂ ਬਈ ਤੇਰੀ ਕੀ ਸੀਪ ਲਾਈਏ ਰਾਮੂ ਐਕਸਪ੍ਰੈਸ ਜ਼ਰਦਾਬਾਦ ਔਰ ਕਾਮ ਘਾਟ ਕਰਨੇ ਵਾਲੇ ਤੂੰ ਕੱਲ ਮੋਟਰ ਚਾਲਤੀ ਛਾੜ ਆਇਆ ਔਰ ਪਾਠੇ ਗਵਾਂਢੀਓ ਕੇ ਵਾਢ ਲਾਇਆ ਤੇਰੀ ਸਜ਼ਾ ਵੀ ਤੇਰਾ 2 ਦਿਨ ਲਈ ਰੇਡੀਓ ਸੁਣਨਾ ਬੰਦ ਨਖਰੇ ਵਿਣ ਸੋਹਣੀ ਤੀਵੀ ਭੋਰਾ ਵੀ ਜਚਦੀ ਨਾ ਤੇ ਬੋਜੀ ਕੱਲ ਤੁਸੀਂ ਦਾਦਾ ਜੀ ਦੇ ਕੱਪੜੇ ਪ੍ਰੈਸ ਨਹੀਂ ਕੀਤੇ ਚੋਰੀ ਮਲਾਈ ਖਾਂਦੀ ਮੈਂ ਦੇਖੀ ਤੈਨੂੰ ਹੁਣ ਕੀ ਸਜ਼ਾ ਦਈਏ ਹੋ ਜਾਂਦੀਆਂ ਗਲਤੀਆਂ ਨੋ ਸੀ ਚੁੱਪ ਕਰ ਲੈ ਹੁਣੀ ਚੁੱਪ ਕਰਨ ਨੂੰ ਕਹੀ ਜਾਂਦੀ ਹੈ ਦਾਦਾ ਜੀ ਦਾਦਾ ਜੀ ਨਹੀਂ ਮੈਨੂੰ ਕਹਿੰਦਾ ਜੀ ਕਹਿ ਕੇ ਬੁਲਾ ਦਾਦਾ ਜੀ ਆ ਗਏ ਬਾਕੀ ਸੀਪ ਕੀ ਹੋ ਰਿਹਾ ਬਈ ਖੋਜੀਆ ਦਾਦਾ ਜੀ ਅੱਜ ਨਾ ਤੁਹਾਡੇ ਖੋਜੀ ਨੇ ਕੱਲੇ ਕੱਲੇ ਸਰਵੈਂਟ ਦੀ ਕਲਾਸ ਲਈ ਹੈ ਜੀ ਹਰੇਕ ਦੀ ਸੀਪ ਲਾਤੀ ਤੁਸੀਂ ਆਪਣੇ ਨਰਮ ਸੁਭਾਅ ਕਰਕੇ ਜਿਆਦਾ ਸਿਰ ਤੇ ਚੜਾ ਲੇ ਤੂੰ ਡਰਮੇ ਬਾਜੀ ਬੰਦ ਕਰ ਨਾਲ ਆ ਮੇਰੇ ਜੀ ਤੈਨੂੰ ਪਤਾ ਕੱਲ ਕੌਣ ਆ ਰਿਹਾ ਆਪਣੇ ਖਾਸ ਮਹਿਮਾਨਾਂ ਨੇ ਆਉਣਾ ਜੀ ਓਏ ਮਹਿਮਾਨਾਂ ਨੇ ਨਹੀਂ ਮੂਰਖਾ ਘਰ ਦਾ ਵਾਰਸ ਆ ਰਿਹਾ ਰੂਪ ਆ ਰਿਹਾ ਲੰਡਨ ਤੋਂ ਮੇਰਾ ਪੋਤਾ ਰੂਪ ਆਪਾਂ ਫੁੱਲ ਸੇਵਾ ਕਰਨੀ ਜੀ ਉਹਨਾਂ ਦੀ ਫਿਰ ਜਦੋਂ ਆਪਾਂ ਉੱਥੇ ਗਏ ਉਹ ਆਪਣੀ ਸੇਵਾ ਕਰਨਗੇ ਤਾਂ ਤੂੰ ਚੁੱਪ ਨਹੀਂ ਰਿਹਾ ਜਾਂਦਾ ਦੇਖ ਪੁੱਤਰ ਉਹਦੇ ਨਾਲ ਉਹਦਾ ਇੱਕ ਦੋਸਤ ਵੀ ਆ ਰਿਹਾ ਤੇ ਦੋਹਾਂ ਲਈ ਅਲੱਗ ਅਲੱਗ ਕਮਰਾ ਤਿਆਰ ਕਰਾ ਦੇ ਸਮਝੋ ਜੀ ਕਰਤੇ ਦੇਖ ਪੁੱਤਰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਮੇਰਾ ਪੋਤਾ ਪਹਿਲੀ ਵਾਰ ਪੰਜਾਬ ਆ ਰਿਹਾ ਮੈਂ ਤੇ ਮੇਰੀ ਪਿੱਠ ਲਵਾ ਦੇ ਆਈ ਨਹੀਂ ਤੁਹਾਡਾ ਕੋ ਜੀ ਸੀਪ ਲੱਗਣ ਦਿੰਦਾ ਜਿੰਨਾ ਨਿੱਕਾ ਉਹਨਾਂ ਹੀ ਤਿੱਖਾ ਉਹ ਤਾਂ ਹੈ ਦਾਰੂ ਪੀਣੀ ਸ਼ੌਕ ਦਿਲਦਾਰਾਂ ਦਾ ਦਿਲ ਦੇਣਾ ਸ਼ੌਕ ਮੁੰਡਿਆਰਾਂ ਦਾ ਪੀਤੀ ਹੋਵੇ ਕੋਲ ਨਾ ਖੜਦੀ ਸੋਫੀ ਨੂੰ ਜੀ ਜੀ ਕਰਦੀ ਆ ਲੋ ਜੀ ਦਾਦਾ ਜੀ ਚੱਕ ਲੋ ਰੱਬ ਦਾ ਨਾਂ ਲੈ ਕੇ ਪਤਾ ਨਹੀਂ ਆ ਰਹੇ ਮਾੜੀ ਆਦਤ ਕਿੱਥੋਂ ਪੈ ਗਈ ਪੀਤੇ ਬਿਨਾਂ ਨੀਂਦ ਹੀ ਨਹੀਂ ਆਉਂਦੀ ਦਾਦਾ ਜੀ ਦਾਰੂ ਨੂੰ ਮਾੜੀ ਨਾ ਕਹੋ ਮੇਰੇ ਤੋਂ ਨਾ ਬਰਦਾਸ਼ਤ ਨਹੀਂ ਹੁੰਦਾ ਆ ਦੇਖੋ ਇਹ ਤਾਂ ਕਰਮ ਵਾਲਿਆਂ ਨੂੰ ਨਸੀਬ ਹੁੰਦੀ ਹੈ ਨਾਲੇ 8ਵੇਂ ਸਮੁੰਦਰ ਦਾ ਪਾਣੀ ਹੈ ਤੂੰ ਮੈਨੂੰ ਜ਼ਿਆਦਾ ਖਰਾਬ ਕਰਨਾ ਜੇ ਮੇਰਾ ਚਿੱਤ ਨਾ ਵੀ ਕਰੇ ਨਾ ਤੂੰ ਮੈਨੂੰ ਧੱਕੇ ਜੋਰੀ ਪਿਲਾ ਦੇਣਾ ਕਿਹੜੀਆਂ ਗੱਲਾਂ 'ਚ ਪੈ ਗਏ ਦਾਦਾ ਜੀ ਦਾਰੂ ਗੱਲਾਂ ਨੂੰ ਘਿਓ ਮੱਲਾਂ ਨੂੰ ਇਹਨੂੰ ਵਿਕੇ ਦਾ ਬੰਦਾ ਲਾਲ ਸੁਰਖ ਰਹਿੰਦਾ ਚੱਕੋ ਪੈਗ ਨਾ ਮੈਂ ਸੋਚ ਰਿਹਾ ਕੱਲ ਨੂੰ ਮੁੰਡੇ ਆ ਜਾਣਗੇ ਉਹਨਾਂ ਦੇ ਸਾਹਮਣੇ ਪੀਂਦਾ ਮੈਂ ਚੰਗਾ ਲੱਗੂ ਛਿੜ ਛਿੜ ਤਾਂ ਬਾਹਰਲੇ ਵੀ ਲਾ ਹੀ ਲੈਂਦੇ ਜੀ ਘਬਰਾਓ ਨਾ ਹਾਂ ਪਰ ਜੇ ਉਹ ਨਾ ਲੈਂਦੇ ਹੋਏ ਫੇਰ ਦਾਦਾ ਜੀ ਹਾਂ ਤੁਸੀਂ ਮੈਨੂੰ ਵੀ ਚਿੰਤਾ 'ਚ ਪਤਾ ਕੀ ਕਰਾਂਗੇ ਦਰ ਫਟਿਆ ਮੂੰਹ ਓਏ ਖੋਜੀ ਨਾ ਰਖਾਈ ਬੈਠਾ ਤਾਂ ਕੋਈ ਖੋਜ ਕੱਢ ਦਾਦਾ ਜੀ ਕੱਲ ਦੀ ਗੱਲ ਕੱਲ ਤੇ ਛੱਡੋ ਅੱਜ ਦਾ ਸਵਾਦ ਨਾ ਖਰਾਬ ਕਰੋ ਖਿੱਚੋ ਪੈਗ ਦੇਖ ਲੈ ਫੇਰ ਹਾਂ ਲਾਵਾਂਗੇ ਸੀ ਪਾਪਾ ਖਿੱਚੋ ਮਜ਼ਾ ਆ ਗਿਆ ਹੋਰ ਲਿਆ ਮਾ ਜੀ ਲਿਆ ਫਿਰ ਲੱਗਦਾ ਤਾਂ ਆਪਣਾ ਹੀ ਸਰਦਾਰ ਹੈ ਤੁਹਾਡਾ ਹੀ ਨਾ ਰੂਪ ਹੈ ਮਾਲਕੋ ਓ ਯੇ ਮਾਈ ਰੂਪ ਹੈ ਜੀ ਆਇਆ ਨੂੰ ਜੀ ਵੈਲਕਮ ਤੁਹਾਨੂੰ ਤਾਂ ਦਾਦਾ ਜੀ ਕਿਹੜੇ ਵੇਲੇ ਦੇ ਡਿੱਕੀ ਜਾਂਦੇ ਨੇ ਉਹ ਦੇਖੋ
ਤੇਰੀ ਨਹੀਂ ਪੁੱਤੇ ਮੇਰੇ ਸੀਨੇ ਨਾਲ ਲੱਗ ਮੁੱਦਤਾ ਹੋ ਗਈ ਉਡੀਕਦਿਆ ਮੇਰਾ ਕਲੇਜਾ ਠੰਡਾ ਕਰਦੇ ਪੁੱਤਰ ਸ਼ੁਕਰੇ ਉਸ ਵਾਹਿਗੁਰੂ ਦਾ ਇਹਨੇ ਚੁੰਦੇ ਜੀ ਮੈਨੂੰ ਆਪਣੇ ਪੋਤੇ ਨਾਲ ਮਿਲਾ ਤਾ ਪਰ ਤੂੰ ਤਾਂ ਜਮਾ ਆਪਣੇ ਪਿਓ ਤੇ ਗਿਆ ਸਮੇਂ ਦਾ ਸਮਾਂ ਤੁਸੀਂ ਠੀਕ ਹੈ ਦਾਦਾ ਜੀ ਹਾਂ ਪੁੱਤਰ ਤੂੰ ਆ ਗਿਆ ਮੈਂ ਤਾਂ ਕਾਇਮ ਹੋ ਗਿਆ ਮੇਰੀ ਤਾਂ 20 ਸਾਲ ਉਮਰ ਵੱਧ ਗਈ ਹੈ ਸਫਰ ਠੀਕ ਰਿਹਾ ਨਾ ਪੁੱਤਰ ਗੁੱਡ ਸੀ ਗ੍ਰੇਟ ਨਾਲੇ ਤੂੰ ਕਹਿ ਰਿਹਾ ਸੀ ਤੇਰਾ ਬੇਲੀ ਆ ਰਿਹਾ ਆਇਆ ਨਹੀਂ ਓ ਯੇ 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 ਓ ਕਾਰ ਦੀ ਬੈਕ ਸੀਟ ਤੇ ਪਿਆ ਚੰਗਾ ਜੀ Am I safe? Where is Roop? Roop? ਕਿੱਥੇ ਮੈਂ ਪਿੰਡ ਦਾ ਨਾਮ ਫਰਮਾਹੀ ਹੈ ਮਾਲਕੋ ਤੇ ਇਸ ਵਕਤ ਤੁਸੀਂ ਦਾਦਾ ਜੀ ਦੇ ਘਰ ਚ ਗੱਡੀ ਚ ਲੰਮ ਲੇਟ ਪਏ ਸੀ That's great. I know we are bit late. ਆ ਮੈਨੂੰ ਦੇ ਦਿਆ ਜੀ Hey, don't touch it. This is my personal handycam, you know. ਕਿਦਾਂ ਇੰਦੀਆਂ ਚੋਰੀਆਂ ਬਹੁਤ ਕਰਦੀ ਆ I know, huh? ਤੂੰ ਕੌਣ ਆ? ਖੋਜੀ ਗੌਜੀ ਨਹੀਂ ਖੋਜੀ ਖੋਜੀ ਗੌਜੀ ਗਲਤ ਸੀਪ ਨਾ ਲਾਓ ਹੌਲੀ ਹੌਲੀ ਸਿਖਾ ਦਿਆਂਗੇ ਚਲ ਸਮਾਰਟ ਆਓ ਜੀ ਦਾਦਾ ਜੀ ਨੂੰ ਮਿਲੋ ਵੇਸ ਦਾਦਾ ਜੀ ਹੈਲੋ ਦਾਦਾ ਜੀ ਡੀਜੇ ਹਪ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੋਨਾ ਓਏ ਕਾਕਾ ਜੇ ਮੈਂ ਇਹਦਾ ਦਾਦਾ ਹੋਇਆ ਤਾਂ ਤੇਰਾ ਵੀ ਦਾਦਾ ਹੀ ਹੋਇਆ ਨਾ ਓ ਆਮ ਸੋ ਸੌਰੀ ਹੀ ਇਜ਼ ਵੈਰੀ ਰਾਈਟ ਹਾਂ ਕਿਦਾਂ ਮੈਂ ਹੁਣ ਤੁਹਾਨੂੰ ਨਾ ਦਾਦਾ ਅੰਕਲ ਜੀ ਕਹਿਣਾ ਹੈ ਦਾਦਾ ਅੰਕਲ ਜੀ ਸਤਿ ਸ਼੍ਰੀ ਅਕਾਲ ਜਦ ਦਾਦਾ ਜੀ ਕਹਤਾ ਫਿਰ ਅੰਕਲ ਕਹਿਣ ਦੀ ਕੀ ਲੋੜ ਹੈ ਇਜ਼ ਆਲ ਸੋ ਰਾਈਟ ਹਾਂ ਯੂ ਸੋ ਸਮਾਰਟ ਮਿਸਟਰ ਖੋਜੀ ਖੋਜੀ ਨਹੀਂ ਖੋਜੀ ਕਿਉਂ ਜੀ ਖੋਜੀ ਖੋਜੀ ਪਰ ਅੰਕਲ ਜੀ ਜਿੱਦ ਖੋਜੀ ਕੌਣੀ ਆ ਚਲੋ ਛੱਡੋ ਪਰ ਹਾਂ ਕਾਕਾ ਸਫ਼ਰ ਚ ਕੋਈ ਤਕਲੀਫ ਤਾਂ ਨਹੀਂ ਹੋਈ ਨੋ ਕਿਦਾ ਪਲੇਨ ਚ ਤਾਂ ਸਾਰਾ ਠੀਕ ਹੀ ਰਿਹਾ ਜੀ ਪਰ ਜਦੋਂ ਇੱਥੇ ਆ ਕੇ ਗੱਡੀ ਚ ਬੈਠੇ ਆ ਨਾ ਯੂ ਕੈਨਟ ਬਿਲੀਵ ਆਈ ਵਾਸ ਅਬਾਊਟ ਟੂ ਡਾਈ ਇੱਥੇ ਕਿਦਾ ਰੋਡ ਤੇ ਸਿਸਟਮ ਹੀ ਨਹੀਂ ਹੈ ਕੋਈ ਯੇ ਐਵਰੀ 5 ਮਿੰਟਸ ਟ੍ਰੈਫਿਕ ਸਟਕ ਹੋ ਜਾਂਦੇ ਮੈਂ ਤਾਂ 1 ਮਿੰਟ ਵੀ ਆਈਜ਼ ਨਹੀਂ ਸ਼ਟ ਕਰ ਸਕਿਆ ਇਨ ਦਿਟ ਐਂਡ ਆਈ ਸਾ ਸੋ ਮਨੀ ਸ਼ੀਪ ਔਨ ਦਾ ਰੋਡ ਵੀ ਬਿਲੀਵ ਕਿਦਾ ਸੜਕ ਦੇ ਉੱਤੇ ਪੀਟਾਂ ਦੇਖੀਆਂ ਪੀਟਾਂ ਪੀਟਾਂ ਨਹੀਂ ਪੇਡਾ ਆ ਤੇ ਕਿਦਾ ਸੇਮ ਹੈ ਯਾ ਰੁਕ ਕਿਦਾ ਯੂ ਰਿਮੈਂਬਰ ਕਿ ਸੜਕ ਤੇ ਹਾਥੀ ਦੇਖਿਆ ਓ ਯੇ 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 ਲੈਂਦੀਆ ਕਿਦਾ ਗ੍ਰੇਟ ਆ ਇੱਥੇ ਦਾ ਹਾਥੀ ਵੀ ਮੰਗਲ ਲਾਇਆ ਆ ਅੰਕਲ ਯੂ ਕੈਨਟ ਬਿਲੀਵ ਮੈਂ ਤਾਂ ਨਾ ਕਿਦਾ ਸਾਰਾ ਕੁਝ ਰੱਬ ਤੇ ਸਿੱਟ ਕੇ ਬੈਕ ਤੇ ਪੈ ਗਿਆ ਜਾ ਕੇ ਮੈਂ ਕਿਹਾ ਜੇ ਤਾਂ ਠੀਕ ਠਾਕ 8 ਪਏ ਫੇਰ ਤਾਂ ਕਿਦਾ ਦਾਦਾ ਜੀ ਦੇ ਘਰ ਨਹੀਂ ਤਾਂ ਵਾਹਿਗੁਰੂ ਜੀ ਦੇ ਘਰ ਨਾਈਸ ਹਾਊਸ ਹਾਂ ਰੂਪਸ ਕਿਦਾਂ ਲੰਡਨ ਚ ਹੁੰਦਾ ਨਾ 4-5 ਮਿਲੀਅਨ ਦਾ ਹੋਣਾ ਸੀ ਓ ਯੇ ਓ ਲੰਡਨ ਨੂੰ ਛੱਡੋ ਮਾਲ ਕੋ ਵਾਪਸ ਇੱਥੇ ਆ ਜਾਓ ਪੰਜਾਬ 'ਚ ਤਾਂ ਕੋਠੀ ਤੇ ਕੋਠੀ ਚੜੀ ਪਈ ਐ ਕਿੰਨੇ ਅਕ ਦੀ ਗਿਣਤੀ ਕਰੋਗੇ ਕਿਦਾਂ ਅੰਕਲ ਜੀ ਸੌਰੀ ਦਾਦਾ ਜੀ ਖਾਣੀਆਂ ਇਹ ਖੋਜੀ ਐ ਨਹੀਂ ਕੋਜੀ ਮਤਲਬ ਠੀਕ ਐ ਕੋਜੀ ਮਤਲਬ ਕੌਣ ਹੁੰਦੇ ਆ ਖੋਜੀ ਮੇਰਾ ਨਾਂ ਹੈ ਭਾਈ ਕਿਦਾਂ ਤੂੰ ਚੁੱਪ ਕਰ ਸਕਦੇ ਆ ਗੱਲ ਕਰ ਲੈਂਦੇ ਓ ਅੱਛਾ ਅੱਛਾ ਮੈਂ ਸਮਝ ਗਿਆ ਭਾਈ ਇਹ ਘਰ ਦਾ ਚੌਧਰੀ ਐ ਇਹਦੇ ਬਗੈਰ ਤਾਂ ਮੈਂ ਵੀ ਕਿਸੇ ਕੰਮ ਦਾ ਨਹੀਂ Oh, okay. Now I got the point. You mean to say short man, big gun. ਹੁਣ ਜਮਾ ਠੀਕ ਸੀ ਭਲਾਈ ਹੈ ਸੋ ਸਮਾਰਟ ਹਾਂ ਬਿਊਟੀਫੁਲ ਰੂਪਸ ਕਿੱਦਾਂ ਲੱਗਦਾ ਤੇਰਾ ਦਾਦਾ ਜੀ ਦਾ ਕਿੰਗਿਆ ਸੱਚ ਹੈ ਬਿਗ ਹਾਊਸ ਨੌਕਰਾਂ ਦੀ ਕਿੱਦਾਂ ਪਲਟਣੀ ਆ ਕਿਦਾਂ ਮੈਂ ਇੱਥੇ ਜੰਮਣਾ ਸੀ ਨਾ ਕਿਦਾਂ ਮੈਂ ਇੱਥੇ ਰਹਿਣਾ ਸੀ ਜਾਣਾ ਨਹੀਂ ਸੀ ਹੂੰ ਕੀ ਸੋਚਦਾ ਆ ਮੈਂ ਹੈਰਾਨ ਆ ਮੇਰੇ ਡੈਡ ਇੰਨੀ ਪ੍ਰਾਪਰਟੀ ਇੰਨੀ ਨਾਈਸ ਪਲੇਸ ਛੱਡ ਕੇ ਯੂਕੇ ਕੀ ਕਰਨ ਗਏ ਸੀ ਮੈਰਿਜ ਕਰਾ ਲਈ ਸੀ ਮਨੀ ਅਰਨ ਕਰ ਲਿਆ ਸੀ ਵਾਪਸ ਆ ਜਾਂਦੇ ਸ਼ਾਇਦ ਲਾਈਫ ਬਚ ਜਾਣੀ ਸੀ ਹੇ ਡੂਡ ਡੋਨਟ ਬੀ ਸੈਡ ਕਿਦਾਂ ਆਪਾਂ ਇੱਥੇ ਰਹਿਣਾ ਹੈ ਹੁਣ ਦੇਖਣ ਨੂੰ ਬਿਊਟੀਫੁਲ ਲੱਗਦਾ ਹੈ ਮਾਲਕ ਜਦੋਂ ਤਾਂ ਪੈਂਦੀ ਹੈ ਸਰਦੀਆਂ ਦੀ ਧੁੰਦ ਉਹ ਤਾਂ ਲੱਗਦਾ ਨਿਰਾ ਸਵਰਗ ਜਦੋਂ ਜੇਠਾੜ ਦੇ ਮਹੀਨੇ ਚ ਕੜਕਦੀ ਧੁੱਪ ਚ ਛੱਲੀ ਵਾਂਗੂ ਭੋਜਦਾ ਨਾ ਪਿੰਡਾ ਤੇ ਉੱਪਰੋਂ ਲੱਗਦਾ ਬਿਜਲੀ ਦਾ ਕੱਟ ਫੇਰ ਨਹੀਂ ਕੋਈ ਇੱਥੇ ਰਹਿਣਾ ਮੰਗਦਾ ਹਫਤਾ ਨਹੀਂ ਟਿਕਾਉਣਾ ਜੀ ਬਾਹਰ ਆ ਜੂ ਤੂੰ ਚੰਗਾ ਬੰਦਾ ਹੈ ਜਿੱਥੇ ਰਹਿਣਾ ਉਹਨੂੰ ਹੀ ਬੈਠ ਕੇ ਹੀ ਜਾਣਾ ਹੈ ਮਾਲਕ ਤੁਸੀਂ ਬਾਹਰ ਲੈਨੇ ਨਜ਼ਾਰੇ ਇੱਥੇ ਤਾਂ ਚਾਰ ਦਿਨਾਂ ਦਾ ਮੇਲਾ ਹੀ ਚੰਗਾ ਜੀ ਐਸ਼ਾਂ ਕਰਦਾ ਹੈ ਇੱਥੇ ਤੂੰ ਜੇ ਉੱਥੇ ਦਾ ਨਜ਼ਾਰਾ ਦੇਖਿਆ 1 ਮਹੀਨਾ ਨਹੀਂ ਰਹਿ ਸਕਦਾ ਉੱਥੇ ਤੂੰ ਤੁਸੀਂ ਲੈ ਕੇ ਤਾਂ ਜਾਓ ਮਾਲਕੋ ਕੁੱਤਾ ਹੋਵੇ ਜਿਹੜਾ ਵਾਪਸ ਮੁੜੇ ਮੈਂ ਤਾਂ ਤੁਹਾਡੇ ਪੈਰ ਧੋ ਧੋ ਪੀਉਂ ਪਹਿਲਾਂ ਸਾਰੇ ਕਿੱਦਾਂ ਇਦਾਂ ਹੀ ਕਹਿੰਦੇ ਆ ਉੱਥੇ ਜਾ ਕੇ ਫੇਰ ਕਹਿੰਦੇ ਆ ਤੂੰ ਕੌਣ ਆ ਵੀਰ ਜੀ ਸਾਈਡ ਨੂੰ ਹੋ ਜਾ ਪਰ ਆਪਾਂ ਉਹਨਾਂ ਚ ਨਹੀਂ ਮਾਲਕੋ ਇੱਕ ਵਾਰੀ ਜਹਾਜ਼ ਦਾ ਚੜਾਓ
फिर तुसी जिवें कहोगे उवें कर लांगे। किदां वारदात कीड़ा या यार बंदे दे हना बाहर जाना से किदां पुठा लटकन नूं तैयार आ। कर देना काम तेरा देख ला हना। की ना दस्या तू अपना? ओह यस आई रिमेंबर दैट कौशी कौशी। जिवें मर्जी सीप ला लो मालको, पर बाहर वाली गल चेते रखियो। मैं 24 घंटे थोड़ी सेवा च हाजिर हाँ, जेड़ा काम होया मैनूं दस्सियो। मैं जावां भाई जी। डोंट यू वरी हां, थैंक यू सो मच। हे डूड, नाउ आई गॉट द की। किदे दी चाबी मेरे हाथ लग गई आ। इनू किदा हुण बाद दा छल्ला पा के रखणा, देखी किदा काम दा अगे पिछे। हां जी दादी जी, की वेख दिया दादी जी? तैनू वेख रहा पुत्र, तेरा रंग टंग, उठना बैठना सब मेरे गुरनाम वर्गा है, तेरे डैडी वर्गा। जदों ओ इत्थों गया सी ना, जमा तेरे वर्गा सी। मैं उन्हों एयरपोर्ट छड़न गया, मैं अखां भरी खड़ा सी। मैनू कहन लगा, बापू जी मैं पक्का थोड़ी जा रहा। मैं गया ते आया, वो गया सी पुत्र, पर आया तू है। दादा जी उन्हें दी बहुत याद आउंदी है ना? उन्हें भुलिया ही कदों सी पुत्र? 24 सालों का सी जदों इत्थों गया है। तेरी दादी तो उहदे वियोग च पूरी हो गई। जान क्यों दित्ता सी तुसीं उन्हां नूं यूके? बाड़ा जिद्दी सी पुत्र, एक बार गल दिल च आ जाए फिर पूरी करके ही हटदा सी। बाई जी लंडन तक घर दो ही वड्डे हुंदे होणे जी। किदा चौपी रहंदे तू आ घर जिड्डा ते लंडन ही है सारा। दादा जी किदा कहंदे तुसीं, किदा जवानी दे विच एथलीट हुंदे सी किदा? मैं तां हुण वी चौबर आ कुलना। चौबर कुलना, आई कैंट अंडरस्टैंड। ए ठेठ पंजाबी है जी, समझे नहीं? समझा दांगे पर मैनू। जी माय गॉडनेस, जा पुत्र तू अपना काम कर जी। और उब अपना कर कैसा लगा? ग्रेट है दादा जी, तां तो थे लोगों ने डराता सी। हां बट इट डिफरेंट है। आई लाइक इट, अ डीजे भी हैप्पी है। मैं तो ता मन्ना जे तू डीजे नु अथवा पानी पिया दे। नो वेज। किदा मैं तुहाडी हर गल किदा मानदा हां, पर पानी वाली गल मैं नहीं मान सकदा हां। किदा दादा जी मैं अपनी मॉम दी गल इग्नोर नहीं कर सकदा हां। मेरी मॉम कहंदी किदा इंडिया जाके तू जो मर्जी करना हां, पर उथे पानी नहीं पीना, किदा पानी च ना जर्म्स हुंदे आ जी ना। चलो छड्डो जी, क्यों पानी च मधाणी पाउंदे हो? दादा जी रोटी लाइए फिर। की गल भुख नहीं जी? अच्छा अच्छा लाती सेप। तुसी बैठो जी, मैं ओना होनी। भाई पता नहीं उत्थे तुसी की खांदे पींदे होणे हो, इत्थे तां देसी रोटी पानी मिलेगा। किदा आई लाइक देसी रोटी, पर इत्थे देसी पानी नहीं लाइक करदा हां मैं। उत्थे तां किदा घरे घट्टे बणदा आ ना, किदा टू मच टाइम लगदा आ बनाउण ते उत्थे ਤੇ ਕਿਦੇ ਬਾਹਰ ਹੀ ਆਰਡਰ ਕਰ ਲਈਦਾ। ਦਾਦਾ ਜੀ ਅੱਜ ਮੈਂ ਤੁਹਾਡੀ ਇੱਕ ਨਹੀਂ ਸੁਣਨੀ। ਬਾਈ ਜੀ ਹੁਣ ਤੁਸੀਂ ਆ ਗਏ ਹੋ, ਸਮਝਾਓ ਇਹਨਾਂ ਨੂੰ। ਦੇਖੋ ਡਾਕਟਰ ਨੇ ਕਿਹਾ ਵੀ ਸਰਦੀਆਂ 'ਚ 2 ਪੈਗ ਲਾ ਲਿਆ ਕਰੋ, ਇਹਨਾਂ ਨੂੰ ਖੰਘ ਰਹਿੰਦੀ ਹੈ, ਸਮਝਾਓ ਤੁਸੀਂ ਕੁਛ। ਦਾਦਾ ਜੀ ਜੇ ਡਾਕਟਰ ਨੇ ਕਿਹਾ ਫਿਰ ਤਾਂ ਤੁਹਾਨੂੰ ਜ਼ਰੂਰ ਪੀਣੀ ਚਾਹੀਦੀ ਆ, ਹੈ ਨਹੀਂ? ਕਾੜੀ ਬੜੀ ਲੱਗਦੀ ਹੈ ਪੁੱਤਰ। ਕਿਦਾਂ ਮੇਰਾ ਦਾਦਾ ਕਹਿੰਦਾ ਹੈ ਨਾ, ਕਿਦਾਂ ਨਾਸਾ ਘੁੱਟ ਕੇ ਸਿੱਟ ਲਿਆ ਕਰ, ਤੁਸੀਂ ਵੇਦਿਆ ਕਰ ਲਓ। ਨਾਸਾ ਘੁੱਟ ਕੇ ਜੀ? ਆਏ ਤਾਂ ਜਮਾ ਕੌੜੀ ਨਹੀਂ ਲੱਗੀ। ਆ ਲਓ ਜੀ, ਲੈਟ ਮੀ। ਕਿਤੇ ਮੈਂ ਤਾਂ ਨਹੀਂ ਪੀਣੀ, ਆਈ ਡੋਂਟ ਲਾਈਕ ਇਟ ਯੂ ਨੋ। ਕਿਤੇ ਮੈਂ ਤਾਂ ਦਾਦਾ ਜੀ ਨੂੰ ਦੇਣ ਲੱਗੀ ਆ। ਚਲੋ ਹੁਣ ਮੈਂ ਤੁਹਾਡੇ ਨਾਲ ਲੜਾਈ ਤੇ ਨਹੀਂ ਨਾ ਕਰ ਸਕਦਾ। ਕੌੜੀ ਲੱਗੀ ਜੀ? ਹੁਣ ਦਵਾਈ ਤਾਂ ਪੀਣੀ ਤਾਂ ਪੈਣੀ ਹੈ ਨਾ। ਸਤਿ ਸ਼੍ਰੀ ਅਕਾਲ ਬਾਪੂ ਜੀ, ਸਤਿ ਸ਼੍ਰੀ ਅਕਾਲ। ਓ ਜਿੰਦਾ ਰਹਿ ਮੇਰਾ ਪੁੱਤਰ ਓਏ, ਇਹ ਤੂੰ ਨਹੀਂ ਆਈ, ਤੈਨੂੰ ਮੇਰਾ ਪੋਤਾ ਖਿੱਚ ਲਿਆ। ਤੇ ਹੋਰ ਕੀ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਮੈਨੂੰ ਤਾਂ ਜਦੋਂ ਦਾ ਪਤਾ ਲੱਗਿਆ ਨਾ ਵੀ ਰੂਪ ਆਇਆ ਹੋਇਆ, ਮੈਂ ਤਾਂ ਇੱਕ ਬਿੰਦ ਨਹੀਂ ਰੁਕ ਹੋਇਆ। ਸੁਖਨਾ ਕਿੱਥੇ ਆ ਮੇਰਾ ਭਤੀਜਾ? ਇੱਥੇ ਹੀ ਹੈ, ਘਰੇ ਹੀ ਹੈ। ਮਾਰਨਿੰਗ ਦਾਦੀ ਜੀ। ਓਲੇ
ਉਹ ਆ ਗਿਆ ਮਾ ਪੁੱਤਰ ਤੇਰੀ ਭੂਆ ਮਿਲਣ ਆਈ ਹੈ ਤੈਨੂੰ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਕ ਤਾਰਾ ਉੱਗੇ ਸਭੇ ਲੱਜਾਂ ਤੋਏ ਬਾਪੂ ਜੀ ਇਹ ਤਾਂ ਬੜਿਆ ਤਣਿਆ ਮੇਰੇ ਵੀਰੇ ਵਰਗਾ ਜਾਂਦਾ ਰਿਹਾ ਪੁੱਤ ਆ ਜਾ ਆ ਜਾ ਆਨੀਆ ਮਾਣੇ ਆ ਜਾ ਮੇਰਾ ਬੱਚਾ ਮੇਰਾ ਵੀਰ ਬਾਹਰਲੇ ਮੁਲਕ ਕੀ ਗਿਆ ਮੁੜ ਕੇ ਘਰ ਦੀ ਦੇਲੀ ਤੇ ਪੈਰ ਹੀ ਨੀ ਰੱਖਿਆ ਪੁੱਤਰ ਅਸੀਂ ਇਹ ਦੁੱਖ ਨੂੰ ਕਿਵੇਂ ਚੱਲੇ ਤੈਨੂੰ ਕਿਵੇਂ ਦੱਸੀ ਓਏ ਹੁਣ ਛੱਡ ਪਰਾਂ ਸਾਡਾ ਰੂਪ ਆ ਗਿਆ ਨਾ ਸਾਡੇ ਕੋਲ ਹੈ ਆ ਤਾਂ ਗਿਆ ਪਰ ਹੁਣ ਮੈਂ ਇਹਨੂੰ ਇਕੱਲੇ ਨਹੀਂ ਜਾਣ ਦੇਣਾ ਵਿਆਹ ਕਰਕੇ ਭੇਜੋ ਹੁਣ ਮੈਂ ਇਹਦਾ ਓ ਨੋ 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 ਵਿਆਹ ਸ਼ਾ ਭੂਆ ਜੀ ਮੈਂ ਤਾਂ ਇੱਥੇ ਸਿਰਫ ਤੁਹਾਨੂੰ ਮਿਲਣਾ ਹੈ ਹੈ ਨਹੀਂ ਕਿਉਂ ਨਹੀਂ ਕਰਾਉਣਾ ਵਿਆਹ ਔੜ ਝਾਕਦਿਆਂ ਨੂੰ ਰੱਬ ਸਾਵਣ ਲਾਉਂਦਾ ਪੁੱਤਰ ਸੋਹਣੀ ਤਾਂ ਸੋਹਣੀ ਕੁੜੀ ਪਈ ਹੈ ਪੰਜਾਬ 'ਚ ਤੂੰ ਜਿਹਦੇ ਮਰਜ਼ੀ ਵੱਲ ਉਂਗਲ ਕਰ ਦੇ ਮੈਂ ਉਹੀ ਲਿਆ ਦੂੰ ਨੋ ਵੇ ਭੂਆ ਜੀ ਤੁਸੀਂ ਮੇਰੀ ਕੁੜੀ ਨਹੀਂ ਲੱਭਣੀ ਓਕੇ ਵੇ ਮੈਂ ਕੀ ਲੱਭਣੀ ਆ ਪੁੱਤਰ ਤੈਨੂੰ ਆਪੇ ਕੋਈ ਨਾ ਕੋਈ ਲੱਭ ਜਾਣੀ ਹੈ ਇੱਕ ਗੱਲ ਦੱਸਾਂ ਪੰਜਾਬ ਦੀਆਂ ਕੁੜੀਆਂ ਬਾਹਰ ਜਾ ਕੇ ਕੰਮ ਬਹੁਤ ਕਰਦੀਆਂ ਨੇ ਘਰਦਿਆਂ ਦੀ ਸੇਵਾ ਵੀ ਬੜੀ ਕਰਦੀਆਂ ਨੇ ਤੇ ਹਾਈ ਐਵਰੀਬਾਡੀ ਵੇ ਆ ਕਿੱਥੋਂ ਲਿਆਏ ਹੋ ਗ੍ਰੈਂਡਪਾ ਹਾਊ ਆਰ ਯੂ ਡੂਇੰਗ ਹੇ ਬੱਡੀ ਹਾਊ ਆਰ ਯੂ ਇਹ ਡੀਜੇ ਆ ਜੀ ਮੇਰਾ ਫਰੈਂਡ ਬਾਹਰੋਂ ਆਇਆ ਮੇਰੇ ਨਾਲ ਇਹ ਪੁਆ ਜੀ ਹੇ ਪੁਆ ਸਤਿ ਸ਼੍ਰੀ ਅਕਾਲ ਗੁੱਡ ਟੂ ਸੀ ਯੂ ਜਿਉਂਦਾ ਰਹਿ ਆ ਬਾਜੀ ਪੁਆ ਨਹੀਂ ਪੁਆ ਕਿੱਦਾਂ ਮੈਨੂੰ ਪਤਾ ਆ ਪੁਆ ਪੁਆ ਦਾ ਇੱਕ ਪੁੱਫਰ ਵੀ ਹੁੰਦਾ ਪੁੱਫਰ ਨਹੀਂ ਫੁੱਫੜ ਤੂੰ ਕਿੱਦਾਂ ਯੂਕੇ ਜਾਣਾ ਮੰਗਦਾ ਆ ਕਿ ਨਹੀਂ ਮੰਗਦਾ ਤਾਂ ਫਿਰ ਚੁੱਪ ਕਰਕੇ ਬਹਿਣਾ ਆ ਵਿੱਚ ਕਿੱਦਾਂ ਬੋਲਦਾ ਹਾਏ ਮੈਂ ਮਰ ਜਾ ਕਿੰਨਾ ਸੋਹਣਾ ਜਵਾਨ ਤੇ ਆ ਬਣਿਆ ਕੀ ਫਿਰਦਾ ਹੈ ਭੂਆ ਜੀ ਆਏ ਨਹੀਂ ਲੱਗਦਾ ਜਿਵੇਂ ਪਹਾੜੀ ਕਾ ਮੋਰ ਦੇ ਕੱਪੜੇ ਪਾ ਕੇ ਮੇਲੇ ਨੂੰ ਜਾਂਦਾ ਹੋਵੇ ਗਾ ਜੀ ਸੌਰੀ ਮੈਂ ਬਾਹਰ ਜਾਣਾ ਮੰਗਦਾ ਸਟੱਪਿਡ ਉਹ ਮੇਰੀ ਕਜ਼ਨ ਕਿੱਦਾਂ ਹੈ ਭੂਆ ਜੀ ਦੀਪੀ ਉਹ ਕਿੱਥੇ ਆ ਉਹ ਪੁੱਤਰ ਉਹ ਕਾਲਜ ਚ ਪੜ੍ਹਦੀ ਹੈ ਮੈਂ ਦੱਸਿਆ ਉਹਨੂੰ ਤੇਰੇ ਬਾਰੇ ਉਹ ਤੈਨੂੰ ਮਿਲਣ ਜ਼ਰੂਰ ਆਊਗੀ ਮੇਰਾ ਵੀ ਜੀ ਕਰਦਾ ਹੈ ਉਹਨੂੰ ਮਿਲਣੇ ਨੂੰ ਕਾਕਾ ਤੇਰਾ ਵਿਆਹ ਹੋਇਆ ਕਿ ਨਹੀਂ ਨਾ ਪੂਆ ਕਿੱਦਾਂ ਮੈਂ ਮੰਗਦਾ ਹਾਂ ਚਲ ਕੋਈ ਨਹੀਂ ਜੇ ਮੰਗਿਆ ਗਿਆ ਤਾਂ ਵਿਆਹਿਆ ਵੀ ਜਾਏਗਾ ਕਿੱਥੇ ਮੰਗਿਆ ਕਾਕਾ ਮੰਗਿਆ ਮੰਗਿਆ ਕਿਤੇ ਨਹੀਂ ਪੂਆ ਮੰਗਣਾ ਮੰਗਦਾ ਹੈ ਇਹਨੂੰ ਵੀ ਕਰਾਓ ਕਿਤੇ ਕੋਈ ਸਾਥ ਕੋਈ ਨਹੀਂ ਇਹਨੂੰ ਵੀ ਰੂੰਗੇ ਚ ਲੱਭ ਦਿਆਂਗੇ ਕੋਈ ਇਹ ਰੂੰਗਾ ਕਿੱਦਾਂ ਸਿੱਟੀ ਹੈ ਲੈ ਕਰ ਲੈ ਗੱਲ ਪੂਆ ਕੁੜੀ ਨੂੰ ਕੀ ਕਹਾਂਗੇ ਵੀ ਤੇਰੇ ਲਈ ਕੀ ਲੱਭਿਆ ਲੈ ਬਾਹਰੋਂ ਆਇਆ ਸੁੱਖ ਨਾਲ ਹੈ ਹੋਰ ਕੁੜੀਆਂ ਨੂੰ ਕੀ ਚਾਹੀਦਾ ਇੱਥੇ ਤੂੰ ਖੋਜੀ ਦੇ ਮੂੰਹ ਨਾ ਲੱਗਿਆ ਕਰ ਕਾਕਾ ਇਹਦਾ ਤਾਂ ਉਹ ਹਿਸਾਬ ਹੈ ਵੀ ਇੱਕ ਸੱਪ ਤੇ ਦੂਜਾ ਉੱਡਣਾ ਖੋਪੇ ਤਾਂ ਲਾ ਲੈ ਆਈ ਐਮ ਸੋ ਸੌਰੀ ਮੈਨ ਆਈ ਐਮ ਸੋ ਸੌਰੀ ਪਰ ਕਿਦਾਂ ਮੈਨੂੰ ਇਹ ਦੱਸੋਗੇ ਕਿਦਾਂ ਇਹ ਕੀ ਆ ਓਏ ਭਰੀ ਐ ਭਰੀ ਆ ਇਹ ਮਤਲਬ ਕਾਦੇ ਨਾ ਭਰੀ ਆ ਓਏ ਹਰੇ ਦੀ ਭਰੀ ਐ ਆਈ ਐਮ ਸੋ ਸੌਰੀ ਮੈਨ ਸੋ ਸੌਰੀ ਕਿਦਾਂ ਮੈਂ ਤੁਹਾਨੂੰ ਪੁੱਛਣਾ ਮੰਗਦਾ ਆ ਕਿ ਸੱਟ ਕਿੱਥੇ ਆ ਸੱਟ ਤਾਂ ਗੋਡੇ ਤੇ ਲੱਗੀ ਸੀ ਤੈਨੂੰ ਸੱਟ ਦਾ ਕਿਵੇਂ ਪਤਾ ਨਾ ਕਿਦਾਂ ਮੈਂ ਸੱਟ ਦੀ ਗੱਲ ਨਹੀਂ ਕਰਦਾ ਆ ਕਿਦਾਂ ਮੈਂ ਪੁੱਛਦਾ ਆ ਕਿ ਸੱਟ ਕਿਦਾਂ ਬਹੁਤ ਬੈਕਟਰੀ ਹੁੰਦਾ ਆ ਉਹਦੇ ਵਿੱਚ ਸਾਰੇ ਪਿੰਡ ਦੇ ਕਿਦਾਂ ਵਿਹਲੜ ਬੈਠੇ ਹੁੰਦੇ ਗੱਲਾਂ ਕਰਦੇ ਆ ਅੱਛਾ ਅੱਛਾ ਸੱਥ ਦੀ ਗੱਲ ਕਰਦਾ ਹਾਂ ਸਾਥੀ ਪਾਸ਼ਾ ਦਾ ਹੀ ਆ ਓਹੋ ਤੁਤਲਾ ਲੱਗਦਾ ਵਿਚਾਰਾ ਤੂੰ ਆਏ ਕਰ ਇਥੋਂ ਖੱਬੇ ਹੋ ਜਾ ਗਾਂ ਵੱਢ ਖਾਣਾ ਦਾ ਘਰ ਤੋਂ ਫਿਰ ਸੱਜੇ ਹੋ ਜੀ ਅੱਗੇ ਮੱਗਰ ਫੌਜੀ ਦਾ ਘਰ ਟੱਪ ਕੇ ਨਾ ਉਹਦੇ ਨਾਲ ਹੀ ਫੱਗੂ ਦਾ ਘਰ ਹੈ ਉਹਦੇ ਬਿਲਕੁਲ ਸਾਹਮਣੇ ਹੈ ਚੰਗਾ ਸਤਿ ਸ੍ਰੀ ਅਕਾਲ ਵਾਟ ਦਾ ਹੈਲ ਯੂ ਡੂਇੰਗ ਮੈਨ ਕਿਦ ਮੇ ਰਸਤਾ ਪੁੱਛਿਆ ਜਾ ਕਿਦ ਮੈਨੂੰ ਘੁੰਮਣ ਕੇਰੀ ਚ ਪਾ ਗਿਆ ਜਾ ਕਿਦਾਂ ਇੱਧਰ ਕਿਹੜਾ ਫੱਗਣ ਫੌਜੀ ਆ ਤੇ ਇੱਧਰ ਕਿੱਧਰ ਮਾਈ ਗੱਡ ਕਿਦਾਂ ਹੀ ਲੱਗਦੀ ਮੈਨੂੰ ਸੱਠ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਕਿੱਦਾਂ ਤੁਸੀਂ ਮਾਈਨ ਨਹੀਂ ਕਰਦੇ ਆ ਤੇ ਮੈਂ ਤੁਹਾਡਾ ਵੀਡੀਓ ਬਣਾ ਸਕਦਾ ਹਾਂ ਜੀ ਉਹ ਕਾਕਾ ਤੂੰ ਪਹਿਲਾਂ ਇਹ ਦੱਸ ਤੂੰ ਡਾਲਰ ਪਾਉਂਦਾ ਕਿੱਦਾਂ ਅੰਕਲ ਮੈਂ ਸਮਝਿਆ ਨਹੀਂ ਅੰਡਰਸਟੈਂਡ ਨਹੀਂ ਕੀਤਾ ਕੀ ਪਾਛਦੇ ਆ ਤੁਸੀਂ ਇਹਦੇ ਕਹਿਣ ਦਾ ਮਤਲਬ ਇਹ ਹੈ ਵੀ ਡਾਲਰ ਵਾਲੇ ਮੁਲਕ ਤੋਂ ਆ ਕੇ ਪਾਉਂਡ ਵਾਲੇ ਤੋਂ ਸੋ ਫੇਰ ਤਾਂ ਅੰਕਲ ਕਿੱਦਾਂ ਮੈਂ ਪਾਉਂਡ ਆ ਜੀ ਮੈਂ ਯੂਕੇ ਤੋਂ ਆਇਆ ਹਾਂ ਯੂਕੇ ਮਤਲਬ ਉੱਤਰ ਕਾਸ਼ੀ ਤੋਂ ਉਹ ਇਹਦਾ ਮਤਲਬ ਹੈ ਵੀ ਤੂੰ ਆਇਆ ਕਿਵੇਂ ਹੈ ਕਿੱਦਾਂ ਮੈਂ ਹੁਣ ਲੰਡਨ ਤੋਂ ਤੜਕੇ ਤਾਂ ਆਣਾ ਨਹੀਂ ਸੀ ਜੀ ਕਿੱਦਾਂ ਆਇਆ ਤਾਂ ਪਲੇਨ ਤੇ ਹੀ ਆ ਕਿੱਦਾਂ ਪੈਂਦਾ ਬਈ ਉਹ ਕਾਕਾ ਇਹ ਪੁੱਛਦਾ ਵੀ ਤੂੰ ਘੁੰਮਣ ਫਿਰਨਾ ਆਇਆ ਕਿ ਵਿਆਹ ਕਰਾਉਣਾ ਆ
ना किधर घूमन फिर नहीं आया जी, ब्याह का इरादा है नहीं जी कोई, किधर मैं पंजाब के पिंड देख आया, सठ देखनी सी कहते कि पिंड के सारे बेलड़ किदा इतने कट्ठे होंगे आ। ओ काका असि बेलड़ नहीं, पूरे पिंड की खबर रखी दी है भी केड़ा आउंदा केड़ा जांदा है। नाले सतरी पिंड दा कलाबा, पंजाब दी राजनीति पिंड दियां सत्थां तो शुरू हुंदी आ। ओ काका किते तू गुरदित सिंह दा पोता तां नहीं? नहीं किदा तुसी थोड़ा जिहा गलत गैस कीता आ, मैं दे पोते दा फ्रेंड आ। फिर ठीक है, ओ नहीं तां गुरदित सिंह नूं लाभा देना पैणा सी। कादे वास्ते जी? ओनूं कहना सी भई ऊं तां थोड़ा टब्बर ठीक ठाक है, नील कट जा कितो आ गया। गुड टू सी यू गाइस, किदे मैं थोड़े बारे सुनिया सी तुसी ओदा ही आ, सारे फनी आ तुसी, आई रियली अप्रिशिएट अप्रिशिएट। किदे हुन मैं चलदा ही आ? ओ काते चलदा है साइला ते के बिजली ते। पहले तो पता नहीं किदा चलदा सी जी, जे हुन इंडिया च आया हुन तक किदे धक्के ते चलना पेना ही आ। भाई कणता है मुंडे च। भाई एक होर गल है, जे कदे चार पांच दिन अपने च बह जाए ना पूरे लंडन नू मूरे लारे। आओ जी दीपी भैन जी, वेलकम, हैप्पी टू सी यू। वाह खोजी, लगता है आजकल अंग्रेजी की खोज कर रहे हैं। हाँ जी, और रूबाई नाल ना बारो एक कुकड़ आया, ओदी छानबीन चल रही है जी। अच्छा जी। रीत हाँ आना बात, तेनु अपने नाना जी ना मिला दिया। ग्रेट, रीत तेनु दस्या सी ना मेरा कजन बारो आया हुआ, चला तेनु ओदे ना मिला दिया। दीपी अज नहीं, हाँ मैं लेट हो जाना, किसी होर दिन। चाह पीते बिना तो असि चाह नहीं देना। चाह प्लीज प्लीज, चाह नहीं यार। ना जी ना, देखो सरदार गुरदित सिंह होरां दी देहड़ी ते कोई बिना चाह पीता है मुड़जे तो दादा जी मेनू चाह टा छका दिंदे ने, आ मना ना करियो, आजो प्लीज। चल ओके। छोटे सरदार जी, रूप भाई जी, भाई दीपी भैन। ओ दीपी, तू तो चमई फोटो वर्गी लगती है। भाई जी ये फोटो वर्गी नहीं, फोटो ये वर्गी लगती है। रीत आना थे। रूप बीरे, ये मेरी बेस्ट फ्रेंड है रीत, असी दोवे इकट्ठे पढ़दे आ। ओ हेलो। ओ हेलो। वाओ। हे डूड, हाउ यू डूइंग? ए मेरा फ्रेंड है डीजे। ये ते दीपी कजन। हे हेलो। ते आप प्रीत? हे नो इट्स रीत, सॉरी रीत। सो यंग लेडीज हाउ आर यू? हाय। होर फे वीरे केहो जा लग रहे इत्थे आके? वधिया या मेनू तो किदा जे लग रहा या लग जूगा फिर दस देवांगे। अब वैसे मैं लाइक कीता या मैं तो रहना मांगदा या इत्थे। रूप पुत, व्याह ता तैनू कराउणा ही पऊ, वे इथो वर्गियां कुड़ियां तैनू होर किते नहीं लभणियां, जिवें मर्जी नचाई जाओ ओवें नची जाणगियां। क्यों बापू जी? भुआ जी मैरिज कराउण लई कुड़ी वी तां पसंद आउणी चाहीदी आ। लै है दस। ओ पुत्तर गुलाब नूं महकदी की घट, तेरे वर्गे सोहणे सुनखे गभरू नूं ना कड़ी करूगी है? मैं अपनी पसंद दी गल कर रहा भुआ जी। ओ पुत्तर ओ वी आजू, पंजाब तां कुड़ियां मगर मगर तुरियां फिरदियां बाहर जाण नूं, तू जिहदे ते मर्जी हथ रखी ओही व्याह दूंगी। आंटी जी, तुहानू नहीं लगता कि अजकल दे जमाने विच कुड़ियां दी वी राय लै लेनी चाहीदी आ कि ओह किहदे नाल व्याह करवाउणा चाहुंदियां ने? तुसीं तां बस मुंडियां दी गल करी जांदे हो। बई मुंडियां दी काहदी बराबरी, कुड़ियां ने तां घरे रह के जवाक सामणे हुंदे ने, आखे उत्थे जाई भले आ जिथे प्यो दादा चलिया। नाले पुत्तर कुड़ियां नूं तां मां बाप दी वाही लीक ते ही तुरना पैंदा, क्यों बापू जी? बट साडे तां किदा पुआ ते बराबर काम काढ़दियां, जॉबां ते जांदियां, किदा शॉपां चलाउंदियां आ, साडे तां किदा फर्क ही नहीं कोई। बस आही फर्क, जदों इत्थे वी कुड़ियां कमाउण लग पईआं ते कोई फर्क नहीं रह जूगा। बट साडे तां बाहर किदा पूरी फ्रीडम आ, किदा टीवीआं नूं पूरी खोल आ किदा। ओ तां ही तां सिर दे वाल मूंह नूं आउंदे ने, तां ही तां बाहरलीआं कंट्रोल च नहीं आउंदियां बंदिआं दे,
क्यों बापू जी? और चुप कर बापू जी, लगती है बच्चे नु कुछ खा पी लेने दे। लो लो पुत्र लो। क्या दे बेटा, किदा मक्खियां डब डब के मर लगी आया। क्यों बापू जी? ओ बिरिया गल सुन। ओ रिया एक कीरो इदा काम फड़या सोरा तू लेट आउंदा है। ओ इना बेजबान नु इस वेले पट्ठे पाएगा ए दो सवा देणगे। जे कल तो लेट आया ना तो ऐसा छतरौल फेरूंगा कि नानके याद आ जाएंगे। जा दफाओ। की तुसी नौकरां नू सारा दिन गाला कढ़दे रहने हो? नौकर तो पहला ही नहीं मिलते। ओ पलिए लोके, जे हुणे काम ना करन मैं ना वेलिआं नू क्यों शक्कर देवां? ए जेला कित्थे सवेर दा वेख्या नहीं? ओ ठीक नहीं पे है, आराम कर रहा। ना आराम नू केड़ा हड़वा के आया है? नशा ज्यादा डफ लिया होना, तबीयत आपे खराब होनी है। हुण तुसी एवें ना लड़न लग पिओ ओहदे नाल। तू एवें ओहदी वकालत ना करिआ कर। सुणे जैली, ओ जैली, ओ खेत नहीं जाना अज, टिब्बी वाले खेत यूरिया छिड़कन दा आ। सिर बाला दुखी जांदा बापू, उठे नहीं जांदा। उठिया नहीं जांदा? ओए चाह पी कंडे ते हो ते खेतां नू गेड़ा मार के आ, उठिया नहीं जांदा। बहुत चंगा किता। ओ मेरी भैन आ गई। हां भैने वीर जी, तुसी मैनू प्रोमिस किया सी ना कि तुसी सब कुछ छड़ दोगे। ले है कमली सब छड़े बंगू ये तो बस पैने उई कदे कदाई थोड़ा बहुत। कमली सीधी तरह क्यों नहीं कहंदा कि नशा नहीं छड़ हुंदा? ओ मेरे बस थोड़ी है, नहीं छड़े हुंदा। मैं दस की करा? मैं की करा कह के नहीं सरना पुत मेरिया, बंदा तो बनना ही पऊ। वैसे भी उम्र हो गई है तेरी, किसे चंगे घर वाले ने कुड़ी नहीं देनी, फिर चाकी जाई कंधा कन्नी। एवें ना मेरे मुंडे दे मगर पै जा करो। हुने हुने कुड़ी घर आई है, वो की सोचूगी। चल रीत, चल अपन अंदर चलिए। ओ मेरे कनी की चाकी जाना है, जा जाके खेतां नू गेड़ा मार के आ। ओ जा। चंगा वीरे मैं चल दिया, पर तुसी साडे कॉलेज जरूर आना। ओ यस श्योर, जरूर आवांगे। मैं डीजे नू भी लेके आवांगा नाल। ओके फिर, मैं रस्ते च रीत नू भी पिक करना है। रीत? ओके ओके, जड़ी कल नाल आई सी। हाँ। ओके, नेड़े रहंदी है? हाँ, बस अलग ही बेंच रहंदी है। ओके, कॉन्फिडेंट कुड़ी या गट्सी? हाँ? मिला दा फिर। माँ ही पूछ रहा सी या, या? वैसे रीत है बहुत चंगी कुड़ी, पढ़ाई च भी ब्रिलियंट आ। ओ ये? यस। गेट आउट ऑफ हियर, कम ऑन। चल देख। बाय। बाय। Hey, watch it! You got some problem? ये तेरा बेड़ा भाई, ये तेरा आ गया सी मेरे ट्रैक्टर देखा, मेरे सिर तक पाती सी ना 302 ते तो देख कर ही चला जांदा। ई जुलूस कड्डी फिरदा केड़े ग्रह तो चले तू? दिस इज टू मच। किदा मेनू जुलूस दसदी आ आंटी? किदा अपने आप नु वॉच कीता या कदी? जे तू मेनू आंटी कहना खड़ जा, तेनू देवा तनेसड़ी, तेनू धण फड़ के तेरे मौ सेख दू। मैं तेन दसा व्हाट डस दिस मीन, टॉन तनेसड़ी मोड की आ सारा कुछ? तू तो कुछ भी नहीं जानता, कितना ग्लेचर से नहीं आया तू? यस बारू आया है मैं। इट्स ओके, किधर फोटो काट लेंदे मेनू एक बना लेंदे फोटो। ना 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 फोटो ना करी, फोटो तो केड़ा ही कराई सी पिद्दी दे प्यो नाल ब्याह वाले ते दूजे दिन ओ रब नु प्यारा हो गया सी। बड़ा बैड रिकॉर्ड है आंटी तेरा। वैसे जे किते तू लंदन दी ऑक्सफोर्ड स्ट्रीट ते जाके ऐसे लॉक दे विच खड़ी हो जमे ना किते, ते लोका तेनू खड़ खड़ के देखना या कि इंडिया दा कार्टून कित्थों आया या? कार्टून की हुंदा ने? तू मशकरियां ना कर, मैनू तैनू दसा। ले मैं किदा मानना है तेनू मशकरियां करके? किदा मैं ते एक फोटो करनी है बस, मैं उथे बाहर जाके तेरी अखबारां दे विच किदा फोटो लाउनी आ? तू मेरी फोटो अखबार च छपाउणा है? खड़ जा दस दे मुंडे, जे तेरे वर्गे आवारा बैठ के नु जेतो दी मंडी ते ना बेच आंदा तो मैनू कौन समझू? तू समझदा की अपने आप नु वड्डा बणिया फिरदा है? Hey, watch it, I'll kill you. What type of lady she is? किदा फंकी तो मैं इंग्लैंड च भी बड़े देखे आ, पर ये की दांती ठीक है।
ਤੁਸੀਂ ਦੇਖਿਆ ਮਿਸ ਵਰਲਡ ਪੰਜਾਬਣ? ਹਾਂ, 16 ਚੋਂ 12 ਕੁੜੀਆਂ ਰੈਂਪ ਤੋਂ ਡਿੱਗੀਆਂ। ਤੇ ਨਾਲ ਯਾਰ ਸਪੋਰਟ ਦੀ ਗੇਟ ਆ ਗਈ। ਦੀਪੀ ਆ ਬੈਠ। ਹਾਈ ਰੀਤ। ਹਾਈ, ਤੂੰ ਅੱਜ ਕਲਾਸ 'ਚ ਨਹੀਂ ਆਈ? ਉਹ ਛੱਡ ਯਾਰ, ਉਹ ਪ੍ਰੋਫੈਸਰ ਵਿਰਕਣਾ ਬਹੁਤ ਬੋਰ ਕਰਦਾ। ਹੇ ਦੀਪੀ, ਉਹ ਦੇਖ ਤੇਰਾ ਕਜ਼ਨ ਆ ਰਿਹਾ। ਭਾਈ ਕੁਝ ਵੀ ਕਹੋ, ਸਟਾਈਲ ਤਾਂ ਹੈ ਬਾਹਰ ਲਿਆਂ ਦਾ, ਦੂਰੋਂ ਹੀ ਪਤਾ ਲੱਗ ਜਾਂਦਾ ਆਉਂਦਿਆਂ ਦਾ। ਕੋਈ ਮਿਕਸ ਵੈਜ ਵਾਂਗੂ ਅੱਡੋ ਅੱਡ ਕੱਪੜੇ ਇਕੱਠੇ ਕਰਨੇ ਆ, ਤੈਨੂੰ ਪਵਾ ਦਿੰਦੇ ਆ, ਇਹਨਾਂ ਵਰਗੇ ਲੱਗੇਗਾ। ਓ ਯਾਰ, ਅਸੀਂ ਇਹਨਾਂ ਦੀ ਨਾ ਥੋੜੀ ਜਿਹੀ ਖਿਚਾਈ ਕਰਾਂਗੇ, ਮਾਈਂਡ ਨਾ ਕਰੀ। ਹੈ ਓਕੇ, ਬਟ ਜ਼ਿਆਦਾ ਨਹੀਂ, ਲਿਮਿਟ 'ਚ। ਹਾਂ ਪੱਕਾ। ਹਾਈ, ਕੀ ਹਾਲ ਚਾਲ? ਵਧੀਆ ਡੀਜਨ ਮਿਲੇ ਹੋ ਤੁਸੀਂ? ਹਾਂਜੀ, ਹਾਈ, ਸਤਿ ਸ਼੍ਰੀ ਅਕਾਲ। ਆਓ, ਮੈਂ ਤੁਹਾਨੂੰ ਆਪਣੇ ਫਰੈਂਡਸ ਨਾਲ ਮਿਲਾਉਂਦੀ ਆ। ਹਾਂਜੀ, ਇਹ ਵਿਕੀ ਹੈ। ਸਤਿ ਸ਼੍ਰੀ ਅਕਾਲ ਸਰ। ਇਹ ਨਿੰਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ। ਸਿਤ, ਹੈਲੋ। ਰੀਤ ਨੂੰ ਤਾਂ ਤੁਸੀਂ ਮਿਲ ਹੀ ਚੁੱਕੇ ਆ, ਇਹ ਅਪੂਰਵ ਹੈ ਤੇ ਇਹ ਪ੍ਰਿਯੰਕਾ। ਮਾਈ ਸਬ ਡੀਜੇ ਰੂਪ। ਹੋਰ ਜੀ, ਦੱਸੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਪੰਜਾਬ? ਗੁੱਡ ਯਾ, ਨਾਈਸ ਯਾ। ਤੇ ਤੁਸੀਂ, ਤੁਹਾਡੇ ਕੀ ਖਿਆਲ ਆ? ਆਲਰਾਈਟ ਯਾ, ਪਰ ਜਿੱਦਾਂ ਸਾਰਾ ਦਿਨ ਸੜਕਾਂ ਦੇ ਉੱਤੇ ਕਿੱਦਾਂ ਪੈ ਪੈ ਚੈ ਚੈ ਕਾਂ ਕਾਂ, ਕਿੱਦਾਂ ਬਹੁਤ ਡਿਸਟਰਬ ਕਰਦਾ ਹੀ ਆ, ਕਿੱਦਾਂ ਗਾਵਾਂ ਮੱਝਾਂ, ਕਿੱਦਾਂ ਕੁੱਤੇ ਬਿੱਲੀਆਂ ਸਭ ਸੜਕਾਂ ਤੇ ਹੀ ਆ, ਈਵਨ ਹਾਥੀ। ਯਾ, ਜੇ ਯੂਕੇ 'ਚ ਇੱਦਾਂ ਹੋ ਜੇ ਤਾਂ ਸ਼ਾਮ ਤੱਕ ਸਾਰਾ ਸਿਸਟਮ ਖੜ ਜੇ। ਯਾ, ਕੀ ਖੜ ਜੇ? ਸਟੱਕ ਹੋ ਜੇ ਸਿਸਟਮ, ਸਟੱਕ, ਯੂ ਅੰਡਰਸਟੈਂਡ, ਸਟੱਕ। ਹਾਂਜੀ, ਸਟੱਕ। ਓਏ, ਕੈਮਰਾ ਕੰਪਲਸਰੀ ਹੁੰਦਾ ਹੈ ਐਨਆਰਆਈਜ਼ ਲਈ? ਨਾਟ ਐਟ ਆਲ। ਕਿਤੇ ਮੈਂ ਪੰਜਾਬ ਦੀ ਹਿਸਟਰੀ ਨੂੰ ਬਹੁਤ ਲਾਈਕ ਕਰਦਾ ਹਾਂ, ਮੈਂ ਕਿਤੇ ਜਾਣਨਾ ਮੰਗਦਾ ਹਾਂ ਕਿ ਸਾਡਾ ਬੈਕਗ੍ਰਾਉਂਡ ਕੀ ਆ। ਫੇ ਤਾਂ ਸਾਡੀ ਕੁਲਵੰਤ ਕੌਰੀ ਤੁਹਾਡੀ ਹੈਲਪ ਕਰ ਸਕਦੀ ਹੈ। ਕਿਉਂ ਕੁਲਵੰਤ? ਸਤਿ ਸ਼੍ਰੀ ਅਕਾਲ। ਇਹ ਨਾ ਐਕਚੁਅਲੀ ਹਿਸਟਰੀ 'ਚ ਪੀਐਚਡੀ ਕਰ ਰਹੀ ਹੈ ਤੇ ਦਾ ਟੌਪਿਕ ਹੈ ਵਿਦੇਸ਼ੀ ਪੰਜਾਬੀਆਂ ਦੇ ਕੱਪੜਿਆਂ ਦੇ ਰੰਗ ਦਾ ਪੰਜਾਬੀਆਂ ਉੱਤੇ ਪ੍ਰਭਾਵ। ਨਾਈਸ ਟੌਪਿਕ ਆ, ਕਿਤੇ ਇਹਦੇ ਤੇ ਮੈਂ ਤੁਹਾਡੇ ਨਾਲ ਸੈਪਰੇਟ ਬਹਿ ਕੇ ਗੱਲ ਕਰਨਾ ਮੰਗਦਾ ਹਾਂ। ਇੱਕ ਤਾਂ ਤੁਸੀਂ ਮੰਗਦੇ ਬਹੁਤ ਹੋ, ਤੁਸੀਂ ਕੁਲਵੰਤ ਤੋਂ ਬਾਅਦ 'ਚ ਮਿਲ ਲਿਓ, ਪਹਿਲਾਂ ਆ ਤਾਂ ਦੱਸੋ ਤੁਸੀਂ ਪੀਓਗੇ ਕੀ? ਯਾ, ਕੈਨ ਆਈ ਗੈਟ ਵਨ ਰੈਡ ਬੁਲ? ਨਹੀਂ, ਕੋਲਡ ਡਰਿੰਕ ਵਗੈਰਾ ਕੁਝ ਵੀ। ਓਏ ਰਾਜੂ, ਦੋ ਕੋਲਡ ਡਰਿੰਕ, ਦੋ ਪਲੇਟ ਵਗੈਰਾ ਕੁਝ ਲਿਆ ਬਈ। ਤੁਹਾਡਾ ਕੈਂਪਸ ਬਹੁਤ ਵਧੀਆ ਹੈ, ਨਾਈਸ ਹੈ। ਸਵੇਰ ਦੀ ਸੈਰ ਤਾਂ ਵਧੀਆ ਰਹਿੰਦੀ ਹੈ। ਡੀਜੇ ਬਾੜੀ ਕੀ ਸੋਚਦਾ ਆ? ਕਿਤੇ ਮੈਂ ਸੋਚਦਾ ਆ ਕਿਹੜੇ ਟੂਰ ਅਸੀਂ ਕਰਕੇ ਆਏ ਆ ਨਾ, ਇਹਨੇ ਕੋਈ ਨਾ ਕੋਈ ਹਿਸਟਰੀ ਕ੍ਰੀਏਟ ਕਰਨੀ ਕਰਨੀ ਆ। ਮੈਨੂੰ ਤਾਂ ਲੱਗਦਾ ਤੈਨੂੰ ਹਿਸਟਰੀ ਵਾਲੀ ਨੇ ਐਡਮਿਸ਼ਨ ਦੇਤੀ ਆ। ਯੂ ਕਿਡਿੰਗ? ਪਰ ਤੈਨੂੰ ਦਿਲ ਦੀ ਗੱਲ ਕਰਦਾ ਆ ਮੈਂ, ਕਿਤੇ ਮੇਰਾ ਦਿਲ ਕਰਦਾ ਆ ਹਿਸਟਰੀ ਵਾਲੀ ਕੋਲ ਐਡਮਿਸ਼ਨ ਫਾਰਮ ਭਰਨ ਦਾ। ਪਰ ਇੱਕ ਗੱਲ ਤੂੰ ਮੰਨਦਾ ਹੀ ਆ, ਤੇਰਾ ਤਾਂ ਕਿਦਾਂ ਸਮਥਿੰਗ ਸਮਥਿੰਗ ਹੋਇਆ ਯਾਰ। ਓ ਯੇ, ਨੌਨਸੈਂਸ, ਮੈਨੂੰ ਤਾਂ ਲੱਗਦਾ ਮੇਰੀ ਰੈਗੀ ਕੀ ਹੋ ਜਾਂਦੀ ਸੀ ਉੱਥੇ। ਨਾ ਬੜੀ, ਯੂ ਸੀਰੀਅਸ? ਸੀਰੀਅਸ, ਆਈ ਨੋ ਦੈਟ। ਯਾ, ਇੱਕ ਗੱਲ ਦੱਸਾਂ, ਰੀਤ ਬੜੀ ਸਟ੍ਰੇਟ ਫਾਰਵਰਡ ਹੈ, ਜੋ ਦਿਲ 'ਚ ਆਉਂਦਾ ਕਹਿ ਦਿੰਦੀ ਹੈ, ਨਾਲੇ ਸੋਹਣੀ ਬਹੁਤ ਹੈ। ਬਈ, ਇਹਨੂੰ ਕਲਵੰਤ ਦੀ ਕਿਤੇ ਇੱਕ ਪ੍ਰੋਬਲਮ ਹੀ ਆ, ਉਹ ਗੱਲਾਂ 'ਚ ਵੀ ਹਿਸਟਰੀ ਦਾ ਲੈਕਚਰ ਕਰੀ ਜਾਣ ਕਰਦੀ ਆ, ਕਿੱਦਾਂ ਮੈਂ ਕੋਈ ਵੀ ਗੱਲ ਕਰਦਾ ਹੀ ਆ ਨਾ ਘੁੰਮਾ ਕੇ ਫਿਰ ਉੱਥੇ ਲੈ ਆਉਂਦੀ ਆ, ਕਿੱਦਾਂ ਮੈਂ ਤਾਂ ਬਹੁਤ ਕੰਫਿਊਜ਼ ਹੀ ਆ। ਤੂੰ ਉਹਦੀਆਂ ਅੱਖਾਂ ਵੇਖੀਆਂ ਨੇ ਤੇ ਉਹਦੀ ਸਮਾਈਲ, ਬਿਊਟੀਫੁਲ, ਬੜੀ ਬਿਊਟੀਫੁਲ, ਤੇ ਨਾਂ ਵੀ ਕਿੰਨਾ ਸੋਹਣਾ ਹੈ ਨਾ, ਰੀਤ। ਕੱਲ ਆ ਕੇ ਉਹਨੂੰ ਭਾਂਡਾ, ਕਿਤੇ ਮੈਂ ਸੋਚਦਾ ਹਾਂ ਕੁਲਵੰਤ ਦੀ ਪ੍ਰੇਸ ਕੱਢਦਾ ਹੀ ਆ। ਕੌਣ ਕੁਲਵੰਤ? ਇਹ ਮੈਨ ਹਲਕੇ ਲਈ। ਮੈਨੂੰ ਤੇਰੀ ਲੈਂਗੁਏਜ ਬਹੁਤ ਗੱਡ ਲੱਗਦੀ ਆ, ਕਿਤੇ ਡਿਫਰੈਂਟ ਚੀਜ਼ ਆ ਤੂੰ। ਤੇਰਾ ਨਾ ਮੈਂ ਲੰਡਨ ਦੇ ਵਿੱਚ ਮੈਡਮ ਤੁਸਾਰ ਦੇ ਵੈਕਸ ਮਿਊਜ਼ੀਅਮ 'ਚ ਬੋਤਲ ਲਵਾਉਣਾ ਹੀ ਆ, ਬੋਤਲ। ਵੇ ਪੁੱਤਖਾਣੇ ਲੈ ਆ ਜੇ, ਮੈਂ ਜਿਉਂਦੀ ਜਾਗਦੀ ਫਿਰਦੀ ਆ ਤਾਂ ਤੂੰ ਮੇਰਾ ਬੋਤਲ ਲਵਾਉਣ ਫਿਰਦਾ ਹੈ? ਆਂਟੀ, ਕਿੱਦਾਂ ਤੇਰਾ ਬੋਤਲ ਲੱਗ ਗਿਆ ਨਾ ਉੱਥੇ, ਤੂੰ ਕਿੱਦਾਂ ਸਾਰੀ ਦੁਨੀਆ 'ਚ ਮਸ਼ਹੂਰ ਹੋ ਜਾਣਾ ਆ, ਲੋਕ ਦੂਰੋਂ ਦੂਰੋਂ ਦੇਖਣ ਆਉਣਾ ਆ। ਵੇ ਤੂੰ ਮੂੰਹ ਬੰਦ ਕਰ ਦੇ, ਦੇਖਣ ਦਾ ਮੈਨੂੰ ਬਸ ਪਿੱਦੀ ਦਾ ਬਾਪੂ ਆਇਆ ਸੀ, ਜਦੋਂ ਉਹ ਵੇਲਾ ਯਾਦ ਆਉਂਦਾ ਨਾ ਤੇ ਮੇਰੇ ਕਾਲ ਜਾਮੂ ਨੂੰ ਆਉਂਦਾ,
ਮੁੜਕੇ ਨਹੀਂ ਮੈਂ ਕਿਸੇ ਨੂੰ ਵੇਖਣ ਦਾ ਤੈਨੂੰ ਦੱਸਾਂ ਕਿਵੇਂ ਚਮਰ ਚਮਰ ਬੋਲੀ ਜਾਂਦਾ ਮੈਂ ਆ ਬੰਦ ਕਰ ਦਿੰਦਾ ਇਹਨੂੰ ਜੇ ਮੇਰੀ ਫੋਟੋ ਖਿੱਚੀ ਹੈ ਨਾ ਤਾਂ ਗੋਡੇ ਹੱਥ ਦੇ ਨੂੰ ਮੈਂ ਤੈਨੂੰ ਦੱਸਾਂ ਲੱਛਣ ਕਰਦਾ ਫਿਰਦਾ ਏ ਵਾਚ ਇਟ ਇਹਨੇ ਤਾਂ ਕਿੱਦਾਂ ਮੈਨੂੰ ਲੱਗਦਾ ਪੀਤੀ ਦਾ ਬਾਪੂ ਵੀ ਟਰੈਕਟਰ ਥੱਲੇ ਦੇ ਕੇ ਮਾਰਿਆ ਹੋਣਾ ਇਹਨੂੰ ਤਾਂ ਕਿੱਦਾਂ ਲੰਡਨ ਛੱਡ ਦਈਏ ਨਾ ਟਰੈਕਟਰ ਤੇ ਕਿੱਦਾਂ ਮਰਸੀਡੀਆਂ ਸਾਈਡ ਨੂੰ ਲਵਾ ਦੇਵੇ ਸੱਤ ਵਿੱਚ ਸੀ ਪਖੇਡਾਂ ਬਾਬਿਆਂ ਦੀ ਢਾਣੀ ਨਾਲ ਤਾਏ ਨੇ ਬਣਾ ਤੇ ਤੇਰਾ ਯੱਕਾ ਪਾ ਕੇ ਰਾਣੀ ਨਾਲ ਦੇਖੋ ਦੇਖੋ ਉਹ ਡੀਜੇ ਬਾਈ ਲੈ ਉਹ ਠੀਕ ਹੋ ਗਏ ਬਾਈ ਤੁਹਾਡੀ ਫਿਲਮ ਬਣੂਗੀ ਫਿਲਮ ਤਾਇਆ ਸਮਾਰ ਕੇ ਆਏ ਆਏ ਕਰਕੇ ਬੈਠ ਬਾਈ ਕਿੱਧਰੋਂ ਮਿਸਟਰ ਕੌ ਜੀ ਜੀ ਤੂੰ ਇੱਥੇ ਕੀ ਕਰਦਾ ਹੀ ਆ ਬਾਈ ਕਦੇ ਕਦੇ ਆ ਜਾਂਦਾ ਇੱਥੇ ਸੀਪ ਲਾਉਣ ਇੱਕ ਮਿੰਟ ਖੜ ਜਾਓ ਤੁਹਾਡੀ ਪਹਿਲਾਂ ਇੰਟਰੋਡਕਸ਼ਨ ਕਰਾ ਦਾਂ ਫਿਰ ਕਹੋਗੇ ਮਿਲਾਇਆ ਹੀ ਨਹੀਂ ਇਹ ਹੈ ਡੀਜੇ ਬਾਈ ਇੰਗਲੈਂਡ ਤੋਂ ਮੇਰਾ ਪੱਕਾ ਬੈਸਟ ਫਰੈਂਡ ਬਾਲਾ ਮੋਹ ਕਰਦਾ ਮੇਰਾ ਮੈਨੂੰ ਕਹਾ ਤੈਨੂੰ ਲੰਡਨ ਨੂੰ ਨਾਲ ਲੈ ਕੇ ਜਾਣਾ ਮੈਂ ਕਿਹਾ ਲੈ ਜਾ ਭਾਈ ਸਾਡਾ ਕੀ ਹੈ ਕਿਉਂ ਬਾਈ ਜੀ ਉਦਾਂ ਤਾਂ ਸਾਊਥ ਹਾਲ ਚ ਕਿਤੇ ਪੰਜਾਬੀ ਬਹੁਤ ਆ ਪਰ ਕਿਦਾਂ ਇਹਦੇ ਅਰਗਿਆਂ ਦੀ ਘਾਟ ਆ ਉੱਥੇ ਫੇਰ ਤਾਂ ਸਾਡਾ ਜਾਣਾ ਬਣਦਾ ਬਾਈ ਕਿਦਾਂ ਚੁੱਪ ਕਰ ਜਾ ਤੂੰ ਮੈਂ ਕਿਦਾਂ ਇਹਨਾਂ ਨਾਲ ਗੱਲਾਂ ਕਰਨੀਆਂ ਮੰਗਦਾ ਆ ਕਰ ਲੈ ਨਾਲੇ ਸੱਥ ਚ ਗੱਲਾਂ ਹੀ ਹੁੰਦੀਆਂ ਨੇ ਥੈਂਕ ਯੂ ਵੈਰੀ ਮੱਚ ਕਿਦਾਂ ਅੰਕਲ ਜੀ ਮੈਂ ਨਾ ਤੁਹਾਡੀ ਫਿਲਮ ਬਣਾਉਣ ਲੱਗਿਆ ਆ ਕਿਦਾਂ ਤੁਸੀਂ ਕੈਮਰੇ ਚ ਦੇਖ ਕੇ ਗੱਲ ਕਰਨੀ ਆ ਓਕੇ ਲੈ ਪੁੱਛ ਕੀ ਪੁੱਛਦਾ ਮੈਨੂੰ ਪੂਰਾ ਹਿਸਾਬ ਹੈ ਦੈਟਸ ਗ੍ਰੇਟ ਦੈਟਸ ਗ੍ਰੇਟ ਅੰਕਲ ਕਿੱਦਾਂ ਤੇਰਾ ਨਾਂ ਕੀ ਆ ਪਹਿਲਾਂ ਦੱਸ ਦੇ ਮੇਰਾ ਨਾਂ ਹੈ ਜੀ ਇਹਨੂੰ ਕੜਾਹ ਖਾਣਾ ਕਹਿੰਦੇ ਨੇ 2.5 ਕਿਲੋ ਛੱਕ ਜਾਂਦਾ ਇਕੱਲਾ ਹੀ ਕਿੱਦਾਂ ਅੰਕਲ ਹੁਣ 2.5 ਕਿਲੋ ਕੜਾਹ ਖਾਣਾ ਹੈ ਨਾ ਤੇ ਮੈਨੂੰ ਦੱਸਣਾ ਮੈਂ ਤੇਰੀ ਕੜਾਹ ਖਾਂਦੇ ਦੀ ਫਿਲਮ ਬਣਾਉਣੀ ਆ ਅੰਕਲ ਜਿੱਦਾਂ ਤੂੰ ਜੰਮਿਆ ਕਦ ਸੀਗਾ ਜਦੋਂ ਇਹ ਜੰਮਿਆ ਸੀ ਲੰਬੜਾ ਦੇ ਕਾਣੇ ਦੀ ਜਨ ਚੜੀ ਸੀ ਵੀ ਬਾਕੀ ਤਾਂ ਤੂੰ ਲਾ ਲੈ ਕਹਿੰਦੇ ਨੇਰੀਆਂ ਰਾਤਾਂ ਸੀ ਤਾਂ ਹੀ ਤਾਂ ਪਿੰਡ 'ਚ ਨੇਰ ਵਾਪਰਿਆ ਏ ਕਿਤੇ ਸਾਰੇ ਜਿੰਮ ਕਹਿ ਰਹੀ ਆ ਇੱਥੇ ਅੰਕਲ ਤੁਸੀਂ ਕੰਮ ਕੀ ਕਰਦੇ ਆ ਕੰਮ ਤਾਂ ਸੁੱਖ ਨਾਲ ਕਦੇ ਨਿਬੜਿਆ ਹੀ ਨਹੀਂ ਤੜਕੇ ਆ ਜਾਈਦਾ ਆਥੜ ਹੋ ਜਾਂਦਾ ਤੇਰੇ ਸਾਹਮਣੇ ਪਿਛਲੇ 20 ਵਰਿਆਂ ਤੋਂ ਇਹੀ ਚੱਲੀ ਜਾਂਦਾ ਸਲੈਸ ਬਹੁਤ ਹੋ ਗਿਆ ਵੀ ਝੇਡਾਂ ਹੁਣ ਮੈਨੂੰ ਟਾਈਮ ਦਿਓ ਬਾਈ ਜੀ ਮੇਰੇ ਕੰਨੀ ਕਰੋ ਕੈਮਰਾ ਮੈਂ ਲਾਉਣਾ ਸੀਪ ਸਤਿ ਸ੍ਰੀ ਅਕਾਲ ਇੰਗਲੈਂਡ ਮੈਂ ਖੋਜੀ ਬੋਲਦਾ ਪਿੰਡ ਤੇ ਡਾਕਖਾਨਾ ਫਰਮਾਹੀ ਮੈਂ ਬਹੁਤ ਛੇਤੀ ਇੰਗਲੈਂਡ ਆਉਣਾ ਮੰਗਦਾ ਮੈਨੂੰ ਬਸ 1 ਘੰਟੇ ਲਈ ਸੱਦ ਲਓ ਮੁੜ ਕੇ ਮੈਂ ਜਾਣਾ ਤੇ ਮੇਰਾ ਕੰਮ ਮੈਂ ਨਾ ਮੁੜਿਆ ਮੇਰੇ ਕਹੋ ਜੀ ਕਿਦਾਂ ਤੂੰ ਕੁਛ ਹੋਰ ਕਹਿਣਾ ਆ ਜਿਹੜਾ ਕੁਛ ਉਹ ਵੀ ਕਹਿ ਲਾ ਕਿਦਾਂ ਫਾਇਦਾ ਤਾਂ ਹੈ ਨਹੀਂ ਕੋਈ ਆ ਬੈਟਰੀ ਤਾਂ ਕਦ ਹੀ ਮੁੱਕੀ ਆ ਮੈਂ ਤਾਂ ਉਦਾਂ ਹੀ ਕਮਾਉਣਾ ਹੀ ਆ ਬਾਈ ਤੂੰ ਵੀ ਇੱਥੇ ਕੇ ਸੀਪ ਲਾਉਣੀ ਸਿੱਖ ਗਿਆ ਹੈ ਵਾਹ ਬਾਈ ਵਾਹ ਤੇ ਤੋ ਲਿਪੀ ਦਾ ਵਿਆਹ ਤੰਦੀਆਂ ਤੈਨੂੰ ਲੱਖ ਲੱਖ ਵਧਾਈਆਂ ਪੁੱਤਰ ਪਰ ਸਭ ਕੁਝ ਇੰਨੀ ਛੇਤੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੰਜੋਗ ਜ਼ੋਰਾਵਰ ਹੁੰਦੇ ਆ ਬਾਪੂ ਜੀ ਰਿਸ਼ਤਾ ਚੰਗਾ ਸੀ ਆਪਣੀ ਦੀਪੀ ਨੇ ਵੀ ਹਾਂ ਕਰਤੀ ਬਟ ਪੂਆ ਜੀ ਦੀਪੀ ਤਾਂ ਅਜੇ ਪੜ੍ਹਦੀ ਆ ਉਹਦੀ ਸਟੱਡੀ ਨਹੀਂ ਖਰਾਬ ਹੋਣੀ ਉਹ ਨਾ ਪੁੱਤਰ ਉਹ ਵੀ ਉਹਨਾਂ ਨੇ ਕਹਿਤਾ ਕਿ ਦੀਪੀ ਆਪਣੀ ਪੜ੍ਹਾਈ ਨਾਲੋਂ ਨਾਲ ਕਰ ਸਕਦੀ ਹੈ ਖੰਡ ਪਾ ਕੇ ਖਾਂਦੇ ਆ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਆ ਮੈਂ ਕਿਤੇ ਬਹੁਤ ਐਕਸਾਈਟਿਡ ਆ ਕਿਤੇ ਫੋਟੋ ਫਸਟ ਟਾਈਮ ਮੈਂ ਪੰਜਾਬ ਦਾ ਮੈਰਿਜ ਦੇਖਣਾ ਆ ਤੈਨੂੰ ਬਹੁਤ ਬਹੁਤ ਵਧਾਈਆਂ ਮੈਂ ਵਧਾਈਆਂ ਨਹੀਂ ਹੁੰਦਾ ਵਧਾਈਆਂ ਮੈਂ ਤਾਂ ਭਾਈ ਵਧਾਈਆਂ ਦੁੱਗਣੀਆਂ ਕਰਨ ਆਈਆਂ ਆਈ ਡੋਨਟ ਮਾਈਂਡ ਗੋ ਅਹੈਡ ਬਾਸ ਜਿਹਦੇ ਤੇ ਵੀ ਉਂਗਲੀ ਰੱਖੇਗਾ ਨਾ ਉਹੀ ਲਿਆ ਦੂੰਗੀ ਭੂਆ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਜਦੋਂ ਮੈਨੂੰ ਕੋਈ ਕੁੜੀ ਪਸੰਦ ਆਊਗੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਓਹੋ ਤੂੰ ਵਿਚੋਲਪਣਾ ਛੱਡ ਤੇ ਜਾ ਕੇ ਵਿਆਹ ਦੀਆਂ ਤਿਆਰੀਆਂ ਕਰ ਅਸੀਂ ਆ ਰਹੇ ਹਾਂ ਨਾਨਕਾ ਮੇਲ ਲੈ ਕੇ ਨਾਨਕਾ ਮੇਲ ਇਹ ਕਿੱਦਾਂ ਟ੍ਰੇਨ ਹੈ ਕੋਈ ਪੰਜਾਬ ਦੀ ਤੇ ਕਾਫੀ ਫਾਸਟ ਚੱਲਦੀ ਹੋਣੀ ਹੈ ਨਾਨਕਾ ਮੇਲ ਲਾਤੀ ਸੀ ਉਹ ਮਾਲਕੋ ਦਾਦਾ ਜੀ ਹੈ ਦੀਪੀ ਦੇ ਨਾਨਾ ਜੀ ਤੇ ਆਪਾਂ ਸਾਰਿਆਂ ਮੇਲ ਨਾਨੇ ਕਾ ਮੇਲ ਹੋ ਗਿਆ ਨਾ ਨਾਨਕਾ ਮੇਲ ਨਾ ਤੇ ਦਾਤਾ ਫੀ ਮਿਲਿਆ ਕਿੱਦਾਂ ਮੇਲ ਹੋ ਗਈ ਲੈ ਕਰ ਲੈ ਕਰ ਲੈ ਉਹ ਹਾਸੇ ਦੀ ਗੱਲ ਤਾਂ ਹੈ ਨਹੀਂ ਅੱਛਾ ਦੇਖਤਾ ਕਿਹੋ ਜੀ ਲੱਗੀ ਹੈ ਬਹੁਤ ਲੈ ਵੀ ਦੀਪੀ ਤੇਰਾ ਭਰਾ ਤਾਂ ਆ ਗਿਆ ਨੀ ਕੁੜੀਓ ਇਹ ਮੇਰਾ ਭਤੀਜਾ ਰੂਪ ਹੈ ਸੁਖਨਾ ਲੰਦਨੋਂ ਆਇਆ ਬਈ 100 ਹੱਥ ਰਸਾ ਸਿਰੇ ਤੇ ਗੰਢ ਜਿਹੜੀ ਅੱਜ ਨਾ ਨੱਚੀ ਨਾ ਮੈਂ ਤਾਂ ਉਹਦੇ ਨਾਲ ਬੋਲਣਾ ਨਹੀਂ ਲੈ ਬੈਠ ਪੁੱਤਰ ਮੈਨੂੰ ਤਾਂ 50 ਕੰਮ ਨੇ ਨੀ ਕੁੜੀਓ ਇੱਧਰ ਆ ਸਤਿ ਸ਼੍ਰੀ ਅਕਾਲ ਜੀ ਦੇਖ ਮਹਿੰਦੀ ਸੋਹਣੀ ਆ
ਤੁਹਾਨੂੰ ਮਹਿੰਦੀ ਬਾਰੇ ਪਤਾ ਹੈ? ਮੈਂ ਯੂਕੇ ਤੋਂ ਆਇਆ, ਜੁਪੀਟਰ ਤੋਂ ਤਾਂ ਨਹੀਂ ਆਇਆ। ਓਹੋ, ਯੂਕੇ ਵਾਲਿਆਂ ਨੂੰ ਗੱਲਾਂ ਵੀ ਆਉਂਦੀਆਂ ਨੇ? ਅੱਛਾ ਮੈਨੂੰ ਇੱਕ ਗੱਲ ਦੱਸੋ, ਇਹਦਾ ਤਾਂ ਵਿਆਹ ਆ, ਇਹਨੇ ਮਹਿੰਦੀ ਲਾਈ ਆ, ਤੁਹਾਨੂੰ ਸਾਰਿਆਂ ਨੂੰ ਮਹਿੰਦੀ ਲਾਉਣ ਦੀ ਕੀ ਲੋੜ ਪਈ ਆ? ਸਾਡੀ ਸਹੇਲੀ ਦਾ ਵਿਆਹ ਹੈ, ਸਾਨੂੰ ਖੁਸ਼ੀ ਹੈ, ਇਸ ਲਈ ਲਾਈ ਆ। ਹਾਂ, ਓਕੇ ਓਕੇ, ਮੈਂ ਸੋਚਿਆ ਤੁਸੀਂ ਇਸ ਕਰਕੇ ਲਾਈ ਆ ਕਿ ਤੁਹਾਡੇ ਵੀ ਵਿਆਹ ਛੇਤੀ ਹੋ ਜਾਣ। ਵੈਸੇ ਵੀ ਤੁਹਾਡੀ ਨੌਲੇਜ ਲਈ ਦੱਸ ਦਵਾਂ ਕਿ ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੰਜਾਬ 'ਚ, ਤੇ ਜਿਸ ਹਿਸਾਬ ਨਾਲ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਨਾ, ਆਉਣ ਵਾਲੇ ਵਕਤ 'ਚ ਮੁੰਡੇ ਪਿੱਛੇ ਪਿੱਛੇ ਫਿਰਨਗੇ ਕੁੜੀਆਂ ਦੇ। ਮੁੰਡੇ ਤਾਂ ਹੁਣ ਵੀ ਪਿੱਛੇ ਪਿੱਛੇ ਫਿਰਦੇ ਆ ਲੱਭਦੇ। ਜਿੱਥੋਂ ਆਏ ਹੋ ਉੱਥੇ ਜਾ ਕੇ ਕਿਉਂ ਨਹੀਂ ਲੱਭਦੇ? ਕਿਉਂ, ਇੱਥੇ ਕਿਉਂ ਨਹੀਂ? ਇੱਥੇ ਤੁਹਾਡੀ ਗੱਲ ਨਹੀਂ ਬਣਨੀ। ਤੁਸੀਂ ਕਿੱਦਾਂ ਕਹਿ ਸਕਦੇ ਆ? ਹਾਂ, ਉਹ ਕਹਿੰਦੇ ਆ ਨਾ, ਜੋੜੀਆਂ ਤਾਂ ਰੱਬ ਬਣਾ ਕੇ ਭੇਜਦਾ ਆ। ਓ, ਫਿਰ ਕਰੋ ਰੱਬ ਅੱਗੇ ਅਰਦਾਸ, ਕੀ ਪਤਾ ਬਣ ਜਾਏ ਜੋੜੀ। ਕੁਲਵੰਤ, ਉਹ ਤੇਰੇ ਵਾਲਾ ਆ ਗਿਆ, ਮੈਂ ਚਲਦੀ ਹਾਂ। ਹਾਈ, ਥੈਂਕ ਯੂ ਸੋ ਮੱਚ। ਕਿੱਦਾਂ ਕਿੱਦਾਂ ਆ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੂੰ ਕਿੱਦਾਂ, ਇਹਨਾਂ ਕੱਪੜਿਆਂ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੂੰ। ਤੁਹਾਡਾ ਮਤਲਬ ਹੈ ਕਿ ਮੈਂ ਇਸ ਪੋਸ਼ਾਕ ਕਰਕੇ ਖੂਬਸੂਰਤ ਲੱਗ ਰਹੀ ਹਾਂ? ਨੋ, ਆਈ ਮੀਨ ਤੁਸੀਂ ਕਿੱਦਾਂ ਚੇਂਜ ਆ, ਕਿੱਦਾਂ ਤੂੰ ਸਪੈਕਸ ਨਹੀਂ ਲਾਏ ਫਿਰ ਵੀ ਕਿਤੇ ਸੋਹਣੀ ਲੱਗਦੀ ਆ। ਹਾਂਜੀ, ਮੈਂ ਅਕਸਰ ਖੁਸ਼ੀ ਦੇ ਸਮਾਗਮ ਤੇ ਪਾਰਦਰਸ਼ੀ ਸ਼ੀਸ਼ੇ ਲਾ ਲੈਂਦੀ ਹਾਂ। ਪਰ ਕਿੱਦਾਂ ਤੂੰ ਕਿੱਦਾਂ ਵੀ ਹੁੰਨੀ ਆ ਨਾ, ਤੂੰ ਕਿਤੇ ਸੋਹਣੀ ਲੱਗਦੀ ਆ। ਕੁੱਲੀ ਕੁੱਲੀ, ਸ਼੍ਰੀਮਾਨ ਜੀ, ਮੇਰਾ ਨਾਮ ਕੁਲਵੰਤ ਕੌਰ ਹੈ। ਯੇ, ਆਈ ਨੋ ਵੈਰੀ ਵੈਲ, ਕਿਤੇ ਮੈਂ ਜਾਣਦਾ ਹਾਂ। ਠੀਕ ਹੈ, ਪਰ ਅਜੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਤੁਹਾਡਾ ਬਹੁਤ ਕੁਝ ਜਾਣਨਾ ਬਾਕੀ ਹੈ। ਮੈਂ ਅੱਜ ਤੁਹਾਨੂੰ ਮਹਿਮੂਦ ਗਜ਼ਨਵੀ ਦੇ ਆਖਰੀ ਹਮਲੇ ਬਾਰੇ ਦੱਸੂੰਗੀ। ਠੀਕ, ਆ ਹੱਥ ਜੋੜੇ ਤੇਰੇ ਅੱਗੇ, ਕਿਤੇ ਛੱਡ ਹੁਣ ਪੁਰਾਣੀ ਹਿਸਟਰੀ ਨੂੰ, ਕਿੱਦਾਂ ਆਪਣੀ ਆਉਣ ਵਾਲੀ ਹਿਸਟਰੀ ਦੀ ਕੋਈ ਗੱਲ ਕਰਦੇ ਆ। ਮਾਫ ਕਰਨਾ, ਆਪਣੇ ਕਿਸ ਇਤਿਹਾਸ ਦੀ ਚਰਚਾ ਕਰ ਰਹੇ ਹੋ ਤੁਸੀਂ? ਨਾਲੇ ਆਪਣੇ 'ਚ ਮੈਂ ਕਿਵੇਂ ਸ਼ਾਮਿਲ ਹੋ ਗਈ? ਉਹਦਾ ਤਾਂ ਕਿੱਦਾਂ, ਤੂੰ ਬਹੁਤ ਸਿਆਣੀ ਆ, ਤੈਨੂੰ ਸਾਰਾ ਕਾਸੀ ਪਤਾ ਆ, ਪਰ ਕਿੱਦਾਂ ਕੰਮ ਦੀ ਗੱਲ ਤੇ ਆ ਕੇ ਤੂੰ ਨਲਾਇਕ ਹੋ ਜਾਨੀ ਆ। ਮੈਂ ਤੇ ਕਿੱਦਾਂ ਆਪਣੀ ਆਉਣ ਵਾਲੀ ਲਾਈਫ ਦੀ ਗੱਲ ਕਰਦਾ ਆ। ਭਵਿੱਖ ਦੇ ਸੰਦਰਭ 'ਚ ਅਧਿਆਤਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਅਧਿਆਤਮ ਦੇ ਸਿਖਰ ਤੇ ਪਹੁੰਚ ਕੇ ਸੰਪੂਰਨ ਮਨੁੱਖ ਦੀ ਸਿਰਜਣਾ ਹੁੰਦੀ ਹੈ। ਹਾਂ, ਉਹ ਤਾਂ ਕਿੱਦਾਂ ਠੀਕ ਆ, ਪਰ ਕਿੱਦਾਂ ਕੋਈ ਇਹੋ ਜਿਹੀ ਗੱਲ ਵੀ ਕਰ ਲਾ ਕਿਹੜੀ ਮੇਰੇ ਸਮਝ ਆ ਜਾਵੇ? ਆਪਣੇ ਸ਼ਬਦਕੋਸ਼ ਬਾਰੇ ਤਾਂ ਮੈਨੂੰ ਸੰਪੂਰਨ ਗਿਆਨ ਹੈ। ਹਾਂ, ਪਰ ਮੈਂ ਤੁਹਾਡੇ ਵਾਰਤਾਲਾਪ ਦਾ ਅਰਥ ਵੀ ਕੁਛ ਕੁਛ ਸਮਝ ਰਹੀ ਹਾਂ। ਜਿੱਦਾਂ, ਓ ਮਾਈ ਗਾਡ, ਇਹ ਕਿਤੇ ਜਿੱਦਾਂ ਦੇ ਤਾਂ ਆ ਗਈ ਆ, ਇਹਦਾ ਮਤਲਬ ਕਿਤੇ ਗੱਲ ਵੀ ਬਾਣੀ ਆ। ਯੂਕੇ ਤੋਂ ਸਪੈਸ਼ਲ ਵਿਆਹ ਕਰਾਉਣ ਲਈ ਆਏ ਲੱਗਦੇ ਹੋ? ਨੋ ਵੇ, ਨੋ, ਪਰ ਜੇ ਕਿਸੇ ਨੇ ਦਿਲ ਚੋਰੀ ਕਰ ਲਿਆ ਫਿਰ ਹੋ ਸਕਦਾ ਆ। ਬਸ ਸੁਣੋ, ਦਿਲ ਨੂੰ ਜ਼ਰਾ ਸਾਂਭ ਕੇ ਰੱਖੋ, ਅੱਜ ਕੱਲ ਹਾਰਟ ਪੇਸ਼ੈਂਟਸ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇ ਡਾਕਟਰ ਚੰਗਾ ਹੋਵੇ ਨਾ ਤੇ ਪੇਸ਼ੈਂਟ ਦੀ ਲਾਈਫ ਬਣਾ ਸਕਦਾ ਹੈ। ਬਾਜੀ, ਗਾਉਣ ਵਾਲੀ ਤਾਂ ਤੁੱਕੀ ਕਰਤੀ ਜੀ, ਮੈਂ ਤਾਂ ਕਹਿੰਦਾ ਇੰਗਲੈਂਡ ਜਾ ਕੇ ਤਿੰਨ ਜਣੇ ਹੀ ਕੰਮ ਸ਼ੁਰੂ ਕਰ ਦਈਏ। ਤਿੰਨ ਜਣੇ ਕਿਦਾਂ, ਮਤਲਬ ਦੋ ਤਾਂ ਸੀ, ਤੀਜਾ ਕੌਣ ਆ? ਥੋੜਾ ਛੋਟਾ ਵੀਰ ਖੋਜੀ। ਓ ਮਾਈ ਗਾਡ, ਹੇ ਰੂਪਸ, ਲਿਸਨ ਮੈਨ, ਕਿਦਾਂ ਖੋਜੀ ਸਾਡੇ ਨਾਲ ਲੰਡਨ ਜਾ ਕੇ ਬੈਂਡ ਬਣਾਉਣਾ ਮੰਗਦਾ ਹੀ ਆ। ਮੈਂ ਕਿ ਬੈਂਡ ਦਾ ਨਾਮ ਹੁਣ ਟੂ ਐਂਡ ਹਾਫ ਮਿਊਜ਼ੀਕਲ ਗਰੁੱਪ। ਹੇ ਮੈਨ, ਵੇ ਯੂ ਲਾਸਟ, ਕਮ ਬੈਕ, ਕਮ ਬੈਕ, ਕਮ ਬੈਕ। ਮੈਂ ਵੀ ਇੰਨੀ ਦੇਰ ਤਾਂ ਇਹ ਵੇਖੀ ਜਾ ਰਿਹਾ, ਇਹ ਬੈਠਾ ਇੱਥੇ ਆ ਪਰ ਹੈ ਕਿਤੇ ਹੋਰ। ਰੂਪ, ਕੀ ਗੱਲ ਹੈ ਪੁੱਤਰ? ਹਾਂ, ਕੁਛ ਨਹੀਂ ਦਾਦਾ ਜੀ। ਕਿੱਦਾਂ ਦਾਦਾ ਜੀ, ਇਹਨਾਂ ਕੌਸ ਨਹੀਂ ਦੱਸਣਾ, ਕਿੱਦਾਂ ਮੈਨੂੰ ਹੀ ਦੱਸਣਾ ਪੈਣਾ ਹੀ ਆ। ਡੀਜੇ ਪਲੀਜ਼, ਓਕੇ, ਕਿੱਦਾਂ ਸੰਗ ਦਾ ਕਿੱਦਾਂ ਆ? ਬਾਤਾਂ ਕੀ ਪਾਏ ਜਾਂਦੇ ਹੋ, ਮੈਨੂੰ ਵੀ ਤਾਂ ਦੱਸੋ ਗੱਲ ਕੀ ਹੈ। ਐਕਚੁਅਲੀ ਗੱਲ ਇਦਾਂ ਆ ਨਾ, ਕਿੱਦਾਂ ਨਾ ਇਹਨੂੰ ਇੱਕ ਕੁੜੀ ਪਸੰਦ ਆ ਗਈ ਆ। ਕੀ ਸੱਚੀ? ਕਿੱਦਾਂ ਉਹਦੇ ਨਾਲ ਨਾ ਵਿਆਹ ਕਰਨਾ ਮੰਗਦਾ ਆ। ਤੂੰ ਸੱਚ ਕਹਿੰਦਾ ਪੁੱਤਰ? ਆਸਕੇ ਆਸਕੇ, ਕੁੜੀ ਕੌਣ ਹੈ ਪੁੱਤਰ? ਆ ਬੋਲ ਲੈ ਪੁੱਤਰ, ਆ ਦੱਸ ਤਾਂ ਸਹੀ। ਰੀਤ ਨਾਈ ਜੀ, ਮਤਲਬ ਆਪਣੀ ਦਿੱਪੀ ਭੈਣ ਦੀ ਫਰੈਂਡ ਆ। ਫਿਰ ਤਾਂ ਤੇਰੀ ਭੂਆ ਜਾਣਦੀ ਹੋਏਗੀ, ਫੋਨ ਮਿਲਾ ਉਹਨੂੰ। ਓਏ ਗੱਲ ਕਰ ਛੇਤੀ, ਓਏ ਨੇਕ ਕੰਮ ਹੀ ਦੇਰ ਨਹੀਂ ਕਰੀਦੀ, ਫਟਾਫਟ ਕਰ, ਫਟਾਫਟ ਕਰ। ਕੀ ਨੰਬਰ ਕੀ ਆ? ਓ ਦੱਸ ਭਾਈ। 98-149-043-62। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜਿਉਂਦਾ ਰਹਿ ਪੁੱਤ। ਰੂਪ, ਕੱਲ ਦੀਆਂ ਤੇਰੀਆਂ ਗੱਲਾਂ ਹੋਈ ਜਾਂਦੀਆਂ ਨੇ ਘਰ 'ਚ। ਆ ਦਾਦਾ ਜੀ ਗੱਲ ਕਰਨਾ ਚਾਹੁੰਦੇ ਆ। ਜੀਤ, ਓ ਪੁੱਤਰ ਵਧਾਈਆਂ ਹੁਣ ਤੈਨੂੰ, ਉਹ ਆਪਣੇ ਰੂਪ ਨੂੰ ਕੁੜੀ ਪਸੰਦ ਆ ਗਈ ਹੈ। ਹਾਂ, ਉਹ ਦੀਪੀ ਦੀ ਸਹੇਲੀ ਹੈ, ਉਹ ਕੀ ਨਾਂ ਹੈ ਉਹਦਾ? ਰੀਤ। ਹਾਂ, ਰੀਤ। ਲੈ ਦੱਸ, ਕੁੱਛੜ ਕੁੜੀ ਸ਼ਹਿਰ ਢੰਡੋਰਾ, ਮੈਂ ਰੂਪ ਵਾਸਤੇ ਕੁੜੀ ਲੱਭਣ ਲਈ ਜੁੱਤੀਆਂ ਘਸਾਈ ਜਾਂਦੀ ਆ, ਉਹਨੇ ਤਾਂ ਮੇਰਾ ਕੰਮ ਹੀ ਆਸਾਨ ਕਰਤਾ। ਪਰ ਪੁੱਤਰ, ਹੁਣ ਅੱਗੇ ਗੱਲ ਤਾਂ ਤੋਰ। ਲੈ, ਅੱਗੇ ਕੀ ਤੋਰਨੀ ਆ, ਗੱਲ ਤਾਂ ਤੁਰੀ ਤਰਾਈ ਹੈ, ਆਪਾਂ ਚੱਲ ਆਉਂਦੇ ਆ। ਪਰ ਉਹਨਾਂ ਨੂੰ ਦੱਸਣਾ ਤਾਂ ਚਾਹੀਦਾ ਨਾ। ਉਹ ਦੱਸਣਾ ਕੀ ਹੈ, ਕੱਲ ਚੱਲਾਂਗੇ ਤੇ ਤਰੀਕ ਪੱਕੀ ਕਰ ਦਾਂਗੇ। ਚੰਗਾ ਚੰਗਾ, ਜਿੱਦਾਂ ਤੇਰੀ ਮਰਜ਼ੀ ਆ, ਕਰ।
ओके सत श्री अकाल। रूपा तू खुश है ना पुत्र? बहुत खुश है दादा जी, थैंक यू। किदा दादा जी, एडे वाला तो कंजा खा दिता या किदा मेरा भी कुछ सोचना पैना है? पुत्र तू भी कुड़ी पसंद कर ले, तेरा भी काट देंगे। पर एक गल मैं जरूर कहना चाहना, तू जरा ना अपना हुलिया बदल पुत्र, इतों के रंग भी रंग जा, मेरे वर्गी पग बन, बड़ा सोहना लगेगा तू। हाँ किदा हूँ जिदा मैनू भी पता लग गया कि इदा दाल गालनी तो है नहीं, चेंज तो करना ही पैना है, किदा फिर ही हिस्ट्री बननी है मेरी हूँ। बट लेट्स पार्टी टुडे मैन, किदा साडा रूप खुश है, रूप खुश है तो किदा मैं भी खुश हाँ। मालको जे तुसी खुश हो तो मैं भी खुश हाँ जी। चुप करो, मेरे तो ज्यादा और कौन खुश हो सकता है, क्यों पुत्र? बरार साहब तुसी तो हैरान होंदे होगे कि सवेरे सवेरे असी तवा बोलता तुहाडे घरे। नहीं नहीं बापू जी, एहो जिहियां गल्लां क्यों करदे जे, तुहाडा अपना घर है सुख नाल, जी आया नू बैठो बैठो मैडम भाई मैडम मेरा पुत्र बैठो भाई, कोई चाह पानी लेके आओ है, ते नाल नू कुछ खाण पीण नू। ओ जी बैठो 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 जरा एक मिनट। ओ जी खावांगे भी पीवांगे भी, पहला खुशखबरी तो सुना दिए तुहानू। क्यों बापू जी? हाँ पुत्र गल है बराड़ साहब कि असी अपने रूप दा यानी मेरे पोते दा जरा इंग्लैंड तो आया है, थोड़ी बेटी वास्ते रिश्ता लेके आए। बापू जी साडे लिए इस तो वड्डी गल की हो सकती है कि तुसी आप साडे घर चल के आए जी, धन पाक साडे सानू मंजूर है जी। वधाइयां जी वधाइयां। मैन कांग्रेस कांग्रेस। मैं क्या जी एक बार रीत तो पूछ लिए। ओ ये अंकल रीत तो पूछ लो, सानू कोई प्रॉब्लम नहीं है। नाउ वी डोंट माइंड किदा लाइफ ता इन्होंने स्पेंड करनी है, किदा वैसे भी पूछना बनता या पूछ लो कुड़ी नु किदा। वैसे पूछने वाली रस्म भी पूरी कर लो, पर एहो जे रिश्ते लिए पूछने दी कोई लोड़ नहीं हुंदी। बेटा तू मेरे नजर अंदर चलेंगी? मैं आ बेटा। रीत पुत्र तेनु रिश्ता तो मंजूर है ना? बापू जी तुसी बुरा ना मनायो पर मैं अजे नहीं ब्याह करवाना। पुत्र की हो जी गल करन दी, वो बाहरों रिश्ता आया चंगे लोग आ, जवाब तो देना पैना ना पुत्र। बापू जी तुसी उन्हां नू कह दो कि साडी कुड़ी अजे वैली राजी नहीं है। ओ पुत्र हुण ना सही, बाद च ब्याह करवा ली। हां तां कर दे। ए बाहरले अपने आप नू समझदे की है? बस जेड़ी कुड़ी उत्ते उंगली रखदे ओनू ब्याह के लै जाणगे, पर मैं उन्ना कुड़ियां चो नहीं। तू किहो जी गल्लां कर रही है रीत पुत्र, तेनू त्रास की है? हर गल दा तरीका हुंदा बापू जी, पहला साडे नाल गल करके आउंदे, सानू सोचण दा समां दिंदे, बिना दस्से पुछे रिश्ता लेके आ गए। मेरी अपनी भी तो कोई होंद है बापू जी, ए कोई गल हुई कि कोई भी आवे ते अपनी मर्जी नाल ब्याह के लै जावे? ज्यादा पढ़ लिख के दिमाग खराब हो गया तेरा। फिर नहीं सी पढ़ाना बापू जी, ते जे पढ़ाया है तो फिर साडा इन्ना तो हक बनता है कि असी अपना भला पूरा आप सोच सकिए। इस बार ते मैं पूछने की गलती कर चुका है, अगली बार नहीं पूछांगा, याद रखी। आओ बिराट साहब आओ, मैं तुहाडे कोलों माफी मंगनी चाहना, दरअसल सारा कुछ इना अचानक हो गया कि मेरी बेटी इस रिश्ते लिए तैयार नहीं। मैं कल्ले च रीत नाल गल कर सकदे हां? काका ए वलायत नहीं पंजाब आ, तेनू सारयां दे सामने इहो जी गल नहीं सी करनी चाहीदी। What's wrong with this? अंकल जी रीत नू मेरे बारे कोई गलतफहमी आ तां इत्थे गल नहीं हो सकदी, जे लड़की नू रिश्ता मंजूर नहीं है ते आपां की कर सकदे हां? पर दादा जी चंगा भाई ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਪਾਈਆਂ ਚੌਧਰ ਛੱਡੀ ਪਿੰਡ ਦੀ ਛੱਡੀਆਂ ਪਰ ਸਟਾਪ ਇਟ ਮਿਸਟਰ ਕਾਜੀ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾਂ ਆਈ ਸੈਡ ਸਟਾਪ ਇਟ ਮੈਂ ਤਾਂ ਥਾਂ ਦੀ ਬ੍ਰੇਕਾਂ ਲਾਤੀਆਂ ਮੈਂ ਕਿਤੇ ਤੇਰੇ ਗਾਉਣ ਦੀ ਗੱਲ ਕਰਦਾ ਹੀ ਹਾਂ ਕਿਤੇ ਸਾਡੇ ਨਾਲ ਹੋਈ ਆ ਸਾਡੇ ਤੇ ਕਿਤੇ ਰੋਣ ਨੂੰ ਦਿਲ ਕਰਦਾ ਹੀ ਆ ਤੇਰਾ ਗਾਉਣ ਨੂੰ ਕਰਦਾ ਹੀ ਆ
ਉਹ ਮੈਂ ਗਾ ਨਹੀਂ ਰਿਹਾ, ਆਪਣਾ ਚਿੱਤ ਬਰਾ ਰਿਹਾ। ਸਾਡਾ ਤਾਂ ਜਿਉਣਾ ਤੋਂ ਪਰ ਹੋਇਆ ਪਿਆ, ਏਡੇ ਵੱਡੇ ਸਰਦਾਰ ਨੂੰ ਕੋਈ ਰਿਸ਼ਤੇ ਨੂੰ ਜਵਾਬ ਦੇ ਦੇ, ਇਹ ਤੋਂ ਵੱਡੀ ਬੇਇੱਜ਼ਤੀ ਵਾਲੀ ਗੱਲ ਕੀ ਹੋ ਸਕਦੀ ਹੈ? ਨਾ ਇਹ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ, ਕੁੜੀ ਨੇ ਕਿਤੇ ਨੋ ਹੀ ਕੀਤੀ ਆ, ਨੋ ਪ੍ਰੋਬਲਮਸ। ਲਾਤੀ ਸੀਪ, ਇੱਥੇ ਸਾਰੇ ਪੱਤੇ ਖਿੰਡੇ ਪਏ ਨੇ, ਤੁਸੀਂ ਬਾਈ ਜੀ ਕਹਿੰਦੇ ਨੋ ਪ੍ਰੋਬਲਮ। ਕਦੇ ਤਾਂ ਸੀਰੀਅਸ ਹੋ ਜਾਇਆ ਕਰ ਖੋਜੀ, ਤੈਨੂੰ ਹਰ ਗੱਲ 'ਚ ਮਜ਼ਾਕ ਸੁੱਝਦਾ ਆ। ਬਾਈ ਜੀ ਤੁਸੀਂ ਨਹੀਂ ਸਮਝਦੇ, ਬਾਹਰੋਂ ਆਏ ਸਾਡੇ ਲਈ ਤਾਂ ਮਰਨ ਦੇ ਬਰਾਬਰ ਹੈ। ਦਾਦਾ ਜੀ ਤਾਂ ਸੁੱਤੇ ਨਹੀਂ ਸਾਰੀ ਰਾਤ, ਪਹਿਲੀ ਵਾਰੀ ਆ ਵੀ ਪਿੰਡ ਦਾ ਗੇੜਾ ਲਾਉਣ ਨਹੀਂ ਗਏ ਅੱਜ। ਆਨੈਸਟਲੀ ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਰੀਤ ਦੀ ਪ੍ਰੋਬਲਮ ਕੀ ਹੈ, ਉਹਨੇ ਨਾ ਕਿਉਂ ਕੀਤੀ। ਐਵਰੀਥਿੰਗ ਤਾਂ ਆਲ ਰਾਈਟ ਸੀ। ਬਾਈ ਜੀ ਜੇ ਗੁੱਸਾ ਮਾਇੰਡ ਨਾ ਕਰੋ ਤਾਂ ਮੈਂ ਦੱਸਾਂ ਵੀ ਉਹਨੇ ਜਵਾਬ ਕਿਉਂ ਦਿੱਤਾ। ਕਿਉਂ? ਮੈਨੂੰ ਲੱਗਦਾ ਜੀ ਉਹ ਬਾਹਰ ਨਹੀਂ ਜਾਣਾ ਚਾਹੁੰਦੀ। ਮੈਂ ਸੋਚਿਆ ਪਤਾ ਨਹੀਂ ਕੀ ਦੱਸਣ ਲੱਗਿਆ ਆ, ਤੇ ਕਿਉਂ ਨਹੀਂ ਜਾਣਾ ਚਾਹੁੰਦੀ ਆ? ਬਾਈ ਨਿੱਤ ਤਾਂ ਆਉਂਦਾ ਅਖਬਾਰਾਂ 'ਚ ਵੀ ਕੁੜੀਆਂ ਨੂੰ ਤੰਗ ਬਹੁਤ ਕਰਦੇ ਆ ਬਾਹਰਲੇ, ਤੇ ਕਿੱਦਾਂ ਉਹ ਪੂਆ ਤਾਂ ਕਹਿੰਦੀ ਆ ਕੁੜੀਆਂ ਬਾਹਰ ਜਾਣ ਨੂੰ ਕਿੱਦਾਂ ਮਾਰਦੀਆਂ ਆ, ਤੇ ਫਿਰ ਇਹਦਾ ਮਤਲਬ ਪੂਆ ਦਾ ਕੰਮ ਵੀ ਫਲਾਪ ਹੀ ਆ। ਹੁਣ ਨਹੀਂ ਉਹ ਗੱਲਾਂ ਰਹੀਆਂ ਬਾਹਰ ਜਾਣ ਵਾਲੀਆਂ, ਤੇ ਫਿਰ ਤੂੰ ਕਿੱਦਾਂ ਜਾਣਾ ਮੰਗਦਾ ਆ? ਓਕੇ ਫਿਰ ਤੂੰ ਵੀ ਰਹਿ ਲੈ ਇੱਥੇ ਹੀ। ਨਾ ਨਾ ਬਾਈ ਜੀ ਆ ਜਲ ਨਾ ਟਾਹੋ, ਆਹ ਸੀਪ ਨਾ ਲਓ, ਮੈਂ ਆਪਣੀ ਨਹੀਂ, ਮੈਂ ਤਾਂ ਪੜ੍ਹੇ ਲਿਖੇ। ਓ ਸ਼ਟ ਅਪ, ਤੁਸੀਂ ਆਪਦੀਆਂ ਹੀ ਲਈ ਜਾਂਦੇ ਹੋ, ਮੇਰੇ ਬਾਰੇ ਵੀ ਕੁਝ ਸੋਚੋ। ਚੌਣ ਲਾ ਬਾਈ ਜੀ, ਇੱਕ ਗੱਲ ਆਖਾਂ ਜੀ ਫਿਰ। ਬਾਈ ਦੀਪੀ ਭੈਣ ਨਾਲ ਗੱਲ ਕਰੋ ਜੀ, ਰੀਤ ਉਹਦੀ ਸਹੇਲੀ ਹੈ, ਉਹ ਦੱਸ ਸਕਦੀ ਹੈ ਵੀ ਚੱਕਰ ਕੀ ਹੈ। ਤੁਸੀਂ ਹੁਣ ਪੁੱਛ ਰਹੇ ਹੋ? ਜੇ ਕੋਈ ਗੱਲ ਸੀ ਤਾਂ ਪਹਿਲਾਂ ਦੱਸ ਦੇ, ਮੈਂ ਰੀਤ ਨਾਲ ਗੱਲ ਕਰਦੀ। ਭੂਆ ਨੇ ਟਾਈਮ ਹੀ ਨਹੀਂ ਦਿੱਤਾ, ਕਹਿੰਦੇ ਨੇ ਰਿਸ਼ਤਾ ਲੈ ਕੇ ਚੱਲੋ ਕੁੜੀ ਦੇ ਘਰੇ, ਉਹਨਾਂ ਨੇ ਕਿਹੜਾ ਨਾ ਕਰਨੀ ਹੈ। ਪਰ ਆਈ ਵਾਂਟ ਟੂ ਨੋ ਰੀਤ ਨੇ ਨਾ ਕਿਉਂ ਕੀਤੀ? ਮੈਨੂੰ ਫੋਨ ਆਇਆ ਸੀ ਰੀਤਾ, ਗੱਲ ਕੋਈ ਵੱਡੀ ਨਹੀਂ, ਪਰ ਜਿਸ ਤਰ੍ਹਾਂ ਤੁਸੀਂ ਅਪਰੋਚ ਕੀਤਾ ਰਿਸ਼ਤੇ ਲਈ ਉਹਨੂੰ ਇਹ ਚੰਗਾ ਨਹੀਂ ਲੱਗਿਆ। ਉਹ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਕੁੜੀ ਹੈ, ਆਪਣੀ ਸੈਲਫ ਰਿਸਪੈਕਟ ਮੰਗਦੀ ਹੈ ਰੂਪ। ਤੁਸੀਂ ਉਹਨੂੰ ਭੁੱਲ ਹੀ ਜਾਓ ਤਾਂ ਚੰਗਾ ਹੈ। ਕੀ ਤੂੰ ਗੱਲ ਕੀ ਕਰ ਰਹੀ ਆ? ਟ੍ਰਾਈ ਐਂਡ ਅੰਡਰਸਟੈਂਡ, ਮੈਂ ਪਿਆਰ ਕੀਤਾ ਆ ਉਸਨੂੰ, ਜੇ ਉਹਨੂੰ ਮੇਰੇ ਨਾਲ ਕੋਈ ਪ੍ਰੋਬਲਮ ਆ ਤੇ ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦਾ ਆ। ਤੁਸੀਂ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਤੁਹਾਡੀ ਬੋਲਚਾਲ ਪਹਿਰਾਵਾ ਉਹਨੂੰ ਥੋੜਾ ਓਪਰਾ ਜਿਹਾ ਲੱਗਦਾ ਹੈ, ਤੇ ਤੁਸੀਂ ਕੁੜੀ ਨੂੰ ਸਿੱਧਾ ਹੀ ਕਹੀ ਜਾਂਦੇ ਹੋ ਕਿ ਇਹਨਾਂ ਕੁੜੀਆਂ ਦਾ ਕੀ ਹੈ, ਬਾਹਰ ਜਾਣ ਲਈ ਤਾਂ ਕੰਬਲੀਆਂ ਨੇ, ਜਿੱਥੇ ਮਰਜ਼ੀ ਉਂਗਲੀ ਧਰ ਦਿਓ। ਇਹ ਤਾਂ ਕੋਈ ਤਰੀਕਾ ਨਾ ਹੋਇਆ ਕੁੜੀਆਂ ਨੂੰ ਟ੍ਰੀਟ ਕਰਨ ਦਾ। ਜੇ ਮੈਂ ਰੀਤ ਦੀ ਜਗ੍ਹਾ ਹੁੰਦੀ ਤਾਂ ਸ਼ਾਇਦ ਇਹੋ ਕਰਦੀ। ਪਰ ਇਹ 'ਚ ਮੇਰੀ ਕੀ ਫਾਲਟ ਆ? ਇਹ ਤਾਂ ਭੂਆ ਨੇ ਕਿਹਾ ਸੀ, ਰਾਈਟ? ਕਿਸੇ ਨੇ ਵੀ ਕਿਹਾ ਹੋਵੇ, ਪਰ ਹੈ ਤਾਂ ਗਲਤ ਨਾ? ਆਈ ਅੰਡਰਸਟੈਂਡ, ਉਹਨੂੰ ਜ਼ਰੂਰ ਬੁਰਾ ਲੱਗਿਆ ਹੋਵੇਗਾ, ਪਰ ਮੈਂ ਉਹਦੇ ਨਾਲ ਇੱਕ ਵਾਰੀ ਗੱਲ ਕਰਨਾ ਮੰਗਦਾ ਹਾਂ। ਇਹ ਸੌਖਾ ਨਹੀਂ। ਪਲੀਜ਼ ਦੀਪੀ, ਚਾਹੇ ਉਹ ਮੇਰੇ ਨਾਲ ਵਿਆਹ ਨਾ ਕਰਾਵੇ, ਪਰ ਮੈਂ ਇੱਕ ਵਾਰੀ ਉਹਨੂੰ ਜ਼ਰੂਰ ਮਿਲਣਾ ਮੰਗਦਾ। ਦੀਪੀ ਨੇ ਤੈਨੂੰ ਇੱਕ ਵਾਰੀ ਮਿਲਣ ਲਈ ਕਿਹਾ ਸੀ, ਸੋ ਮਿਲ ਲਿਆ। ਮੈਂ ਕੋਈ ਹੋਰ ਗੱਲ ਨਹੀਂ ਕਰਨੀ ਤੇਰੇ ਨਾਲ। ਭੂਆ ਜੀ ਨੇ ਜੋ ਕੁਝ ਵੀ ਕਿਹਾ ਉਹਦੇ ਲਈ ਮੈਂ ਸੌਰੀ, ਉਹ 'ਚ ਮੈਂ ਕਿੱਥੇ ਗਲਤ ਸੀ। ਆਪਾਂ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਾਂ। ਤੂੰ ਆਪਣਾ ਵਕਤ ਬਰਬਾਦ ਕਰ ਰਿਹਾ, ਉਂਝ ਵੀ ਤੁਹਾਨੂੰ ਕੁੜੀਆਂ ਦੀ ਕੀ ਘਾਟ ਹੈ? ਜਿਸ ਕੁੜੀ ਉੱਤੇ ਹੱਥ ਰੱਖੋਗੇ ਉਹ ਕੁੜੀ ਤੁਹਾਡੇ ਮਗਰ ਮਗਰ ਵਿਆਹ ਕਰਾਉਣ ਲਈ ਭੱਜੀ ਆਏਗੀ। ਹੁਣ ਮੈਂ ਤੈਨੂੰ ਕਿਵੇਂ ਦੱਸਾਂ, ਮੈਨੂੰ ਹੋਰ ਕੋਈ ਕੁੜੀ ਨਹੀਂ, ਰੀਤ ਚਾਹੀਦੀ ਹੈ। ਰੀਤ ਨੂੰ ਸਾਰੀ ਉਮਰ ਲਈ ਇੱਕ ਸਾਥੀ ਚਾਹੀਦਾ, ਕੋਈ ਵਪਾਰੀ ਨਹੀਂ। ਮੈਂ ਵਪਾਰੀ ਨਹੀਂ ਹਾਂ, ਮੈਂ ਸਿਰਫ ਤੈਨੂੰ ਪਿਆਰ ਕੀਤਾ ਹੈ। ਪਿਆਰ ਕੋਈ ਮਜ਼ਾਕ ਨਹੀਂ ਹੈ ਰੂਪ, ਤੈਨੂੰ ਪਿਆਰ ਦਾ ਮਤਲਬ ਵੀ ਪਤਾ? ਪਿਆਰ ਦੇ ਅਰਥ ਹੀਰ ਰਾਂਝੇ ਦੀ ਕਹਾਣੀ ਬਿਆਨ ਕਰਦੇ ਆ ਰੂਪ, ਸੱਸੀ ਪੁੰਨੂ ਦੇਸ਼ਕ ਦੀ ਬਾਤ ਪਾਉਂਦੇ ਨੇ। ਮੈਂ ਫਰਾਦ ਬਣ ਕੇ ਸ਼ੀਰੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਾਂਗਾ। ਇਹ ਨਾਮੁਮਕਿਨ ਹੈ, ਮੁਹੱਬਤ ਦੀ ਕਿਤਾਬ 'ਚ ਨਾਮੁਮਕਿਨ ਸ਼ਬਦ ਕਿਤੇ ਵੀ ਨਹੀਂ। ਬਹੁਤ ਹੋ ਗਿਆ, ਅੱਗੇ ਤਾਂ ਮੇਰੀ ਰਚਨਾ ਹੀ। ਮੈਂ ਅੱਜ ਤੋਂ ਤੈਨੂੰ ਹਰ ਰਾਤ ਮਿਲਾਂਗਾ। ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਮੈਂ ਹਰ ਦਿਸ਼ਾ ਹਰ ਮੋੜ ਤੇ ਤੈਨੂੰ ਦਿਖਾਈ ਦੇਵਾਂਗਾ। ਮੈਂ ਤੇਰੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ।
मैं तेरे दिलो दिमाग दे विच मोहब्बत दा गीत पढ़ के गूंजूंगा। देखते हैं रूप ना तेरे प्यार च दीवाना हो गया रीत, हुण मैं तेरा पक्ष नहीं ले सकती। मैनू नहीं सी पता मैनू इन्ना प्यार करदा है। हुण तां मैं भी महसूस करदी हां कि ते मैं गलती कर बैठी हां। अकबर जिहा बादशाह भी अपनी भुल बख्शाउण लई जोधा बाई दे पेके गया सी ते अज दी तारीख तसदीक करदी है कि इस जोधा नू अकबर कोल जाके अपने जज्बात दा इजहार कर लेना चाहिदा। पता नहीं वो मेरे बारे की सोचता होएगा। वो तो दिन रात तेरे बारे सोचता है रीत, तेनू खुश रखेगा। ये यूके वाले मुंडे दिल दे माड़े नहीं, पावे इन्हां नू पंजाबी भाषा दा संपूर्ण ज्ञान नहीं। हुण जे मैं उन्हूं मिला भी तो उहदा सामना किवें करांगी? दिल की कहिंदा है? दिल तां रूप नू मिलना मंगदा। मुहब्बत दे परिपेक्ष जज्बात दा विश्लेषण करन लग्या किसे किस्म दा संकोच नहीं करना चाहिदा। चंगा कुलवंत कौर जी, मैं तुहाडी विचारधारा नू आधार बना के नवा अध्याय लिखण दा यतन करांगी। ए होई ना गल। तेरा इकरार मेरी झोली च इन्नी छेती पै जाएगा ये मैं नहीं सी सोचा। मैनू तो लगता सी मैनू 12 साल मज्जां चारनिया पैणगियां रांझे वांग। मैं भी तो पहला तेरे च कुछ होर ही देखती सी। मैनू नहीं सी पता तू इन्ने साफ दिल दा मालिक है। मालिक मैं कित्थे रह गया, हुण तां इस दिल ते दावेदारी तेरी है। सब कुछ एक करिश्मे वांग लगता, तू इन्नी छेती पंजाबी रंग विच रंगिया जाएगा यकीन ही नहीं होंदा। इश्क सब तो बड़ा उस्ताद है, ये जदों दिलां च वसदा है ते जिंदगियां रोशन कर देंदा है। तू सचमुच मैनू इन्ना प्यार करता है? तेरे प्यार ने तो मेरी जिंदगी का रुख बदल दिता है। मैं भी तो पहला वर्गी नहीं रही। वेखी कि जोगी ना बना दे यार। तू भी मैनू चली होने तो बचा ले। मेरा दिल शीशे वर्गा है, मैं अपना अक्स धुंधला नहीं पहन देंगी। किदे लगदा है मैं एकदम टोटली चेंज होया हां, यू नो जस्ट बिकॉज़ ऑफ यू। मेरे करके? मैं कदों किया तुहानू अपनी दस्तार ते पोशाक विच परिवर्तन करन ले? मतलब जरूरी नहीं हुंदा कि सब कुछ कीदा बोल के दसया जावे, कस गल्ला कीदा आप ही अंडरस्टैंड करनियां पेंदियां आ। प्लीज वेयरएवर यू लाइक। कुलवंत कीदा मैनू तेरा चीता आउंदा रहिंदा ही आ, मैं तेनू अपने नाल लंदन लैके जाना मांगदा हां। विल यू मैरी मी? सोचदी की आ कि प्यार करन वाले सोचदे थोड़ा हुंदे आ, सोचदा तां दिमाग हुंदा आ, दिल थोड़ा सोचदा ही आ। तेरा दिल की मांगदा आ? मांगदा तां तेरे जिहे भोले इंसान नूं ही आ, पर इहदे लई तेरे माता पिता नूं साडी रिहाइश त्याग के मेरे माता पिता नाल वार्तालाप करनी पैणी है। फिर तो किदा भुल जा। क्यों? किदा मॉम मेरे वोल्वरहैम्पटन रहिंदे आ, डैड मेरे बर्मिंघम रहिंदे आ, मैं किदा लंदन रहिंदा आ, सारे खिल रहे आ। जे तू चाहनी है मैं किदा दादाई नूं भेज के सारा फिक्स करा सकदी आ। इहदा मतलब तेरे माता पिता दा तलाक होया? नो, किते छुट्टियां मनाउण नूं सेपरेट होए आ। यू नो मैं किदा 8 ईयर्स तों खल रहिंदा आ। पर यू नो कदों मैं तेनूं देखिया आ ना ते मैनूं लगा आ किदा मेरा भी कोई हैगा ही आ। किन्ना खुश मिजाज है तू दिलजीत, तू अपनी सादगी नाल मेरियां भावनावां उत्ते जित हासिल कर ली। पहरावा तां तू बदल ही लिया पर मैं बोली तेरी वाली सुनना मांगदी हां। यू सीरियस? इहदा मतलब किदा मामला फिट होया है? किन्नी जल्दी किदा सारा कुछ गड हो गया है। आई जस्ट कांट बिलीव इट। इहदा मतलब किदा
ਯਾਰਾਂ ਦੀ ਹੁਣ ਚੜਾਈ ਆ ਫੇ ਚੜਾਈ ਨਹੀਂ ਚੜਾਈ ਕਿਤੇ ਸੇਵੇਂ ਹੀ ਆ ਆਪੇ ਤੂੰ ਮੈਨੂੰ ਕਹਿੰਦੀ ਆ ਕਿਦਾਂ ਮੇਰੀ ਆਹੀ ਬੋਲੀ ਸੁਣਨਾ ਮੰਗਦੀ ਆ ਤੇ ਨਾਲੇ ਤੂੰ ਮੈਨੂੰ ਕਿਤੇ ਟੀਚ ਕਰਦੀ ਆ ਮੈਂ ਆਪਣੀ ਗੁਸਤਾਖੀ ਲਈ ਖੇਮਾ ਦੀ ਜਾ ਚੁੱਕਾ ਕਿਤੇ ਮੈਂ ਸਮਝਿਆ ਨਹੀਂ ਜਿੱਦਾਂ ਮੈਂ ਸੌਰੀ ਆ ਸੌਰੀ ਪਰ ਕਿਹੜੇ ਸੰਦਰਭ ਚ ਖੋਜੀ ਇਹ ਅੱਜ ਕੱਲ੍ਹ ਰੂਪ ਹੀ ਕਿੱਥੇ ਗਾਇਬ ਰਹਿੰਦੇ ਆ ਘਰ ਨਜ਼ਰ ਹੀ ਨਹੀਂ ਆਉਂਦੇ ਦਾਦਾ ਜੀ ਇੰਨਾ ਤਜਰਬਾ ਤੁਹਾਡਾ ਉਮਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਇਸ ਉਮਰ 'ਚ ਕਿਵੇਂ ਸੀਪ ਲੱਗਦੀ ਹੈ ਯਾਰ ਤੂੰ ਬੁਝਾਰਤਾ ਨਾ ਪਾਇਆ ਕਰ ਸਾਫ਼ ਸਾਫ਼ ਦੱਸ ਚੱਕਰ ਕੀ ਹੈ ਦਾਦਾ ਜੀ ਰੂਪ ਬਾਈ ਨੇ ਨਾ ਪੱਕਾ ਠਾਣ ਲਿਆ ਵੀ ਵਿਆਹ ਕਰਾਉਣਾ ਤਾਂ ਰੀਤ ਨਾਲ ਨਹੀਂ ਕਰਾਉਣਾ ਨਹੀਂ ਤੁਸੀਂ ਦੇਖ ਲਿਓ ਲਾ ਕੇ ਉਡੂ ਸੀਪ ਸੱਚੀ ਹਾਂ ਤਾਂ ਇਹਦਾ ਮਤਲਬ ਮੁੰਡਾ ਤਾਂ ਆਪਣੇ ਪਿਓ ਤੇ ਹੀ ਗਿਆ ਜੇ ਜਿੱਦ ਫੜ ਲਈ ਨਾ ਉਹਨੇ ਤਾਂ ਕੁੜੀ ਨੂੰ ਮਨਾ ਗਈ ਅਡੋ ਜੀ ਜੀ ਦਾਦਾ ਜੀ ਮੈਂ ਵਿਆਹ ਇੱਧਰ ਕਰਾਵਾਂ ਜਾਂ ਇੰਗਲੈਂਡ ਜਾ ਕੇ ਤੇਰੇ ਨਾਲ ਵਿਆਹ ਕੌਣ ਕਰਾਊ ਕਿਉਂ ਜੀ ਮੈਂ ਪੌੜੀ ਤੇ ਚੜ ਕੇ ਬਤਾਊ ਤੋੜਦਾ ਮੈਂ ਬੰਦਾ ਨੀ ਦੇਬੋ ਨਾਲ ਅੱਛਾ ਅੱਛਾ ਚੰਗਾ ਵੇਖਦੇ ਆ ਦੇਖਦੇ ਆ ਦੇਖਣਾ ਨੀ ਜੀ ਕਰਾਉਣਾ ਹੈ ਪੀਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਰ ਫਿਰ ਸੰਗਦੀ ਕਿਉਂ ਆ ਬੀਜੀ ਉਹ ਜਿਹੜੇ ਬਾਹਰਲੇ ਰਿਸ਼ਤੇ ਲਈ ਮੈਂ ਨਾ ਕੀਤੀ ਸੀ ਉਹ ਮੁੰਡਾ ਮੈਨੂੰ ਪਸੰਦ ਹੈ ਤੁਸੀਂ ਬਾਪੂ ਜੀ ਨੂੰ ਕਹੋ ਕਿ ਮੇਰਾ ਰਿਸ਼ਤਾ ਉੱਥੇ ਹੀ ਕਰ ਦੇਣ ਲੈ ਆ ਕੀ ਗੱਲ ਹੋਈ ਤੂੰ ਆਪ ਹੀ ਉਸ ਰਿਸ਼ਤੇ ਲਈ ਨਾ ਕੀਤੀ ਸੀ ਨਾ ਉਦੋਂ ਐਵੇਂ ਨਾ ਹੋ ਗਈ ਤੁਸੀਂ ਬਾਪੂ ਜੀ ਨਾਲ ਗੱਲ ਕਰੋ ਨਾ ਤੂੰ ਚੰਗੀ ਤਰ੍ਹਾਂ ਜਾਣਦੀ ਆਪਣੇ ਬਾਪੂ ਜੀ ਨੂੰ ਇੱਕ ਵਾਰੀ ਨਾ ਕਰਾ ਕੇ ਹਾਂ ਕਰਾਉਣੀ ਕਿੰਨੀ ਔਖੀ ਹੈ ਬੀਜੀ ਤੁਸੀਂ ਗੱਲ ਤਾਂ ਕਰਕੇ ਦੇਖੋ ਉਹ ਬਈ ਕੀ ਗੱਲਾਂ ਕਰਨ ਦਈਆਂ ਨੇ ਮਾਵਾਂ ਧੀਆਂ ਹੈ ਉਹ ਪੁੱਤ ਤੂੰ ਆਪਣੀ ਮਾਂ ਦੇ ਨਾਲ ਜਿੰਨੀਆਂ ਗੱਲਾਂ ਕਰਨੀਆਂ ਨਾ ਕਰ ਲੈ ਫਿਰ ਤਾਂ ਤੂੰ ਆਪਣੇ ਬਾਪੂ ਜੀ ਦੇ ਘਰ ਕਦੀ ਕਦਾਂ ਹੀ ਆਇਆ ਕਰਨਾ ਉਹ ਤੁਸੀਂ ਮੇਰੇ ਵੱਲ ਕੀ ਝਾਕਣ ਦਈਆਂ ਜੇ ਉਹ ਬਈ ਮੈਂ ਰੀਤ ਦਾ ਰਿਸ਼ਤਾ ਪੱਕਾ ਕਰਕੇ ਆਇਆ ਕਿੱਥੇ ਕੀਤਾ ਜੀ ਕਿਹਦੇ ਨਾਲ ਮੁੰਡਾ ਐਮ ਐਚ ਪੜ੍ਹਦਾ ਪਿਓ ਦਾ ਯੂਨੀਵਰਸਿਟੀ ਪ੍ਰੋਫੈਸਰ ਆ ਆਪਣੀ ਜ਼ਮੀਨ ਹੈ ਜਾਇਦਾਦ ਹੈ ਬੜਾ ਸੁਨੱਖਾ ਮੁੰਡਾ ਬਾਪੂ ਜੀ ਮੈਨੂੰ ਇੱਕ ਵਾਰੀ ਪੁੱਛ ਤਾਂ ਲੈਂਦੇ ਇੱਕ ਵਾਰੀ ਪੁੱਛ ਕੇ ਪਛਤਾ ਚੁੱਕਾ ਧੀਏ ਤੈਨੂੰ ਮੈਂ ਕਹਿਤਾ ਸੀ ਨਾ ਕਿ ਮੈਂ ਦੂਸਰੀ ਵਾਰ ਨਹੀਂ ਪੁੱਛਣਾ ਉਹਨਾਂ ਨੇ ਤੇਰੀ ਫੋਟੋ ਵੇਖੀ ਤੇ ਹਾਂ ਕਹਿਤੀ ਪੇਪਰਾਂ ਤੋਂ ਬਾਅਦ ਮੈਂ ਤੇਰਾ ਵਿਆਹ ਕਰ ਦੇਣਾ ਜੀ ਤੁਸੀਂ ਕੁਝ ਬੋਲੋ ਨਾ ਇਹਨੂੰ ਕੀ ਕਹਿੰਦੀ ਜੋ ਕਹਿਣਾ ਮੈਨੂੰ ਕਹਿ ਮੈਂ ਉਸੇ ਜਗ੍ਹਾ ਵਿਆਹ ਕਰਾਉਣ ਨੂੰ ਰਾਜ਼ੀ ਹਾਂ ਜਿੱਥੇ ਮੈਂ ਪਹਿਲਾਂ ਜਵਾਬ ਦਿੱਤਾ ਸੀ ਫੇਰ ਉਹ ਹੀ ਗੱਲਾਂ ਛੇੜ ਕੇ ਬਹਿ ਗਈ ਮੇਰੇ ਨਾਲ ਮੇਰੀ ਇੱਜ਼ਤ ਦਾ ਪੂਰਾ ਧਿਆਨ ਹੈ ਕਿ ਨਹੀਂ ਤੈਨੂੰ ਮੈਂ ਮੰਨਦੀ ਹਾਂ ਬਾਪੂ ਜੀ ਉਦੋਂ ਮੈਥੋਂ ਗਲਤੀ ਹੋ ਗਈ ਪਰ ਮੈਂ ਉਦੋਂ ਵੀ ਆਪਣੀ ਜਗ੍ਹਾ ਸਹੀ ਸੀ ਤੇ ਹੁਣ ਵੀ ਤੂੰ ਉਦੋਂ ਵੀ ਗਲਤ ਸਾਂ ਤੇ ਅੱਜ ਵੀ ਗਲਤ ਤੂੰ ਵਿਆਹ ਨੂੰ ਕੀ ਗੁੱਡੇ ਗੁੱਡੀਆਂ ਦਾ ਖੇਡ ਸਮਝਦੀ ਹੈ ਅੱਜ ਇੱਥੇ ਕਰ ਦੋ ਕੱਲ ਉੱਥੇ ਕਰ ਦੋ ਫਿਰ ਕਹੇਂਗੀ ਤੀਸਰੇ ਥਾਂ ਤੇ ਕਰ ਦੋ ਤੇਰੀ ਮਾਤਾ ਕਿਤਾਬਾਂ ਨੇ ਮਾਰ ਦਿੱਤੀ ਹੈ ਪਰ ਮੇਰਾ ਦਿਮਾਗ ਜੇ ਟਿਕਾਣੇ ਤੇ ਹੈ ਇੱਕ ਗੱਲ ਮੇਰੀ ਕੰਨ ਖੁੱਲ ਕੇ ਸੁਣ ਲੈ ਰਿਸ਼ਤਾ ਤਾਂ ਮੈਂ ਤੇਰਾ ਪੱਕਾ ਕਰ ਆਇਆ ਪਰ ਅੱਜ ਤੋਂ ਬਾਅਦ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਨਹੀਂ ਬਾਪੂ ਜੀ ਤੁਸੀਂ ਮੇਰੇ ਨਾਲ ਐਨਾ ਕਰੋ ਪਲੀਜ਼ ਮੈਂ ਕਹਿਤਾ ਨਾ ਤੈਨੂੰ ਸਮਝਾ ਲੈ ਆਪਣੀ ਧੀ ਨੂੰ ਨਹੀਂ ਤਾਂ ਮੈਂ ਕੋਈ ਕਾਰਾ ਕਰ ਬੈਠੋ ਫਿਰ ਨਾ ਕਹੀਂ ਦੱਸਿਆ ਨਹੀਂ ਸੀ ਚੱਲ ਚੱਲੀ ਇੱਕ ਮਿੰਟ ਤੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੇਰੇ ਬਾਪੂ ਜੀ ਨੇ ਤੇਰੀ ਮਰਜ਼ੀ ਤੋਂ ਬਗੈਰ ਤੇਰੀ ਇੰਗੇਜਮੈਂਟ ਕਿਤੇ ਹੋਰ ਫਿਕਸ ਕਰਤੀ ਹੈ ਤੇ ਤੂੰ ਕੁਛ ਨਹੀਂ ਕਿਹਾ ਖੜੀ ਵੇਖਦੀ ਰਹੀ ਪਰ ਮੈਂ ਕਰ ਵੀ ਕੀ ਸਕਦੀ ਸੀ ਰੂ ਇਹ ਤੇਰੀ ਲਾਈਫ ਆ ਤੇਰੀ ਜ਼ਿੰਦਗੀ ਦਾ ਸਵਾਲ ਆ ਉਹ ਕੌਣ ਹੁੰਦੇ ਨੇ ਡਿਸੀਜਨ ਲੈਣ ਵਾਲੇ ਤੇਰੀ ਮੈਰਿਜ ਦੇ ਉਹ ਕੁਝ ਵੀ ਕਰ ਸਕਦੇ ਆ ਕੁਝ ਵੀ ਕਿਵੇਂ ਕਰ ਸਕਦੇ ਆ ਚਲ ਆਪਾਂ ਇੱਕ ਕੰਮ ਕਰਦੇ ਆ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਆ ਦੇਖੀ ਜਾਊਗੀ ਕੀ ਹੁੰਦਾ ਚਲ ਤੇਰਾ ਪਤਾ ਨਹੀਂ ਪਰ ਮੈਨੂੰ ਜਾਨੋਂ ਮਾਰ ਦੇਣਗੇ ਵਾਟ ਐਡੇ ਜਾ ਲੈਂਦੇ ਆ ਉਹਨਾਂ ਨੂੰ ਆਪਦੀ ਬੇਟੀ ਦੀ ਖੁਸ਼ੀਆਂ ਦੀ ਕੋਈ ਪਰਵਾਹ ਨਹੀਂ ਆ ਕਿਹੋ ਜਿਹੇ ਬੰਦੇ ਆ ਇੱਥੇ ਇਸੇ ਤਰ੍ਹਾਂ ਹੀ ਆ ਰੂਪ ਸਾਡੇ ਲਈ ਜਾਨ ਦੇ ਵੀ ਸਕਦੇ ਨੇ ਤੇ ਸਾਡੀ ਜਾਨ ਲੈ ਵੀ ਸਕਦੇ ਨੇ ਮੈਂ ਤੈਨੂੰ ਇਦਾਂ ਛੱਡ ਕੇ ਨਹੀਂ ਜਾ ਸਕਦਾ ਮੈਂ ਮਿਲਾਂਗਾ ਤੇਰੇ ਬਾਪੂ ਜੀ ਕੋਈ ਫਾਇਦਾ ਨਹੀਂ ਰੂਪ ਸੋਚੀ ਵੀ ਨਾ
कुछ तो सोचना पैना है। वो मुंडा की करता है जिद नाल तेरी इंगेजमेंट हुई है? पढ़ता है। तू मिली है उनु? नहीं। ना की है उदा? चकचोत। चकचोत। हैरान है यार मैं। ना तू उनु मिली है, ना वो तेनु मिले है। मंगनी होगी, हैं? केड़ी सदी चे रह रहे हो तुसी? मैं मिलना है उनु। की ना है उदा? चकचोत। चकचोत नु। सोच समझ के रू। तू इतों के मुंडे जानता नहीं। जानना ही तो चाहना है कि यह किहो जिहा बंदा है जिन्हें कुड़ी नू वेखे बिना फोटो नू आ करती। हेलो डैड। ओ हां भाई आड़ी किवें आ फिर? ठीक है डैड। फिर किवें लगी फोटो? ओ ताड़ी पसंद सिर मथेरे डैड, नाले ताड़ी पसंद माड़ी हो सकती है यार। पर डैड तुसी यह सारा जान की करता यार? ओ जगजोत मैं ता क्या सी बेटा के कुड़ी वाले नू हां कर तो पहला एक बारी तैनू जरूर पूछ लैन, पर कहंदे मैनू अपने मुंडे दी पसंद दा पता है। ओ एदे च कोई झूठ थोड़ा है, जे मैं सिर्फ प्यो बनया रहंदा ते शायद ना समझदा, पर असी ता आड़ी हैं। क्यों भाई? बिल्कुल बिल्कुल डैड। आ की तुसी आड़ी आड़ी लाई रख दियो, लोकी की कहंदे होणगे? ओ मॉम अपना चित्रा जी रखना चाहिदा, एवें लोकां दी परवाह नहीं करीदी। बिल्कुल ठीक क्या यार, नाले मैनू खुशी है भी तेनू कुड़ी पसंद है। कुड़ी दा फादर मेरा पुराना बेली है, दसवीं तक असी कठे पढ़े हैं। वो एक दिन अचानक ही मिल गया मैनू, ते सानू गल्लां गल्लां चेंज लग्या कि क्यों ना इस पुरानी यारी नू रिश्तेदारी च बदल दिता जाए। बस फिर मैं उन्हें करे सद लिया, तू करे है नहीं सी, वो तेरी फोटो देख के ओके कर गया ते कुड़ी दी फोटो छड़ गया। वो फोटो ने रिश्ता पक्का करता? इनू कहिंदे यारी जट दी, तू तो मोछा। डैड कुड़ी दी फोटो ते दिखाती, ओ कुड़ी नू मिला भी दियो यार। ओ काला ना पै आड़ी, दम रख। ओ व्याह तो पहला जिन्ना एक दूजे नू समझ लिए चंगा ही आ। क्यों माम? मैं तेरे नाल सहमत आ बेटा, पहले एक दूजे नू मिल लेना चाहिदा। इहदे च गलत वी की है, नाले बाद च सानू तो ब्लेम नहीं करोगे। ओ जीओ माता श्री, मैनू डैड दे फ्रैंक हुंदा ते पता है, तुहाडे विचारां तो अज ही पता लगा। ओए तू मेरी वाइफ नू ही समझदा? नहीं डैड। पूरा संग वी कर लिया करो, कुछ भी बोलते रहने हो। तुसी बैठो मैं चाह लेके आनी है। किवें आ बियाड़ी, खुश है ना? ओ काटो फुल्लां दे डैड। डैड कुड़ी दा नां ही दस दो यार। ओ यार कुड़ी दा नां ऊ घरे ते चरनो ही कहंदे। चरनो? पुराना जा नहीं यार। ओ कोई गल नहीं, जे तैनू पसंद नहीं तां आपां कुड़ी दा नां बदल के रीत रख दिंदे। रीत? आ होई ना गल। ओ डैड चरनों कौन है? चुप होए। जिता लगता था मैं पूरा रेट हाँ, पग भी इंग्लैंड वाली बन ली है, थोड़ा जा ड्रामा करके देख लिए। हेलो मैं खोजी स्पीक दा, जिदा मैं देबो ना गल करनी मंगदा। देबो बोल दिया, तेरी वॉयस बड़ी बदली बदली लगती है। हाँ इतने लंदन साहब ऑल रेडी आ, मैं भी फैन ही हाँ। वेखो जी कि मैं कल्ला ही बोली जाना है, तेरे दिमाग ता नहीं चुक्या गया? किद्दा ना मैं लंदन जाना आया, तेरे लिए जरूरी है भी उन्हां वांगू रहना सहना ते लीड़े पौना सिखिए। तू भी ना जीन ते बुरशट पाया कर, मैं बन जा। क्यों? ओ पड़िए लोके मैं तेनू नाल बाहर ले जाना आया, जिते ना खोजी तेरे नाल मैरिड होना मंगदा। एवें पकाई ना मार, नाले मैनू ए दस कल कित्थे सी सारा दिन? कल ता खोजी खोजी वाला काम करन गया सी, रूपा इन्नू ना एक बंदा लभ के देना सी। की ना है उहदा? ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ, ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ। ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ, ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ। ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾਂ, ਜਿੱਤੀ ਪਿਆਰ ਦੀ ਹਰੇ ਨਾ ਬਾਜੀ ਨਿਚਿਤ ਕਰਦੇ ਮੁੰਡੇ ਦਾ। ਹਾਂਜੀ ਬਾਈ ਜੀ, ਇੱਕ ਮਿੰਟ ਯਾਰ। ਹਾਂਜੀ ਬਾਈ ਜੀ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਉਹ ਗੱਲ ਤੇ ਗੈਰ ਜ਼ਰੂਰੀ ਵੀ ਕਰ ਸਕਦਾ, ਪਰ ਮੈਂ ਤੈਨੂੰ ਪਛਾਣਿਆ ਨਹੀਂ ਯਾਰ। ਮੇਰਾ ਨਾਮ ਰੂਪ ਆ, ਤੇ ਇਫ ਯੂ ਡੋਨਟ ਮਾਈਂਡ ਜੇ ਮੈਂ ਤੁਹਾਨੂੰ ਆਪਣੀ ਸਾਰੀ ਇੰਟਰੋਡਕਸ਼ਨ ਕੱਲਿਆਂ ਦੇਵਾਂ ਤਾਂ? ਅੱਛਾ ਕੱਲਿਆਂ ਮਿਲੇ ਨੇ, ਮੈਂ ਆਇਆ ਯਾਰ ਇੱਕ ਮਿੰਟ। ਹਾਂ ਓਕੇ ਓਕੇ। ਕੌਣ ਹੈ ਯਾਰ? ਥੈਂਕ ਯੂ ਭਾਜੀ, ਬੈਠੋ ਜੀ। ਹਾਂਜੀ ਦੱਸੋ ਜੀ ਕੀ ਮਸਲਾ? ਤੁਸੀਂ ਓਯੋ ਜਗਜੋਤ ਹੋ ਨਾ ਜਿਹਦੇ ਨਾਲ ਰੀਤ ਦੀ ਇੰਗੇਜਮੈਂਟ ਹੋਈ ਆ? ਹਾਂ ਹਾਂ ਠੀਕ ਪਛਾਣਿਆ। ਮੈਂ ਰੂਪ। ਰੂਪ? ਰੂਪ ਕੌਣ?
मैं यूके तो हाँ प्रीत नाल मेरी मंगनी होंदी होंदी रहेगी। जो गल करनी है सीधी तरह करना, एवें बुझारता ना भाईजा। ओयो दसना है मेरे घर दे प्रीत दे घरे गए सी रिश्ता लेके, पर किसी कारण गल अधूरी रह गई। मेरी इच कोई दिलचस्पी नहीं, तेरे नाल जो होया वो तेरी कहानी है ना, मेरे कोल की लेना है। असी हुण भी ब्याह करवाउण चाहुंदे हां, पर प्रॉब्लम यह है कि प्रीत दी एंगेजमेंट थोड़े नाल होई हुई है। गल है साड़ी मंगनी साढ़े दोवां दे घरदिआं दा फैसला, तू जो कुछ कहना चाहना रीत दे पेरेंट्स नाल गल करना, जाके मेरे नाल गल करन दा तेरा कोई मतलब नहीं। तुसी मेरी पूरी गल तां सुन लो। बहुत हो गया, अगे कोई होर गल ना करी, नहीं तो मैं भाजी मैं इत्थे लड़न नहीं आया। चुप कर ओए, एवें ना उदड़ी जा डोर दे पिने वांगू, नहीं तो हुणे नबेड़े हो जाणगे। इट्स ऑल राइट भाजी, इट्स ओके, मैं चला जाना। आई एम सॉरी मैं इत्थे तुहाडा दिल दुखाउण लई नहीं सी आया, मैं तो बड़ी होप लैके आया सी ये सोच के कि गल सुन, मैं इस मामले तेरी कोई मदद नहीं कर सकता, समझ गया कि समझावा। भाई कौन सी गया है? ओ भाई कोई गड़बड़ है तो मैनू दस, मैं आपे सांभ लूं। वो सांभी है तां जे कुछ पता लगे, मैनू तो समझ नहीं आई कहन की आया सी ते चौंदा की सी। किहो जिहा सिस्टम है इत्थे यार, कुड़ी दी मर्जी तो बगैर ही मैरिज फिक्स कर देंदे आ, शॉकिंग। इत्थे बुढ़िया दे किदा दिमाग खराब है, गल्ले नहीं सुनदे, किदे धक्का करदे आ। तू वड्डियां दी गल करदा, इत्थे मुंडियां नूं समझाउणा औखा होया पिया। मीन्स ओ मैं उस मुंडे की गल करदा जिहदे नाल रीत दा ब्याह फिक्स होया है। मैं गया सी ओहनूं मिलण लई, गल ही सुणन नूं तैयार नहीं। नाराज क्यों ना पुत्र, जे उत्थे नहीं तो कितने होर सही, कुड़ियां की काट है पुत्र, आपां तेरा रिश्ता कितने होर कर देना। किहो जी गल करदे हो ताते जी, मैनूं रीत पसंद है, मैं रीत नाल ब्याह कराऊंगा, किसी होर तो मैं की लेना है। आहो दादा जी, ਇਹ ਕੋਈ ਲੀੜਾ ਲੱਤਾ ਥੋੜੀ ਹੈ, ਵੀ ਇੱਕ ਦੁਕਾਨ ਤੋਂ ਮਿਲਿਆ ਨਹੀਂ ਦੂਜੀ ਤੇ ਚਲੇ ਜਾਓ। ਆਏ ਕਾਕਾ, ਅਸੀਂ ਤਾਂ ਉੱਥੇ ਵਿਆਹ ਕਰ ਲਿਆ ਸੀ ਜਿੱਥੇ ਸਾਡੇ ਮਾਪਿਆਂ ਨੇ ਕੀਤਾ ਸੀ। ਤੁਸੀਂ ਕਿਦਾਂ ਦਾਦਾ ਜੀ ਪੁਰਾਣੇ ਟਾਈਮ ਦੀ ਗੱਲ ਕਰਦੇ ਆ, ਟਾਈਮ ਕਿਦਾਂ ਚੇਂਜ ਹੁੰਦਾ ਆ, ਪਹਿਲਾਂ ਤਾਂ ਲੋਕ ਕਿਦਾਂ ਲੰਘੇ ਵੀ ਫਿਰਦੇ ਸੀ, ਹੁਣ ਕੱਪੜੇ ਕਿਉਂ ਪਾਉਂਦੇ ਆ, ਪਹਿਲਾਂ ਤਾਂ ਕਿਦਾਂ ਲੋਕ ਤੁਰ ਕੇ ਜਾਂਦੇ ਸੀ, ਫਿਰ ਗੱਡੇ ਆ ਗਏ, ਫਿਰ ਟ੍ਰੇਨਾਂ। ਪਰ ਪੁੱਤਰ ਅਸੀਂ ਕੋਈ ਗੱਡੀ ਟ੍ਰੇਨਾਂ ਤਾਂ ਨਹੀਂ ਨਾ, ਅਸੀਂ ਕਿੱਦਾਂ ਬਦਲ ਜਾਈਏ? ਬਾਹਰਲੇ ਮੁਲਕਾਂ 'ਚ ਜਾ ਕੇ ਤਾਂ ਸਾਰੇ ਬਦਲ ਜਾਂਦੇ ਆ। ਪੁੱਤਰ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੋਣੀ ਹੈ, ਇੱਦਾਂ ਨਹੀਂ ਕੋਈ ਬਦਲ ਜਾਂਦਾ, ਮੈਂ ਜਾਣਦਾ ਉਹਨਾਂ ਨੂੰ। जिदा तू सोचता ना पुत्र, थोड़ी भी उदा ही सोचती हो ना, फिर शायद गल बन जाए। रीत मैनू लाइक कर दी है दादा जी? Yes, she loves Roop. अच्छा, फिर मैं उम्मीद नहीं छड़दा, भली करूं करता। बुजुर्गों दे बोलने भाई जी, सीप लगूगी लगूगी। मैन, आई अप्रिशिएट। तू ठीक कहंदी सी इत्थे दे मुंडे बारे, मैं तो जगजोत नूं तां मिलन गया सी इह सोच के कि मैं दसांगा मेरी प्रॉब्लम की आ ते उहने आपे साइड ते हो जाणा है, उह तां मेरी गल सुणन नूं तैयार नहीं सी। पर तूं उहनूं कहणा सी ना कि मैनूं रीत ने भेजा तेरे नाल गल करन लई। उह मैं उहनूं कुछ कहंदा तां तां जे उह मेरी सुणदा सी, उह तां लड़न नूं तैयार सी, गल पै गया सी मेरे। पुट्ठा मैनूं कहंदा कि जे कोई गल करनी आ तां जाके रीत दी फैमिली दे नाल कर, इत्थे की करना है। हुण की करांगे रूप, इत्थे तां बहुत डिफिकल्ट है। इही सिचुएशन जे यूके च होंदी किसी ने कुछ नहीं कहना सी, मैं तां हैरान आ, उत्थे वी तां लोकी इत्थों ही जांदे आ, उत्थे जाके तां कोई इतराज़ नहीं करदा। तेरा मतलब उत्थे वड्डियां दा कोई हथ नहीं व्याह च? या उत्थे किसी ने की कहना है, उह तां सगों खुश होंदे आ जदों अपने पंजाबी मुंडे कुड़ियां आपस च व्याह करवाउंदे आ, शुकर मनाउंदे आ किसे गोरे या काले नाल व्याह नहीं करा रहे, कदे कदे तां उहदे लई वी राजी हो जांदे आ। इत्थे पता नहीं की प्रॉब्लम है। प्रॉब्लम इह है कि मेरे बापू जी ने व्याह लई जबान दे दित्ती है। किहो जिहा डैड है तेरा, उहदी अपनी जबान पूरी होनी चाहीदी है, कुड़ी भावें रो रो पूरी हो जाए। इह सिस्टम चेंज होना चाहीदा है, कदों तक सहोगे इह धक्का तुसीं? साडे जिउंदे जी तां इह सिस्टम चेंज हुंदा नहीं लगता। रूप, मैं भी एक बारी जगजोत नूं मिलना चाहुंदी हां। दिलजीत,
समाजिक रिश्तों के परिपेक्ष मेरी सहेली रीत नू दुखां दे रूबरू होना पै रहा। आपां नू इस सब कासे दा मुलांकन करके व्यक्तिगत तौर पर उन्हां दी मदद लई अगे वधना चाहिए। तू कि उन्हां दी मदद की गल कर दी, मैनू कि अपना काम डेंजर च लगता है। तू फटाफट अपने डैड नाल गल कर ला, कि उन्हें किसी होर नू प्रवचन करता। फिर प्रवचन नहीं वचन होंदा कि सेम है ही आ, बट सिस्टम ठीक नहीं, पता नहीं कदों बदलना इन्हां लोकां ने। पर मैं इहदे च की कर सकदी आ? उदा वे वे भाषण देकर कि बड़ी स्कॉलर बन दी हाँ, कि काम की गल भी कर ला कोई। कि अपने दिमाग तो ना शब्दों का बोझ कढ तो थोड़ा दिल से जोड़ पा। कि मेरे दिल से बनी हाँ कुलवंत कौर जी, बंदा मारना है। तुसी सोचते होंगे मैं अचानक किवें आ गई। मिलना आई है मैनू, और की देखना आई है, मैं किहो जिहा लगदा? मैं रूप नू थोड़े कोल भेजा सी। अच्छा अच्छा, उन्नू तू भेजा सी? पर तुसी उहदी पूरी गल नहीं सुनी। हाँ, एवें उल्टियां सीधियां गल्लां मारी जांदा सी, मैं चुप कराता। पर तुहानू उहदी पूरी गल सुन लेनी चाहीदी सी। ओ, मामला सीरियस लगदा वी। गल इह है कि मैं ते रूप एक दूजे नूं पसंद करदे आं। ते मैं तुहाडे राह च रोड़ा बनिया खड़ा है ना? जे तुसी चाहो तो सानू दोवां नूं मिला सकते हो। ओ किवें? तुसी इस रिश्ते तो इनकार करदे हो। सोचिया तो तू बहुत दुरुस्त रही थी, पर जे मैं तेरी गल ना मन्ना फिर तो फिर मैं अपनी खुशियां का गला कुट लवांगी। पर बापू जी के फैसले के खिलाफ नहीं जावांगी। ते मैं इन्नी बुजदिल भी नहीं कि अपने हाथी अपनी जान ले लवांगी। इन्ना जानती हाँ कि अज तक जो भी होया उन्हें भुल जावांगी। तेरी दे नाल मेरिया लावां होणगियां सारी जिंदगी, ओदी बन के रहांगी। जाने कि पंजाबी कुड़ी अज भी अपनिया खुशियां दा गला कुटन तो बाज नहीं आएगी। अपने मां बाप की इज्जत उसनू सब तो प्यारी है, बहुत फखर वाली गल है। पर उस विचारी ना जो धक्का हो रहा उन्हू सुन वाला कोई नहीं। तेरा की मतलब है रीत? मैनू पता नहीं, कुछ समझ तो मैं उसे दिन गया सी जिस दिन रूप आया सी। मैं तो सिर्फ ये देखना चाहता सी कि तू की फैसला लेनी है। तो मैनू तेरे फैसले ते बहुत हैरानी है रीत। प्यार किसी होर नू करती है, व्याह किसी होर ना कराने तैयार है। रूप नू प्यार करके तू कुछ गलत नहीं किया रीत। अपने स्टैंड ते पक्की रह, मैं तेरे नाल। जे गल है तो कुड़ी नू पहला दसना चाहिए सी। तुहानू चंगी तरह पता यह रिश्ता किवें होया। उहदे कहण तो पहला ही उहदे डैड ने रिश्ता पक्का कर दिता, उहदा भी की कसूर? फिर तू की सोचा जगजोत? आपां नूं उहनां दी हैल्प करनी चाहीदी है डैड। जे मेरे इनकार करके उहनां दा मेल हो सकता तां इह दो वधिया गल होर की हो सकती। जे उह ना मिल सके तो मैं सारी उम्र अफसोस रहेगा कि मेरे करके दो दिल नहीं मिल सके। तो मैं अपनी नज़रों से नीवा होकर नहीं जी सकता डैड। आई एम प्राउड ऑफ यू माई सन। अपनी खुशी किसी दूसरे नू देनी बहुत औखी होंदी है पुत्र। मैनू फकर है कि मेरा पुत्र इन्नी वधिया सोच का मालक है।
तू जिवें कहेगा उवें ही होऊ। दस की करना है? ਓ ਬੱਲੇ 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 ਪ੍ਰੋਫੈਸਰਾ, ਓ ਮੈਂ ਕਿਹਾ ਨਾ ਕੋਈ ਟੈਲੀਫੋਨ ਨਾ ਕੋਈ ਸੁਨੇਹਾ, ਹੈ ਚੁੱਪ ਚਪੀਤਾ ਹੀ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਕਿਉਂ ਦਰਬਾਰ? ਸਤਿ ਸ਼੍ਰੀ ਅਕਾਲ ਪਾਓ ਬਈ, ਸਤਿ ਸ਼੍ਰੀ ਅਕਾਲ। ਆਓ ਅੰਦਰ ਆਓ, ਅੰਦਰ ਵੀ ਚੱਲਦੇ ਆ ਯਾਰ, ਪਹਿਲਾਂ ਇੱਕ ਜ਼ਰੂਰੀ ਗੱਲ ਕਰਨੀ ਸੀ। ਓ ਯਾਰ, ਜ਼ਰੂਰੀ ਗੱਲ ਵੀ ਕਰ ਲਵਾਂਗੇ, ਪਹਿਲਾਂ ਅੰਦਰ ਤਾਂ ਚੱਲੀਏ। ਮੇਰੇ ਖਿਆਲ 'ਚ ਪਹਿਲਾਂ ਇੱਥੇ ਹੀ ਗੱਲ ਕਰ ਲਈਏ। ਓ ਜਿਵੇਂ ਤੇਰਾ ਹੁਕਮ ਯਾਰ। ਅੰਕਲ, ਗੱਲ ਤਾਂ ਮੇਰੇ ਡੈਡ ਵੀ ਕਰ ਸਕਦੇ ਸੀ ਇਕੱਲੇ, ਪਰ ਮੈਂ ਨਾਲ ਆਪ ਆਉਣਾ ਠੀਕ ਸਮਝਿਆ। ਪਰ ਕੀ ਕਾਕਾ ਜੀ, ਜੇ ਮੈਨੂੰ ਪਹਿਲਾਂ ਪੁੱਛ ਲੈਂਦੇ ਤਾਂ ਸ਼ਾਇਦ ਨੌਬਤ ਇੱਥੋਂ ਤੱਕ ਨਾ ਆਉਂਦੀ। ਕਾਕਾ ਖੋਲ ਕੇ ਗੱਲ ਕਰ, ਕੀ ਗੱਲ? ਗੱਲ ਇਹ ਹੈ ਭਰਾ ਜੀ ਕਿ ਡੈਡ ਮੈਨੂੰ ਕਹਿੰਦੇ, ਗੱਲ ਇਹ ਆ ਜੀ ਕਿ ਮੈਂ ਕਿਸੇ ਹੋਰ ਨੂੰ ਚਾਹੁੰਦਾ, ਇਸ ਲਈ ਰਿਸ਼ਤਾ ਨਹੀਂ ਲੈ ਸਕਦਾ। ਬੜੀ ਹਿੰਮਤ ਕੀਤੀ ਹੈ ਕਾਕਾ, ਜਿਹੜਾ ਇੰਨੀ ਗੱਲ ਕਹਿਣ ਵਾਸਤੇ ਤੂੰ ਇੱਥੇ ਆ ਗਿਆ। ਵਾਹ ਪ੍ਰੋਫੈਸਰ, ਆ ਸਿਲਾ ਦਿੱਤਾ ਹੀ ਆਪਣੀ ਯਾਰੀ ਦਾ। ਅੰਕਲ, ਇਹ 'ਚ ਡੈਡ ਦਾ ਕੋਈ ਦੋਸ਼ ਨਹੀਂ, ਗਲਤੀ ਮੇਰੀ ਹੈ ਜੀ, ਮੈਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ, ਇਸ ਗੱਲ ਲਈ ਮੈਂ ਮਾਫ਼ੀ ਚਾਹੁੰਦਾ। ਤੂੰ ਤਾਂ ਮਾਫ਼ੀ ਮੰਗ ਕੇ ਹੌਲਾ ਹੋ ਗਿਆ ਕਾਕਾ, ਪਰ ਜਿਹੜਾ ਪਹਾੜ ਮੇਰੇ 'ਤੇ ਡਿੱਗਿਆ ਨਾ, ਉਹ ਮਾਫ਼ੀ ਦੇ ਕੇ ਵੀ ਹੌਲਾ ਨਹੀਂ ਹੋਣਾ। ਬਿਹਤਰੀ ਇਸੇ ਦੇ ਵਿੱਚ ਆ ਕਿ ਤੁਸੀਂ ਇੱਥੋਂ ਚਲੇ ਜਾਓ। ਆਪਾਂ ਤਾਂ ਠੀਕ ਹੀ ਸੋਚਿਆ ਸੀ ਬਰਾੜ ਸਾਹਿਬ, ਪਰ ਗਲਤੀ ਮੇਰੀ ਹੈ। ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਹੀ ਆਪਣੇ ਮੁੰਡੇ ਨੂੰ ਪੁੱਛ ਲੈਣਾ ਚਾਹੀਦਾ ਸੀ। ਤੂੰ ਤਾਂ ਇੰਨੀ ਗੱਲ ਕਰਕੇ ਬੜੀ ਆਸਾਨੀ ਨਾਲ ਪਾਸੇ ਹੋ ਗਿਆ ਪ੍ਰੋਫੈਸਰ, ਮੁੰਡੇ ਵਾਲੇ ਹੋ ਨਾ, ਪਰ ਮੇਰੇ ਦਿਲ ਤੋਂ ਪੁੱਛ ਕੇ ਵੇਖ ਮੇਰੇ ਤੇ ਕੀ ਬੀਤ ਰਹੀ ਹੈ। ਮੈਂ ਤੇਰਾ ਦੁੱਖ ਸਮਝਦਾ ਯਾਰ, ਪਰ ਗੱਲ ਮੇਰੇ ਵੱਸ 'ਚ ਨਹੀਂ ਰਹੀ। ਆਈ ਐਮ ਸੌਰੀ। ਪੜ੍ਹ ਲਿਖ ਕੀ ਗਿਆ, ਆਪਣੇ ਮਾਂ ਪਿਓ ਦੀ ਇੱਜ਼ਤ ਹੀ ਕਰਨਾ ਭੁੱਲ ਗਿਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਿ ਮੈਂ ਤੁਹਾਡਾ ਥੈਂਕਸ ਕਿਵੇਂ ਕਰਾਂ। ਉਹ ਥੈਂਕਸ ਕਰਨ ਦੀ ਕੋਈ ਲੋੜ ਨਹੀਂ ਯਾਰ, ਇਸ਼ਕ ਦੀ ਰਾਹ 'ਤੇ ਚੱਲਣ ਵਾਲੇ ਤਲਵਾਰ ਦੀ ਤਿੱਖੀ ਧਾਰ 'ਤੇ ਨੱਚਦੇ ਨੇ। ਬੈਠਣਾ। ਮੈਂ ਤਾਂ ਇਹ ਦੇਖਣਾ ਚਾਹੁੰਦਾ ਸੀ, ਬਾਹਰੋਂ ਆਇਆ ਭੱਜ ਭੁੱਜ ਜਾਏਗਾ, ਤੂੰ ਤਾਂ ਚੰਗਾ ਡਟਿਆ ਯਾਰ। ਆਈ ਰੀਅਲੀ ਅਪਰੀਸ਼ੀਏਟ ਦ ਫੈਕਟ ਦੈਟ ਤੁਸੀਂ ਸਾਡੀ ਪ੍ਰੋਬਲਮ ਆਪਣੇ ਉੱਤੇ ਲੈ ਲਈ। ਥੈਂਕ ਯੂ। ਜੇ ਮੈਂ ਇੰਝ ਨਾ ਕਰਦਾ ਨਾ, ਸਾਰੀ ਉਮਰ ਮੈਨੂੰ ਪਛਤਾਵਾ ਰਹਿਣਾ ਸੀ। ਔਰਤ ਆਪਣਾ ਦਿਲ ਸਿਰਫ ਇੱਕ ਵਾਰ ਹਾਰਦੀ ਹੈ, ਤੇ ਰੀਤ ਆਪਣਾ ਦਿਲ ਤੈਨੂੰ ਦੇ ਚੁੱਕੀ ਸੀ। ਉਹਦੀ ਖੁਸ਼ੀ ਜੀ ਮੇਰੀ ਖੁਸ਼ੀ ਹੈ। ਤੁਹਾਡੇ ਵਰਗਾ ਇਨਸਾਨ ਹੀ ਇਹੋ ਜਿਹੀ ਗੱਲ ਕਰ ਸਕਦਾ, ਮੈਂ ਤਾਂ ਸਿਰਫ ਥੈਂਕਸ ਕਰ ਸਕਦਾ। ਤੁਸੀਂ ਸਾਡਾ ਮਿਲਣਾ ਆਸਾਨ ਕਰਤਾ। ਹੁਣ ਕਿਤੇ ਮਿਲਣ ਵੇਲੇ ਨਾ ਮੈਨੂੰ ਭੁੱਲ ਜਾਓ। ਨਹੀਂ ਭਾਜੀ, ਮਹਿਮਾਨਾਂ ਦੀ ਲਿਸਟ 'ਤੇ ਸਭ ਤੋਂ ਪਹਿਲਾਂ ਨਾਂ ਤੁਹਾਡਾ ਹੋਊਗਾ। ਯੂ ਵਿਲ ਬੀ ਦਾ ਬੈਸਟ ਮੈਨ, ਤੁਹਾਡੇ ਤੋਂ ਬਗੈਰ ਵਿਆਹ ਕਿਵੇਂ ਹੋ ਸਕਦਾ। ਓਏ ਜੈਲੀ, ਕਿੱਥੇ ਸਾਰੀ ਦਿਹਾੜੀ ਅਵਾਰਾਗਰਦੀ ਕਰਦਾ ਰਹਿੰਦਾ ਤੂੰ, ਹੈਂ? ਓਏ ਅਵਾਰਾਗਰਦੀ ਕਾਹਨੂੰ ਕਰਦਾ ਤੁਰਿਆ ਫਿਰਦਾ, ਮੈਂ ਤਾਂ ਇੱਕ ਵੱਡੇ ਕੰਮ 'ਚ ਤੁਰਿਆ ਫਿਰਦਾ। ਓਏ ਕਿੱਧਰ ਸਾਰੀ ਦਿਹਾੜੀ ਕੁੱਤੇ ਭਗਾਈ ਕਰਦਾ ਫਿਰਦਾ ਤੂੰ? ਓਏ ਤੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ, ਕੋਈ ਫਿਕਰ ਪੱਕਾ ਹੈ ਕਿ ਨਹੀਂ ਤੈਨੂੰ? ਉਹ ਫਿਕਰਾਂ ਦਾ ਮਾਰਿਆ ਤਾਂ ਭੜਕਦਾ ਫਿਰਦਾ ਜੈਲੀ। ਬਾਪੂ, ਜਿਹੜੀ ਸਕੀਮ ਮੈਂ ਲਾਈ ਬੈਠਾ ਨਾ, ਤੂੰ 100 ਸਾਲ ਨਹੀਂ ਸੋਚ ਸਕਦਾ ਉਹਦੇ ਬਾਰੇ। ਓਏ ਤੂੰ ਰਹਿਣ ਦੇ, ਓਏ ਓਏ ਰਹਿਣ ਦੇ ਆਪਣੀਆਂ ਸਕੀਮਾਂ ਨੂੰ। ਰੱਬ ਨੇ ਤੇਰੇ ਦਿਮਾਗ ਦੇ ਵਿੱਚ ਸਕੀਮਾਂ ਵਾਲਾ ਪੁਰਜਾ ਨਹੀਂ ਪਾਇਆ, ਤੂੰ ਆਪਣੇ ਆਪ ਨੂੰ ਸਾਂਭ ਲੈ, ਉਨਾ ਹੀ ਬਥੇਰਾ ਰੋਂਦਾ ਸਕੀਮਾਂ ਨੂੰ। ਗੱਲ ਸੁਣ ਮੇਰੀ ਬਾਪੂ, ਮੈਂ ਸਾਰਾ ਪਤਾ ਲਾ ਲਿਆ। ਜਿਹੜਾ ਬਾਹਰਲਾ ਮੁੰਡਾ ਨਾ, ਆਪਣੀ ਰੀਤ ਨਾਲ ਵਿਆਹ ਕਰਾਉਣ ਦੇ ਮਾਰੇ ਅੱਗੇ ਪਿੱਛੇ ਤੁਰਿਆ ਫਿਰਦਾ, ਕਿਸੇ ਵੇਲੇ ਵੀ ਰਿਸ਼ਤਾ ਲੈ ਕੇ ਆਊਗਾ। ਕੌਣ ਕਹਿੰਦਾ ਤੈਨੂੰ? ਬਾਪੂ, ਮੈਂ ਇਹੋ ਜਿਹੀ ਸਕੀਮ ਲਾਈ ਬੈਠਾ, ਤੇਰਾ ਕੱਖਾਂ ਦਾ ਜੈਲੀ ਲੱਖਾਂ ਦਾ ਹੋਜੂ, ਲੱਖਾਂ ਦਾ। ਉਹ ਗੱਲ ਸੁਣ, ਨਸ਼ਾ ਬਾਤ ਨਹੀਂ ਛੱਕ ਲਿਆ ਕਿਤੇ? ਜੇ ਗੱਲ ਸੁਣੇਗਾ ਨਾ, ਤਾਂ ਬਿਨਾਂ ਪੀਤੇ ਬੋਤਲ ਦਾ ਨਸ਼ਾ ਹੋਜੂ ਤੈਨੂੰ। ਬਾਪੂ ਗੱਲ ਸੁਣ, ਉਹਨਾਂ ਨੂੰ ਕਹਿ ਦਿਓ ਬਈ ਸਾਡੀ ਇੱਕ ਸ਼ਰਤ ਹੈ, ਅਸੀਂ ਆਪਣੀ ਰੀਤ ਦਾ ਵਿਆਹ ਕਰ ਦਿੰਦੇ ਉਹਦੇ ਨਾਲ, ਪਰ ਬਦਲੇ 'ਚ ਮੇਰਾ ਵਿਆਹ ਕਰਾ ਦੇਣ ਕਿਸੇ ਬਾਹਰਲੀ ਕੁੜੀ ਨਾਲ। ਉਹ ਗੱਲ ਤਾਂ ਤੂੰ ਪਤੇ ਦੀ ਕੀਤੀ ਹੈ, ਪਰ ਤੇਰੇ ਲੱਛਣ ਵੇਖ ਕੇ ਕਿਹੜੀ ਕੁੜੀ ਤੇਰੇ ਨਾਲ ਵਿਆਹ ਕਰੂ? ਲੈ, ਬਾਹਰ ਬਥੇਰੀਆਂ ਤੁਰੀਆਂ ਫਿਰਦੀਆਂ ਕਾਲੀਆਂ ਪੀਲੀਆਂ। ਦੇਖ ਬਾਪੂ, ਜੇ ਉਹਨੇ ਮੇਰੀ ਭੈਣ ਨਾਲ ਵਿਆਹ ਕਰਾਉਣੀ ਹੈ ਤਾਂ ਆਪੇ ਲੱਭ ਕੇ ਲਿਆਉਣੀ ਕਿਤੋਂ ਨਾ ਕਿਤੋਂ, ਤੂੰ ਇੱਕ ਵਾਰੀ ਗੱਲ ਤਾਂ ਧੋਰ। ਦੇਖ ਬਾਪੂ,
ਇੱਥੇ ਰਹਿ ਕੇ ਮੇਰਾ ਕੱਖ ਨਹੀਂ ਬਣਨਾ। ਮੈਂ ਬਾਹਰ ਜਾਊਂਗਾ, ਕਮਾਊਂਗਾ, ਖਾਊਂਗਾ, ਮੈਂ ਬੰਦਾ ਬਣ ਜਾਊਂਗਾ। ਨਾਲੇ ਬਾਹਰ ਭੈਣ ਦਾ ਖਿਆਲ ਰੱਖਣ ਵਾਲਾ ਵੀ ਤਾਂ ਹੋਣਾ ਚਾਹੀਦਾ ਕੋਈ। ਪਰ ਤੈਨੂੰ ਪੂਰਾ ਯਕੀਨ ਹੈ ਪੁੱਤ ਕਿ ਉਹ ਇੱਥੇ ਆ ਜਾਣਗੇ? ਪੱਕਾ ਬਾਪੂ, ਉਹ ਕਿਸੇ ਦਿਨ ਵੀ ਆ ਸਕਦੇ ਨੇ। ਪਰ ਬਾਪੂ ਹੁਣ ਮੇਰਾ ਖਿਆਲ ਰੱਖੀ, ਦੇਖ ਲੈ। Yes, yes, no, no, buddy, buddy. Hey, yes, yes, no, no, buddy, buddy. Hey, yes, yes, no, no. Hi, how are you, dude? Not bad, not bad. How are you? नहीं यार, मेरे कपड़े चोरी करके किदा पाए तू? वेरी फर्स्ट ही किदा मैं तेनू कहा सी इंडिया चोरियां बहुत कर दिया, कर लेना चोरी कपड़े मेरे। चल छड़, खैरा आज ना मैं तेरे से बशन लेना मांगदा। पर किदा मेरे ते पॉकेट खाली है, इतना कॉस्ट भी है नहीं मेरे को। आज दा मैं पौंडा दी गल नहीं करदा। आप प्रॉमिस, 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 व्हाट टाइप ऑफ प्रॉमिस यू वांट? आज दा मैं पासवर्ड बना देता यार। पासवर्ड? व्हाट टाइप ऑफ पासवर्ड? अ वर्ड ओनली पासवर्ड। That is not password. That is passcode. Passcode. ਕਿ ਤਾਂ ਸੇਮ ਹੀ ਆ। ਕਿ ਤੇ ਮੇਰੇ ਤੇ ਸੀ ਪਲਾਨਾ ਆ। ਨਾਲੇ ਗੱਲ ਸੁਣ, ਮੇਰੇ ਵਾਂਗੂ ਕਿੱਦਾਂ ਬੋਲਦਾ ਆ? ਨਕਲ ਕਰਦਾ ਆ ਮੇਰੀ? ਉਹ ਨਹੀਂ, ਨਕਲ ਨਹੀਂ ਕਰਦਾ। ਅੱਜ ਤਾਂ ਬਾਹਰ ਜਾਣੀ ਜ਼ਰੂਰੀ ਆ ਬੋਲਣਾ। ਕਿਉਂ? ਜਿੱਦਾਂ ਅਸੀਂ ਤੁਹਾਡੀ ਪੰਜਾਬੀ ਤੇ ਲਾਫਦੇ ਆ, ਉਧਰ ਮੈਂ ਦੇਸੀ ਬੋਲਣੀ, ਉਹਨਾਂ ਨੇ ਮੇਰੇ ਤੇ ਲਾਫਣਾ। ਬੋਲਣਾ ਜ਼ਰੂਰੀ ਆ। Yes, buddy. Hey, 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 man, come here, come here. Yes. ਕਿੱਦਾ ਗੱਲ ਸੁਣ ਕੰਜਰਾ, ਇਹਨੂੰ ਕਿੱਦਾਂ ਆਉਣ ਤਾਂ ਕਰ ਲਾ, ਖਾਲੀ ਤੇ ਭੁਰਕੀ ਜਾਣਾ ਬਾਂਦੇ ਆ। ਲਓ ਬਾਪੂ ਜੀ, ਉਹ ਬਾਪੂ ਜੀ ਥੋੜਾ ਜਿਹਾ ਲਓ। ਬਸ ਬਰਾੜ ਸਾਹਿਬ, ਤੁਹਾਡੀ ਚਾਹ ਪੀ ਲਈ ਏ, ਹੁਣ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਆਪਾਂ। ਹੁਕਮ ਕਰੋ। ਬਰਾੜ ਸਾਹਿਬ, ਮੇਰੀ ਬੇਬੇ ਕਹਿੰਦੀ ਹੁੰਦੀ ਸੀ, ਜੇ ਵੈਦ ਕੋਲੋਂ ਸਿਰ ਦਰਦ ਦੀ ਦਵਾਈ ਲੈਣੀ ਹੁੰਦੀ ਹੈ ਨਾ, ਤੇ ਪੇਟ ਤੋਂ ਸ਼ੁਰੂ ਕਰਨਾ ਚਾਹੀਦਾ। ਮਰਜ ਦੀ ਜੜ ਫੜੀ ਜਾਂਦੀ ਹੈ। ਮੈਂ ਸਮਝਿਆ ਨਹੀਂ ਬਾਪੂ ਜੀ। ਮੈਂ ਸਮਝਾਉਣੀ ਤਾਂ ਹੈ। ਅੱਛਾ, ਆਪਣੀ ਜਿਹੜੀ ਬੇਟੀ ਹੈ ਉਹ ਸਾਡੇ ਤੋਂ ਜ਼ਿਆਦਾ ਪੜ੍ਹੀ ਲਿਖੀ ਹੈ? ਬਿਲਕੁਲ। ਸਾਡੇ ਤੋਂ ਜ਼ਿਆਦਾ ਸਮਝਦਾਰ ਹੈ? ਜੀ। ਦੁਨੀਆਂ ਦੀ ਉਹਨੂੰ ਸਾਡੇ ਤੋਂ ਜ਼ਿਆਦਾ ਜਾਣਕਾਰੀ ਹੈ। ਖੁਦ ਨੌਕਰੀ ਕਰਕੇ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ? ਕੋਈ ਸ਼ੱਕ ਨਹੀਂ। ਫਿਰ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਕਿਉਂ ਨਹੀਂ ਚੁਣ ਸਕਦੀ? ਆ ਕਿਹੋ ਜਿਹਾ ਸਵਾਲ ਪਾਤਾ ਤੁਸੀਂ ਬਾਪੂ ਜੀ? ਸਵਾਲ ਤਾਂ ਬੜਾ ਸਿੱਧਾ ਹੈ, ਮੈਨੂੰ ਤਾਂ ਜਵਾਬ ਚਾਹੀਦਾ ਤੁਹਾਡਾ। ਬਾਪੂ ਜੀ, ਮੈਂ ਤਾਂ ਇੱਕ ਵਾਰੀ ਉਹਨੂੰ ਪੁੱਛਿਆ ਸੀ। ਇੱਕ ਵਾਰੀ ਫਿਰ ਪੁੱਛ ਲਓ। ਚਲੋ, ਜੋ ਹੋਇਆ ਸੋ ਹੋਇਆ। ਮੈਂ ਆਪਣੇ ਪੋਤੇ ਰੂਪ ਦਾ ਰਿਸ਼ਤਾ ਦੁਬਾਰਾ ਲੈ ਕੇ ਆਇਆ। ਮਨਜ਼ੂਰ ਹੈ ਤਾਂ ਪਹਿਲਾਂ ਆਪਣੀ ਕੁੜੀ ਨੂੰ ਜ਼ਰੂਰ ਪੁੱਛ ਲੈਣਾ। ਬਾਪੂ ਜੀ, ਜੇ ਬੁਰਾ ਨਾ ਮੰਨੋ ਤਾਂ ਮੈਂ ਰੀਤ ਦਾ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਕਾਕਾ ਨਾਲ ਕੋਈ ਗੱਲ ਕਰਨੀ ਚਾਹੁੰਦਾ। ਹਾਂ ਹਾਂ, ਕਿਉਂ ਨਹੀਂ ਰੂਪ? ਦੇਖੋ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਨੇ। ਆਓ ਬੇਟਾ, ਤੁਸੀਂ ਬੈਠੋ ਕਾਕਾ ਜੀ। ਕਾਕਾ, ਗੱਲ ਇਹ ਨਹੀਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਰੀਤ ਕੱਲੀ ਪਾਰ ਜਾਵੇ, ਇਸ ਲਈ ਮੈਂ ਚਾਹੁੰਦਾ ਕਿ ਉਹਦਾ ਭਰਾ ਵੀ ਬਾਹਰ ਕਿਸੇ ਤਰ੍ਹਾਂ ਚਲਾ ਜਾਵੇ। ਪਰ ਅੰਕਲ, ਇਹ ਕਿਵੇਂ ਹੋ ਸਕਦਾ ਹੈ? ਵਿਆਹ ਤੋਂ ਬਾਅਦ ਵਾਈਫ ਨੂੰ ਵੀਜ਼ਾ ਮਿਲਦਾ ਹੈ, ਬ੍ਰਦਰ ਨੂੰ ਨਹੀਂ। ਸਿੱਧੀ ਗੱਲ ਤਾਂ ਹੈ ਕਾਕਾ ਬਈ, ਉਹਦੇ ਲਈ ਵੀ ਬਾਹਰਲੀ ਕੁੜੀ ਲੱਭ ਕੇ ਉਹਦਾ ਵਿਆਹ ਕਰ ਦਿਓ, ਉਹ ਵੀ ਬਾਹਰ ਚਲਾ ਜਾਊਗਾ। ਪਰ ਮੈਂ ਕਿਵੇਂ ਲੱਭ ਸਕਦਾ ਕੁੜੀ ਉਹਦੇ ਲਈ? ਮੇਰੇ ਕਹਿਣ ਤੇ ਕਿਹਨੇ ਉਹਦੇ ਨਾਲ ਵਿਆਹ ਕਰਾਉਣਾ? ਬਾਹਰਲੀਆਂ ਕੁੜੀਆਂ ਤਾਂ ਆਪ ਵਿਆਹ ਕਰਾਉਂਦੀਆਂ ਨੇ। ਬੇਟਾ ਕੀ ਕਰਨਾ ਹੈ ਇਹ ਤਾਂ ਤੂੰ ਜਾਣੇ। ਮੈਂ ਆਪਣੀ ਸਮੱਸਿਆ ਤੈਨੂੰ ਦੱਸਦੀ, ਅੱਗੇ ਤੁਹਾਡੀ ਮਰਜ਼ੀ। ਇਹ ਤਾਂ ਹੋ ਹੀ ਨਹੀਂ ਸਕਦਾ, ਤੇ ਜੋ ਹੋ ਨਹੀਂ ਸਕਦਾ ਉਹ ਮੈਂ ਕਿਵੇਂ ਕਰ ਸਕਦਾ ਦੱਸੋ ਤੁਸੀਂ। ਕੋਈ ਗੱਲ ਨਹੀਂ ਕਾਕਾ, ਸੋਚ ਕੇ ਦੱਸ ਦਿਓ। ਪਰ ਇੱਕ ਗੱਲ ਯਾਦ ਰੱਖੀ, ਜਿਹੜੀ ਗੱਲ ਤੇਰੀ ਮੇਰੀ ਆਪਸ ਵਿੱਚ ਹੋਈ ਹੈ ਨਾ, ਇਹਦਾ ਰੀਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤੇ ਲਓ ਜੀ ਕਾਕਾ ਨਾਲ ਤਾਂ ਮੈਂ ਗੱਲ ਕਰ ਲਈ ਹੈ, ਹੁਣ ਮੈਂ ਆਪਣੀ ਧੀ ਤੋਂ ਜ਼ਰੂਰ ਪੁੱਛਾਂਗਾ। ਪਰ ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਵਕਤ ਚਾਹੀਦਾ, ਫਿਰ ਤੁਸੀਂ ਜਿਵੇਂ ਕਹੋਗੇ ਆਪਾਂ ਉਦੋਂ ਹੀ ਕਰ ਲਵਾਂਗੇ। ਕਿਉਂ ਬਾਪੂ ਜੀ? ਠੀਕ ਹੈ, ਅਸੀਂ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਾਂਗੇ। ਠੀਕ ਹੈ ਜੀ। ਮੈਂ ਤਾਂ ਸੋਚਦਾ ਸੀ ਸਭ ਠੀਕ ਹੋ ਗਿਆ, ਆ ਰੀਤ ਦੇ ਫਾਦਰ ਨੇ ਨਵੀਂ ਪ੍ਰੋਬਲਮ ਖੜੀ ਕਰਤੀ ਹੈ। ਥਿੰਕ ਆਫ ਸਮਥਿੰਗ ਮੈਨ। ਮੇਰੇ ਤਾਂ ਜਿਹਦਾ ਬ੍ਰੇਨ ਸਟ੍ਰੋਕ ਹੋਇਆ ਜਾਂ ਕੁਛ ਸੱਜਦਾ ਹੀ ਨਹੀਂ, ਕਿੱਦਾਂ ਦੀ ਫਨੀ ਕੰਡੀਸ਼ਨ ਰੱਖੀ ਆ, ਆ ਕਿੱਦਾਂ ਰੀਤ ਦਾ ਫਾਦਰ ਆ ਨਾ, ਮੈਨੂੰ ਤਾਂ ਹੀਰ ਰਾਂਝੇ ਦੀ ਸਟੋਰੀ ਵਾਲਾ ਕੱਦੂ ਲੱਗਦਾ ਹੀ ਆ। ਕੱਦੂ ਨਹੀਂ, ਕਦੋਂ? ਉਹ ਕਿੱਦਾਂ ਸੇਮ ਹੀ ਆ, ਕਿਹਨਾਂ ਨੇ ਵਿਆਹ ਕਰਾਉਣਾ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਕਿਹਦਾ ਹੀ ਉਹਦਾ ਹੀ ਮਾਮੇ ਬਣੇ ਹੋ ਆ ਵਿੱਚ। ਇੱਥੇ ਸਾਰਾ ਕੁਝ ਪੇਰੈਂਟਸ ਦੇ ਹੱਥ 'ਚ ਆ। ਪਰ ਇੱਕ ਤਾਂ ਮੈਨੂੰ ਤੇਰੇ ਸਾਲੀ ਦੀ ਨਹੀਂ ਸਮਝ ਆਉਂਦੀ, ਕਿੱਦਾਂ ਤੇਰੇ ਤੋਂ ਪਹਿਲਾਂ ਲਾੜਾ ਬਣਨ ਨੂੰ ਫਿਰਦਾ ਆ,
ਕਹਿੰਦਾ ਕੁੜੀ ਲੱਭ ਕੇ ਲਿਆ ਕੇ ਦੋ ਨਾ ਸੀ ਕਿਤਾ ਮੈਰਿਜ ਬਿਊਰੋ ਖੋਲਿਆ ਆ ਸਟੱਪੇ ਡੀਜੇ ਕੈਂਡੀ ਵਾਟ ਕੈਂਡੀ ਕੈਂਡੀ ਨੂੰ ਬੁਲਾਉਣੇ ਲੰਡਨ ਤੋਂ ਏ ਯੂ ਗਨ ਮੈਡ ਕਿਤੇ ਪਾਗਲ ਹੋਇਆ ਤੂੰ ਗਲਤ ਨਾਟ ਇਟ ਆਲ ਨਾਟ ਇਟ ਆਲ ਚਲ ਠੀਕ ਹੈ ਫਿਰ ਮੈਂ ਭੁੱਲ ਜਾਣਾ ਰੀਤ ਨੂੰ ਵੈਰੀ ਸਮਾਰਟ ਤੂੰ ਇਮੋਸ਼ਨਲੀ ਬਲੈਕਮੇਲ ਕਰਦਾ ਹੈ ਮੈਨੂੰ ਉਹ ਕੈਂਡੀ ਕੁੜੀ ਥੋੜੋ ਕੈਂਡੀ ਆਫਤ ਹੈ ਆਫਤ ਉਹ ਇਸੇ ਲਈ ਤਾਂ ਉਹਨੂੰ ਇੱਥੇ ਬੁਲਾਉਣਾ ਹੈ ਕਿਤੇ ਮੈਂ ਸਮਝਿਆ ਨਹੀਂ ਗੱਲ ਤੇਰੀ ਜਿਹੜੀ ਕੁੜੀ ਬਾਹਰਲੇ ਮੁੰਡਿਆਂ ਨੂੰ ਅੱਗੇ ਲਾ ਲੈਂਦੀ ਹੈ ਉਹ ਰੀਤ ਦੇ ਭਰਾ ਦਾ ਕੀ ਹਾਲ ਕਰੂਗੀ ਕਦੇ ਸੋਚਿਆ ਥਿੰਕ ਅਬਾਊਟ ਇਟ ਇਮੇਜਿਨ ਉਹਨੂੰ ਤੇ ਕਿਤੇ ਭੱਜਣ ਨੂੰ ਥਾਂ ਨਹੀਂ ਲੱਭਣਾ ਕਿਤੇ ਨੱਕ ਨਾਲ ਲੀਕਾਂ ਕਢਾ ਦੇਣੀ ਉਹਨੇ ਕਹਿਣਾ ਪੂਤ ਕਿੱਥੋਂ ਆਇਆ ਆ ਪਰ ਗੱਲ ਤਾਂ ਕਿਤੇ ਇਹ ਆ ਕਿ ਬਿੱਲੀ ਦੇ ਗੱਲ ਘੰਟੀ ਬਣਨੀ ਕਿਨੇ ਆ ਬਿੱਲੀ ਦੀ ਘੰਟੀ ਨੂੰ ਛੱਡ ਫੋਨ ਦੀ ਘੰਟੀ ਦੀ ਗੱਲ ਕਰ ਹਲੇ ਫੜ ਲੈ ਕੌਣ ਹੈ ਉਧਰ ਗੱਲ ਕਰ ਯੂ ਗਨ ਮੈਨ ਮੈਂ ਪਾਗਲ ਹਾਂ ਹੈਲੋ ਹੇ ਹੇ ਕੈਂਡੀ How are you doing, sweetie? Candy, my DJ bolda ya. DJ, how are you? Oh, yeah, not bad, not bad. Kida main te roop India aaya Punjab. Oh, nice. Yeah, ithe kida vacation karna aaya. Bada god weather ya. Je tu kida muft da vacation karna mangdi ya na, te tu kida Punjab aa ja. I don't mind, DJ. Oh yeah, that's great. Ida kar kida pehli flight kedi mildi ya na, oh fad ke kida India aa ja tu. Kida sara kos mere te ya kharcha all on me. Okay. Oh yeah, that's great, sweetie. We are waiting for you. Superstar. She's Yo. coming, man. Yeah. That's funny. Out. You, mister. Tenu gaddi chhad ke na, road roller chalana chahida. You know, UK to Delhi onnu, it took me 8 hours. And Delhi to itthe onnu, 10 hours. All thanks to you. And I don't understand. Kadhi tu cha peeni hai, kadhi tu gas paroni hai, kadhi petrol, kadhi roti, huh? Hun tu itthe wait kar, huh? Hi. Hi. Roop, itthe hi onda ya? Yeah. Where? Where? किथे है पीछे है पीछे ऑल राइट या रूप हाय ओहो कैंडी हे कैंडी कितना ऐसा ही है तू मैंने दसे नहीं तो आज जा रही हूं हैं नाले को फोन नहीं को कुछ नहीं ये रूप्स यू नो बेटर सुनामी की जे दस के थोड़ो आंदी है डीजे Is that you? Welcome, oh my love. God. How are you? How you totally changed, man. Oh yeah, kita itthe main hun Punjab da beba pot baneya aa. Oh, hun ta gal ban jani hai, banda lag reha ekdam. By the way, man, that's a cool house. It's beautiful. Eh mere dadde da ghar ya. Then it's good, yaar. Holidays karan da maza aa jana hai. Pura fun karna main. Aapa itthe 2 mahine di chutti leke aaye hain, samjhe? Aapa itthe nahi reh sakde ya. Kyon? Because it's haunted ya. Itthe raati bhoot phirde ya. Really? Bhoot? Oh, I love bhoot. Well, mainu please bhoot na mila do. Main bhoot milna mangdi ha. Really? Acha tell me, Indian bhoot hai? I'm so excited. Main dass kehdi bhoot ni nu bhoot da darawa deno ta kida pehla chare liya. Oye, meri gal di chugli karda tu? Ha. ਕਹਿੰਦੇ ਕਿੱਦਾਂ ਪੂਤ ਇੱਥੇ ਪਹਿਲਾਂ ਹੁੰਦੇ ਸੀ ਇੱਥੇ ਹੁਣ ਕਿੱਦਾਂ ਹਾਲੀਡੇ ਕਰਨ ਗਏ ਆ ਹਾਲੀਡੇ ਯੂ نو ਕਿੱਦਾਂ ਇੱਥੇ ਨਾ ਇਹਦੇ ਦਾਦਾ ਜੀ ਰਹਿੰਦੇ ਆ ਅਸੀਂ ਨਹੀਂ ਰਹਿ ਸਕਦੇ ਇਕੱਠੇ ਸੋ ਵਾਟ ਮੈਨ ਦਾਦਾ ਜੀ ਨੂੰ ਅਸੀਂ ਬਾਹਰ ਸ਼ਿਫਟ ਕਰਾ ਦਾਂਗੇ ਉਹ ਦਾਦੇ ਨੇ ਨਹੀਂ ਸ਼ਿਫਟ ਹੋਣਾ ਉਹ ਬੰਦਾ ਮਾਰ ਦਿੰਦਾ ਬੈਠਾ ਬੈਠਾ ਇਹ ਇੰਡੀਆ ਆ ਹਾਂ ਇੱਥੇ ਕਿੱਦਾਂ ਮੁੰਡੇ ਕੁੜੀਆਂ ਇਕੱਠੇ ਨਹੀਂ ਰਹਿ ਸਕਦੇ ਆ ਹੇ ਯੂ ਸਮਾਰਟ ਮੈਨੂੰ ਪਤਾ ਹੈ ਸਭ ਕੁਝ ਯਾ ਆਈ ਨੋ ਯੂ ਖੋਜੀ ਦਾਦਾ ਜੀ ਕਿੱਥੇ ਗਏ ਭਾਈ ਉਹ ਬੁਲਾਡੇ ਦਾ ਤੇ ਆਥਣ ਨੂੰ ਆ ਜਾਣਗੇ ਫਿਰ ਤਾਂ ਛੇਤੀ ਕੁਝ ਕਰਨਾ ਪੈਣਾ मैनु इडियट समझे तुसी चीट करके सद्या मैनु इत्थे ਕਿੰਨੀ ਈਜ਼ੀਲੀ ਕਹਿਤਾ ਇੱਕ ਮੁੰਡਾ ਹੈ ਉਹਨੂੰ ਵਿਆਹ ਦਾ ਚਾਸਾ ਦੇਣਾ ਤੇ ਉਹਨੂੰ ਡਰਾ ਕੇ ਭਜਾਉਣਾ ਮੈਂ ਤੁਹਾਨੂੰ ਇੱਥੇ ਕੋਈ ਡਰੈਕੁਲਾ ਦਿਸਦੀ ਆ ਕਿ ਮੈਨੂੰ ਕੋਈ ਦੇਖ ਕੇ ਡਰ ਕੇ ਭੱਜੂਗਾ ਲੁੱਕ ਸਵੀਟ ਹਾਰਟ ਕਿਦਾ ਤੂੰ ਸਾਡੀ ਫਰੈਂਡ ਆ ਤੇਰੀ ਫਰੈਂਡਸ਼ਿਪ ਇੱਥੇ ਮੈਟਰ ਕਰਦੀ ਆ ਵੀ ਨੀਡ ਯੂਰ ਹੈਲਪ ਕਿਦਾ ਏ ਟੂ ਜ਼ੀ ਤੈਨੂੰ ਸਾਰੀ ਗੱਲ ਮੈਂ ਸਮਝਾਈ ਹੋ ਆ ਕਿਦਾ ਤੈਨੂੰ ਪਤਾ ਹੀ ਆ ਹੁਣ ਦੇਖ ਲੈ ਹਣਾ ਤੂੰ ਬਿਨਾਂ ਗੱਲ ਤੋਂ ਭੜਕੀ ਜਾਨੀ ਆ
ਯਾ ਕੂਲ ਮਾਈਂਡ ਨਾਲ ਸੋਚ ਨਹੀਂ ਕੂਲ ਮਾਈਂਡ ਨੋ ਹਨੀ ਤੂੰ ਮੈਨੂੰ ਪੋਇਜ਼ਨ ਲੱਗਦਾ ਆ ਮੈਂ ਆਪਣਾ ਕੰਮ ਛੱਡ ਕੇ ਇੱਥੇ ਹੌਲੀਡੇ ਸਪੈਂਡ ਕਰਨ ਆਈ ਆ ਤੂੰ ਮੈਨੂੰ ਡਰਾਮੇ ਕਰਨ ਲਈ ਕਹਿ ਰਿਹਾ ਹੱਸਦਾ ਕਿਉਂ ਐ ਮੈਂ ਥੱਪੜ ਮਾਰਨਾ ਕਿੱਦਾਂ ਕਿਹੜਾ ਮੇਰਾ ਹਾਸਾ ਦਿਸਦਾ ਹੈ ਨਾ ਤੈਨੂੰ ਮੈਨੂੰ ਰੋਣ ਆਉਂਦਾ ਯਾਰ ਰੂਪ ਦੀ ਕੰਡੀਸ਼ਨ ਤੇ ਕਿੱਦਾਂ ਰੂਪ ਦੀ ਲਾਈਫ ਦਾ ਸਵਾਲ ਆ ਰੂਪ ਨੇ ਤੈਨੂੰ ਫੁੱਲ ਕੰਫੀਡੈਂਸ ਨਾਲ ਸੱਦਿਆ ਆ ਕਹਿੰਦਾ ਮੈਂ ਕੈਂਡੀ ਨੂੰ ਇੱਥੇ ਮੰਗਦਾ ਆ ਪਰ ਮੈਂ ਇਹਨੂੰ ਕਿਹਾ ਸੀ ਕੈਂਡੀ ਨਾਲ ਕੌਸ ਨਹੀਂ ਕਰਨਾ ਤੇਰੇ ਲਈ ਕੈਂਡੀ ਕਿਸੇ ਦੇ ਸੈਂਟੀਮੈਂਟਸ ਨੂੰ ਕਿੱਦਾਂ ਸਮਝ ਨਹੀਂ ਸਕਦੀ ਕਹਿੰਦੀ ਸੈਲਫਿਸ਼ ਆ ਸੈਲਫਿਸ਼ ਓਏ ਮੈਂ ਸੈਲਫਿਸ਼ ਆ ਮੇਰੇ ਅੰਦਰ ਸੈਂਟੀਮੈਂਟਸ ਨਹੀਂ ਹੈਗੇ ਮੈਂ ਤੇਰੇ ਥੱਪੜ ਮਾਰਨਾ ਹੈ ਅੱਛਾ ਕਿਤੇ ਥੱਪੜ ਹੀ ਮਾਰ ਲੈ ਪਹਿਲਾਂ ਕਿਹੜਾ ਜ਼ਰੂਰੀ ਕੰਮ ਆ ਕਰ ਲਾ ਪੂਰੇ 5 ਸਾਲ 5 ਇਅਰਸ ਮੈਂ ਤੇਰੇ ਤੇ ਸੈਂਟੀ ਸੀ ਪਿਆਰ ਦੀ ਕਦਰ ਤਾਂ ਤੈਨੂੰ ਨਹੀਂ ਹੈ ਜਾ ਮੈਂ ਤੇਰੇ ਨਾਲ ਗੱਲ ਕਰਨਾ ਨਹੀਂ ਮੰਗਦੀ ਰੂਪ ਯੂ ਟੈਲ ਮੀ ਕੈਂਡੀ ਪਿਆਰ ਦੇ ਵਾਸਤੇ ਕੁਝ ਨਹੀਂ ਕਰ ਸਕਦੀ ਬਟ ਓਨਲੀ ਫॉर ਯੂ ਨਾਟ ਫॉर ਦਿਸ ਟੀਜੇ ਥੈਂਕਸ ਕੈਂਡੀ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਂ ਰੀਤ ਨੂੰ ਕਹਿੰਦਾ ਚਾਹੁੰਦਾ ਪਰ ਉਹਦਾ ਜਿਹੜਾ ਭਰਾ ਆ ਉਹਦਾ ਬਾਹਰ ਜਾਣ ਦਾ ਭੂਤ ਲਾਉਣਾ ਹੈ ਓਕੇ ਤੇ ਮੈਂ ਤੈਨੂੰ ਦੱਸਦਾ ਇਹ ਕਰਨਾ ਕੀ ਤੂੰ ਚੁੱਪ ਕਰ ਮੈਨੂੰ ਪਤਾ ਕੀ ਕਰਨਾ ਮੈਂ ਉਸ ਮੁੰਡੇ ਦੇ ਫੱਟੇ ਚੱਕ ਦੇਣੇ ਦੈਟਸ ਗ੍ਰੇਟ ਬੇਬੀ ਦੈਟਸ ਗ੍ਰੇਟ ਦੈਟਸ ਗ੍ਰੇਟ ਓ ਵੀਰ ਜੀ ਓ ਬਾਹਰੋਂ ਇੱਕ ਕੁੜੀ ਆਈ ਹੈ ਭਾਈ ਜੀ ਕੁੜੀ ਬਾਹਰਲੀ ਸਿਟੀ ਜਾਣਾ ਨਾ ਇੰਡੀਅਨ ਥੋੜ੍ਹਾ ਲੈ ਕੇ ਆਵਾਂਗਾ ਤੁਹਾਡੇ ਲਈ ਹੈ ਨਾ ਜੀ ਤੁਹਾਨੂੰ ਤਾਂ ਬਾਹਰਲੀਆਂ ਪਸੰਦ ਨੇ ਨਾ ਯੂ ਲਾਈਕ ਨਾ ਕੁੜੀ ਬਹੁਤ ਸਵੀਟ ਆ ਨਾਈਸ ਆ ਕੂਲ ਮਾਈਂਡਡ ਆ ਮੈਨੂੰ ਹਮੇਸ਼ਾ ਕਹਿੰਦੀ ਹੈ ਮੈਂ ਜੇ ਵਿਆਹ ਕਰਾਉਣਾ ਤਾਂ ਪੰਜਾਬ ਦੇ ਕਿਸੇ ਗੱਭਰੂ ਜਵਾਨ ਨਾਲ ਬਾਹਰਲੇ ਮੁੰਡਿਆਂ ਨਾਲ ਪਤਾ ਨਹੀਂ ਕੀ ਪ੍ਰੋਬਲਮ ਹੈ ਉਹਨੂੰ ਭਾਜੀ ਤੁਹਾਨੂੰ ਕੀ ਲੱਗਦਾ ਮੈਨੂੰ ਪਸੰਦ ਕਰੂਗੀ ਲੈ ਮੈਨੂੰ ਤਾਂ ਲੱਗਦਾ ਤੁਹਾਨੂੰ ਇਹ ਪਸੰਦ ਕਰੂਗੀ ਹੈਂਜੀ ਤੁਹਾਡੇ ਤੋਂ ਬੈਟਰ ਕੀ ਮਿਲ ਸਕਦਾ ਉਹਨੂੰ ਤੁਸੀਂ ਇੰਨੇ ਸੋਹਣੇ ਸੁਨੱਖੇ ਜਵਾਨ ਹੈਂਜੀ ਵੈਸੇ ਸੋਹਣੀ ਉਹ ਵੀ ਘੱਟ ਨਹੀਂ ਉਹ ਅੱਛਾ ਜੀ ਹਾਂਜੀ ਹੁਣ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਹਾਂ ਕਰੋਗੇ ਜਾਂ ਨਾ ਕਰੋਗੇ ਉਹ ਭਾਜੀ ਮੇਰੀ ਤਾਂ ਹਾਂ ਹੀ ਹੈ ਗੱਲ ਤਾਂ ਉਹਦੀ ਹਾਂ ਨਾਲ ਤੇ ਖੜੀ ਹੈ ਭਾਜੀ ਵੈਸੇ ਮੇਰੇ ਬਾਰੇ ਸਾਰਾ ਕੁਝ ਦੱਸਦਾ ਸੀ ਨਾ ਉਹਨੂੰ ਦੱਸਦਾ ਸੀ ਉਹ ਤਾਂ ਤਿਆਰ ਬੈਠੀ ਆ ਉਹ ਅੱਛਾ ਜੀ ਹਾਂਜੀ ਪਰ ਮੈਂ ਉਹਨੂੰ ਕਹਿਤਾ ਸੀਗਾ ਵੀਰ ਜੀ ਵੇਖ ਕੇ ਡਿਸਾਈਡ ਕਰਨਗੇ ਹੈ ਜੀ ਕਦੋਂ ਮਿਲਾਂ ਲੈ ਫਿਰ ਟਾਈਮ ਕਾਹਦੇ ਲਈ ਖਰਾਬ ਕਰਦੇ ਹੋ ਛੇਤੀ ਮਿਲਾਓ ਨਾ ਕੱਲ ਹੁਣ ਕਿਤੇ ਚੰਗੀ ਤਰ੍ਹਾਂ ਦੇਖ ਪਰਖ ਲੈਣਾ ਆ ਕੁੜੀ ਨੂੰ ਕਿਤੇ ਸਾਨੂੰ ਬਲੇਮ ਨਹੀਂ ਕਰਨਾ ਆ ਕੱਲ ਨੂੰ ਕਿਤੇ ਵਿਚੋਲਿਆਂ ਦੇ ਛਿੱਤੜ ਪੈਂਦੇ ਆ ਬਾਅਦ ਚ ਨਾ ਬਾਈ ਜੀ ਨਾ ਤੁਸੀਂ ਤਾਂ ਐਵੇਂ ਜ਼ਬਰਦਸਤੀ ਉਹ ਦਿਖਾਈ ਜਾਂਦੇ ਹੋ ਦੇਖਣ ਦੀ ਲੋੜ ਹੀ ਨਹੀਂ ਨਾ ਲੋੜ ਕਿਦਾਂ ਨਹੀਂ ਬਾਈ ਦੇਖਣਾ ਚਾਹੀਦਾ ਆ ਕਿਦਾਂ ਬਾਅਦ ਚ ਸਾਰੀ ਜ਼ਿੰਦਗੀ ਮਿਲਣ ਗੱਲ ਨਾਲ ਹੀ ਗੱਲ ਬਣ ਲੈ ਕਰ ਲਾ ਦਰਸ਼ਨ ਬਾਈ ਜੀ ਉਹੀ ਹੈ ਨਾ ਲੈ ਪੱਕੀ ਗੱਲ ਆ ਹੁਣ ਧਿਆਨ ਨਾਲ ਦੇਖ ਲਾ ਹੈਲੋ ਵੀਰ ਜੀ ਕਹਿੰਦੀ ਆ ਮਿਸਟਰ ਜੈਲੀ ਆ ਸਿਸਟਰ ਯੂ ਕਮ ਦਿਸ ਸਾਈਡ ਹੈਵ ਅ ਸੀਟ ਵੈਸੇ ਤਾਂ ਇਹਨਾਂ ਦਾ ਨਾਂ ਕੁਲਵਿੰਦਰ ਕੌਰ ਆ ਪਰ ਪਿਆਰ ਨਾਲ ਲੋਕੀ ਇਹਨਾਂ ਨੂੰ ਕੈਂਡੀ ਕਹਿੰਦੇ ਕੈਂਡੀ ਤੁਹਾਨੂੰ ਮੇਰਾ ਨਾਂ ਕਿਹੋ ਜਿਹਾ ਲੱਗਿਆ ਕਮਾਲ ਦਾ ਨਾਂ ਹੈ ਜੀ ਕੈਂਡੀ ਬਹੁਤ ਸੋਹਣਾ ਕੈਂਡੀ ਇਹਦਾ ਨਾਮ ਕਿਦਾ ਇੱਡਾ ਸੋਹਣਾ ਹੈ ਨਾ ਕਿਦਾ ਇਹਨੂੰ ਖਾਣ ਨੂੰ ਮਨ ਕਰਦਾ ਹੀ ਆ ਤੈਨੂੰ ਨਹੀਂ ਹਸਮਣ ਵੈਸੇ ਜੇ ਤੁਸੀਂ ਮੈਨੂੰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਟ੍ਰਾਈ ਨਾ ਫੀਲ ਕਰਿਓ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਹਾਂਜੀ ਬਿਲਕੁਲ ਕਮਾਲ ਦੀ ਗੱਲ ਹੈ ਜੀ ਪੁੱਛਣਾ ਕੀ ਹੈ ਤੁਹਾਡੇ ਚਿਹਰੇ ਤੇ ਪਤਾ ਲੱਗਦਾ ਤੁਸੀਂ ਬਾਹਰਲੇ ਮੁਲਕ 'ਚ ਰਹਿ ਕੇ ਵੀ ਇੰਨੀ ਸਾਦਗੀ 'ਚ ਰਹਿੰਦੇ ਹੋ ਸਾਦਗੀ ਆ ਬਾ ਸਾਦਗੀ ਕਿੱਦਾਂ ਸਿੰਪਲ ਨੈਚੁਰਲ ਡਾਊਨ ਟੂ ਅਰਥ ਹਾਂਜੀ ਥੈਂਕ ਯੂ ਵੈਸੇ ਤੁਸੀਂ ਵੀ ਬੜੇ ਭੋਲੇ ਭਾਲੇ ਲੱਗਦੇ ਹੋ ਕੈਂਡੀ ਜੀ ਤੁਹਾਨੂੰ ਮੇਰੇ ਨਾਲ ਵਿਆਹ ਕਰਾਉਣ 'ਚ ਇਤਰਾਜ਼ ਤਾਂ ਨਹੀਂ ਹੈਗਾ ਜੀ ਮੇਰਾ ਤਾਂ ਜੀ ਇਹ ਗੁੱਡ ਪਾਗ ਹੈ ਮੈਂ ਤਾਂ ਸ਼ੁਰੂ ਤੋਂ ਹੀ ਤੁਹਾਡੇ ਵਰਗਾ ਮੁੰਡਾ ਪਾਲਦੀ ਸੀ ਪੂਰਾ ਪੰਜਾਬੀ ਹੋਵੇ ਸੋਹਣਾ ਹੋਵੇ ਮੇਰਾ ਖਿਆਲ ਰੱਖਣ ਵਾਲਾ ਲਾਈਫ ਟਾਈਮ ਸਾਥ ਦੇਣ ਵਾਲਾ ਕਿੱਲੇ ਨਾਲ ਬੰਨਿਆ ਰਹੂੰਗਾ ਸਾਰੀ ਉਮਰ ਤਾਂ ਦੀਵਾਨੀ ਲੱਗਣ ਦਾ ਤੈਨੂੰ ਬਸ ਇੱਕ ਵਾਰੀ ਵਿਆਹ ਹੋ ਜੇ ਕੱਚ ਦੇ ਸਮਾਨ ਵਾਂਗੂ ਸਾਂਭ ਕੇ ਰੱਖੂੰਗਾ ਤੈਨੂੰ ਹਲੋ ਬ੍ਰਦਰ ਕਿੱਥੇ ਚੱਲ ਗਏ ਆ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਹਾਂ ਜੀ ਲੈ ਜਾਣਾ ਕਿਦਾਂ ਨਹੀਂ ਤੁਸੀਂ ਯੂਕੇ ਜਾਣਾ ਆ ਵੀਰ ਜੀ ਗੱਲ ਕਰੋ ਕਿਦਾਂ ਗੱਲ ਪੱਕੀ ਸਮਝੀਏ ਮੇਰੇ ਵੱਲੋਂ ਤਾਂ ਪੱਕੀ ਹੋ ਸਮਝੋ ਜੀ ਲੈ ਫਿਰ ਇੱਧਰ ਵੀ ਰਿਸਪਾਂਸ ਪਾਛ ਲੈਨੇ ਆ ਕਿਦਾਂ ਕੀ ਰਿਸਪਾਂਸ ਹੈ ਜੀ ਤੁਹਾਡਾ ਨਾਈਸ ਹੈ ਜੀ ਮੈਂ ਇਹਨਾਂ ਨੂੰ ਲਾਈਕ ਕੀਤਾ
मेरे वालों भी यस है। ले फेटा भी तो मौक की फेटा बताइया शेकन करना चाहिए था। ये कंग्रेचुलेशंस। वैसे तो सानू नहीं मिलाना चाहिए था। ना किधर सेम ही हां। सेम ही है। सेम ही है। ओ बापू बापू जी कुड़ी देख के आया कोई कमी नहीं की बस तू फटाफट ना ब्याह दी तरीक पक्की कर दे। ओए कुड़ी नू चंगी तरह वेखता लिया सी केहो जी है वो सब देख लिया बापू की दसा तेनू अर्शां दी परी है तेरी नू हाथ लाया तो मैली हुंदी है खोटा सिक्का कहिंदा ही ना मैनू पौंड बन के दिखाऊ तेनू तेरा जैली पौंड वो तो ने तेनू पसंद के मैं कर लिया। ओ बापू वो ता जमा ही मर गई तेरे मुंडे ते कहिंदी इन्ना सोहना सुनखा जवान गबरू ता सारे यूके च है नी और वो तो मैनू कोई समझ नहीं आ रहा तू की कह रहे हो तू समझ के की लेना है बापू बस तू आ चादरा छड़ के पेंट पाउण दी तैयारी कर फटाफट ना मेरे ब्याह दी तरीक पक्की कर दे बापू ओए तरीक पक्की कर दे बापू ओए कबड़ा हो गया तू तरीक ब्याह आराम ना गल कर बे पुत की करी जांदा बे प्यो नु क्यों फड़ी खड़ा बेबे बेबे जी ओ बेबे मैं तेनु ओ एक मिनट यार मेनू दसन दे भाई तेनु बहुत-बहुत बधाइयां होण ਹੁਣ ਆਪਾਂ ਜਿੱਦਾਂ ਰੀਤ ਦੀ ਮੰਗਣੀ ਕਰਨੀ ਆ ਨਾ ਉਹਦੇ ਤੇਰੇ ਪੁੱਤ ਦੀ ਮੰਗਣੀ ਕਰ ਦੇਣੀ ਆ ਇੱਕੋ ਦਿਨ ਉਹ ਕੀ ਬੋਲੀ ਜਾਂਦੇ ਹੋ ਨਾ ਕੁੜੀ ਦੇਖੀ ਨਾ ਕੁਝ ਹੋਰ ਉਹ ਬੇਬੇ ਮੈਂ ਸਾਰਾ ਕੁਝ ਦੇਖ ਲਿਆ ਤੇਰੀ ਨੂੰ ਵਰਗੀ ਆਲੇ ਦਾਲੇ ਪੱਚੀਆਂ ਪਿੰਡਾਂ 'ਚ ਨਹੀਂ ਹੋਣੀ ਬਾਬੇ ਬਈ ਗੱਲ ਇਦਾਂ ਹੋਈ ਆ ਕਿ ਬੁਲੈਤੋ ਇੱਕ ਕੁੜੀ ਆਈ ਆ ਤੇ ਤੇਰੇ ਮੁੰਡੇ ਨੂੰ ਪਸੰਦ ਕਰ ਬੈਠੀ ਆ ਸੱਚੀ ਤੂੰ ਸੱਚ ਕਹਿ ਰਿਹਾ ਵੀਰੇ ਲੈ ਹੋਰ ਉਹ ਮੈਂ ਸੋਚਿਆ ਉੱਥੇ ਤੈਨੂੰ ਕੋਈ ਨਾ ਕੋਈ ਸਾਹਮਣ ਵਾਲਾ ਵੀ ਚਾਹੀਦਾ ਕਿ ਨਹੀਂ ਬਈ ਮੁੱਖ ਦੀ ਗੱਲ ਇਹ ਆ ਕਿ ਆਉਂਦੇ ਬੁੱਧਵਾਰ ਨੂੰ ਆਪਾਂ ਇਹਨਾਂ ਦੋਨਾਂ ਦੀ ਮੰਗਣੀ ਕਰ ਦਿੰਦੇ ਆ ਤੇ ਦੋ ਦਿਨਾਂ ਬਾਅਦ ਵਿਆਹ ਕਰ ਦੇਵਾਂਗੇ ਬਿਲਕੁਲ ਠੀਕ ਹਾਏ ਮੇਰੇ ਰੱਬਾ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਉਹ ਬੇਬੇ ਕਦੇ ਇੱਕ ਤਾਈ ਤਾਂ ਯਕੀਨ ਕਰ ਲਿਆ ਕਰ ਰੱਬ ਦੇ ਪੁੱਤੇ ਬਸ ਚੁੱਪ ਕਰਕੇ ਮੇਰੇ ਸਿਰ ਤੇ ਹੱਥ ਰੱਖ ਦੇ ਬਸ ਉਹ ਬਾਪੂ ਤੂੰ ਵੀ ਰੱਖ ਦੇ ਹੁਣ ਦੇ ਆਸ਼ੀਰਵਾਦ ਦਿਲਜੀਤ ਤੂੰ ਮੈਨੂੰ ਕਿਹੜੀ ਵਿਚਾਰ ਚਰਚਾ ਲਈ ਇੱਥੇ ਸੰਦੇਸ਼ ਦੇ ਕੇ ਬੁਲਾਇਆ ਅਜੀ ਦਾ ਜਿਹੜਾ ਕੁਸ ਕੇ ਆਇਆ ਤੂੰ ਇਹਨੂੰ ਹੁਣ ਕਿਦਾਂ ਪੰਜਾਬੀ ਚ ਵੀ ਦੱਸ ਸਕਦੀ ਆ ਭਾਸ਼ਾ ਦੀ ਗਹਿਰਾਈ ਨੂੰ ਮਾਪਣਾ ਸਿੱਖ ਦਿਲਜੀਤ ਇਹ ਕਿਦਾਂ ਬੂਥੀ ਚੁੱਕੀ ਆਉਂਦੀ ਆ ਹੇ ਟੀਜੀ ਕੀ ਹਾਲ ਹੈ ਆਈ ਐਮ ਫਾਈਨ ਤੂੰ ਇੱਥੇ ਬੈਠਾ ਕੀ ਕਰਦਾ ਹੈ ਸ਼ੀ ਇਸ ਕੁਲਵੰਤ ਕੁਲਈ ਨਿਊ ਵਨ ਹਾਂ ਸ਼ਟ ਯਰ ਮਾਊਥ ਅਬ ਲੈਟ ਮੀ ਇੰਟਰੋਡਿਊਸ ਹਰ ਸ਼ੀ ਇਸ ਕੈਂਡੀ ਫਰਮ ਯੂਕੇ ਯਾ ਸ਼ੀ ਇਸ ਗੁੱਡ ਫਰੈਂਡ ਆਫ ਮਾਈਨ ਯੂਕੇ ਹਾਈ हेलो मैं क्या तू इत्थे भी कैरी ऑन है चिड़िया नु यूके छड़ के आया उना दा की बड़ू किदन दी गल्ला कर दी तू क्यों मेरे लिए प्रॉब्लम खड़ी कर दी है नो हनी मैं ता सगो तेनु प्रॉब्लम चो कड्डण आई हां ते पहले तू मेनू छड़िया फिर डॉली ते ओ बेचारी विंकी ओदा की कसूर सी ये पंजाबी कुड़ियां ते बड़ियां सिद्धियां होंदियां इना बेचारियां नु ता छड़ दे हे कुलवंत किथे चलीया अपने मुंह चो मेरे नाम का उच्चारण ना कर दिल जी पहला कहंदा सी हीर दी गल सुन सस्ती दा विस्तार कर तू ता रिश्तियां दी इमारत खोखला थम निकलिया तकेबाज है तू हुण मैं विदा लेनी है हे कुलवंत लिसन किते समाजिक ऑल्जन क्रिएट कर दी आ कहंदी किते तेरा दिमाग खराब है किदा पहली वारी जिंदगी च कोई कुड़ी मिली आ ना किदा उनू भी भजाता है तू लिसन हनी जेड़ी कुड़ी मेरी थोड़ी जी गल सुन के भज गई ਉਹ ਤੈਨੂੰ ਕੋਈ ਲਵ ਸ਼ਬ ਨਹੀਂ ਕਰਦੀ ਉਹ ਸਿਰਫ ਯੂਕੇ ਜਾਣਾ ਮੰਗਦੀ ਹੈ ਲਿਸਨ ਮੇਰੀ ਕੇਅਰ ਕਰਨ ਦੀ ਲੋੜ ਨਹੀਂ ਤੈਨੂੰ ਕਿਤੇ ਮੈਂ ਆਪਣੀ ਕੇਅਰ ਕਰ ਸਕਦਾ ਹਾਂ ਗੱਲਾਂ ਮਾਰਦੀ ਹੈ ਓਕੇ ਫਾਈਨ ਕੂਲ ਭਾਜੀ ਅੱਜ ਤੁਸੀਂ ਮੈਨੂੰ ਇੱਥੇ ਕਾਹਦੇ ਵਾਸਤੇ ਬੁਲਾਇਆ ਅਸੀਂ ਕਿੱਥੇ ਬੁਲਾਇਆ ਵੀਰ ਜੀ ਇਹ ਤਾਂ ਕੈਂਡੀ ਨੇ ਬੁਲਾਇਆ ਹੈ ਕਹਿੰਦੀ ਹੈ ਮੰਗਣੀ ਤੋਂ ਪਹਿਲਾਂ ਪਾਰਟੀ ਕਰਨੀ ਆ ਉਹ ਅੱਛਾ ਫਿਰ ਤਾਂ ਠੀਕ ਹੈ ਭਾਜੀ ਪਰ ਮੈਂ ਪਹਿਲਾਂ ਕਦੇ ਇਹੀ ਜਗ੍ਹਾ ਤੇ ਆਇਆ ਨਹੀਂ ਪਰ ਹੁਣ ਹੈ ਨਾ ਥਾਮਾ ਦੀ ਆਰਤ ਪਾਲਾ ਵੀਰ ਜੀ ਯੂਕੇ ਜਾ ਕੇ ਪਤਾ ਨਹੀਂ ਕੀ ਕੌਸ ਦੇਖਣਾ ਪੈਣਾ ਹੈ ਹੈਲੋ ਐਵਰੀਬਾਡੀ ਹੇ ਟੀਜੇ ਹਾਊ ਆਰ ਯੂ ਗੈਟ ਗੈਟ ਨਾਟ ਬੈਡ ਹਾਈ ਹਨੀ ਭਾਜੀ ਇਹ ਕੌਣ ਹੈ ਕੈਂਡੀ अच्छा 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 थोड़ी कैंडी हे जेली तुसी पहला सलवार कमीज नहीं पाउंदे सीगे ओ सलवार कमीज ता दिने पाउंदी आ रात नु एहो जे कपड़े पाउणे पेंदे आ ओ क्यों यूके च क्लब च डांसर आ सॉरी डार्लिंग
ਇਹਦੇ ਬਗੈਰ ਮੇਰਾ ਚੱਲਦਾ ਨਹੀਂ। ਨਾ ਪ੍ਰੋਬਲਮ, ਆਪਣੇ ਵੀਰ ਜੀ ਵੀ ਪੀਂਦੇ ਆ। ਹਾਂਜੀ। ਨਹੀਂ ਨਹੀਂ ਮੈਂ ਨਹੀਂ ਪੀਣੀ। ਕਿਉਂ? ਮੈਂ ਪੀਂਦੇ ਨਹੀਂ। ਇਸ ਓਕੇ ਕਿ ਜੇ ਪੀਂਦੇ ਨਹੀਂ ਤਾਂ ਆਪਾਂ ਫੋਰਸ ਥੋੜੋ ਕੱਟ ਸਕਦੇ ਆ। ਨੋ ਪ੍ਰੋਬਲਮਸ। ਟੀਜੇ ਮੈਂ ਪੂਰੇ 5 ਸਾਲ ਤੇਰੇ ਨਾਲ ਗੁਜ਼ਾਰੇ। ਹਾਂ ਯਾ। ਪਰ ਤੂੰ ਮੇਰੀ ਕੇਅਰ ਹੀ ਨਹੀਂ ਕੀਤੀ। ਬਟ ਨਾਓ ਆਮ ਸੌਰੀ। ਹੁਣ ਤਾਂ ਮੈਂ ਕਿਸੇ ਹੋਰ ਨਾਲ ਰਹਿਣਾ ਮੰਗਦੀ ਹਾਂ। ਇਸ ਓਕੇ ਕੈਂਡੀ। ਕਿਤੇ ਮੈਨੂੰ ਪਤਾ ਹੈ ਤੇਰਾ ਦਿਲ ਹੁਣ ਮੇਰੇ ਤੋਂ ਭੜ ਗਿਆ ਆ। ਗੋਹਰ ਤੇ ਵੀ ਤਾਂ ਕਿਦਾ ਆਪਣਾ ਹੀ ਵੀਰ ਭਰਾ ਆ। ਤੇ ਫਿਰ ਮੈਂ ਡਾਂਸ ਕਰ ਲਵਾਂ। ਕਿਹੜਾ ਗੋਇੰਦ ਡਾਂਸ? ਮੈਨੂੰ ਕੀ ਪੁੱਛਦੀ ਆ, ਵੀਰ ਜੀ ਨੂੰ ਪੁੱਛ ਲਾ। ਡਾਂਸ ਕਰ ਸਕਦੇ ਆ ਜੀ ਪਲੀਜ਼? ਵੈਸੇ ਤੂੰ ਮੈਨੂੰ ਤੰਗ ਤਾਂ ਬਹੁਤ ਕੀਤਾ ਆ, ਪਰ ਮੈਂ ਤੈਨੂੰ ਜਿੱਤੀ ਲਿਆ। ਤੂੰ ਤਾਂ ਜਿੱਤਿਆ ਕਿਉਂਕਿ ਮੈਂ ਹਾਰੀ। ਜੇ ਮੈਂ ਨਾ ਹਾਰਦੀ ਫੇਰ? ਫੇਰ ਮੈਂ ਤੇਰੀਆਂ ਮੱਚਾਂ ਚਾੜਨੀਆਂ ਸੀ ਰਾਂਝਾ ਸਟਾਈਲ। ਹੇ ਕੈਂਡਸ, ਕਿੱਦਾਂ ਆਇਆ ਨਹੀਂ ਤੇਰਾ ਪ੍ਰਾਹੁਣਾ? ਛੇੜਦਾ ਪਿਆ ਮੈਨੂੰ? ਅੱਛਾ ਸੁਣ, ਮੈਨੂੰ ਘਬਰਾਹਟ ਹੋ ਰਹੀ ਹੈ। ਵਾਈ? ਜੇ ਉਹ ਆ ਗਿਆ ਫਿਰ? ਜੇ ਉਹ ਆ ਗਿਆ ਤਾਂ ਠੀਕ ਹੀ ਆ, ਕਿਤੇ ਪਾ ਦੇਣੀ ਉਹਦੇ ਮੁੰਦਰੀ। ਤੂੰ ਨਾਲੀ ਚਿਪਕੇ ਜਾਊ। ਬਸ ਫਿਰ ਕਾਕਾ ਕਿੱਦਾਂ, ਥੱਲੇ ਨਹੀਂ ਉਤਰਦਾ, ਉੱਪਰ ਹੀ ਲੱਗੋ ਸੀਟ ਤੇ। ਉਹ ਬਰਾੜ ਸਾਹਿਬ, ਸ਼ਗਨ ਨੂੰ ਦੇਰ ਹੁੰਦੀ ਜਾ ਰਹੀ ਹੈ, ਬੁਲਾਓ ਨਾ ਕਾਕਾ ਜੀ ਨੂੰ। ਬਸ ਬਾਪੂ ਜੀ ਹੁਣੇ ਆਉਂਦਾ ਜੀ। ਭਲੀਏ ਲੋਕੇ ਕਿੱਥੇ ਗਿਆ ਤੇਰਾ ਚਾਨਣ ਚਿਰਾਗ? ਬਾਹਰ ਸਾਰੇ ਬੈਠੇ ਉਹਨੂੰ ਉਡੀਕੀ ਜਾਂਦੇ ਆ, ਚਾਹ ਹੁਣ ਬਾਹਰ ਲੈ ਕੇ ਆ। ਮੈਂ ਤਾਂ ਸਾਰਾ ਘਰ ਛਾਣ ਮਾਰਿਆ, ਮੈਨੂੰ ਤਾਂ ਕਿਤੇ ਨਹੀਂ ਦੇਖਿਆ। ਹੁਣੇ ਰੂਲੇ ਨੂੰ ਭੇਜਿਆ ਕਿ ਚਾਹ ਨੂੰ ਲੱਭ ਕੇ ਲੈ ਕੇ ਆ। ਸਾਡਾ ਜੀ ਖੇਤੋਂ ਮੈਂ ਛੁਪਾ ਬੈਠਾ। ਭਲੀ ਲੋਕੇ ਤੂੰ 5 ਮਿੰਟ ਸਾਮ, ਮੈਂ ਉਹਨੂੰ ਲੈ ਕੇ ਆਉਣਾ। ਜੈਲੀ, ਓ ਜੈਲੀ, ਓ ਜੈਲੀ ਪੁੱਤ, ਓ ਪੁੱਤ ਜੈਲੀ, ਓ ਪੁੱਤ ਘਰ ਪਰਾਉਣੇ ਆਏ ਬੈਠੇ ਆ, ਤੂੰ ਇੱਥੇ ਬੈਠਾ ਹੀ ਕਰਨ ਦਿਆ? ਹੈ, ਚਲਾ ਜਾ ਬਾਹਰ ਆ ਜਾ। ਮੈਂ ਨਹੀਂ ਆਉਣਾ। ਪੁੱਤਰ ਸ਼ਗਨ ਦੀ ਤਿਆਰੀ ਹੋਈ ਬੈਠੀ ਆ, ਚਲਾ ਜਾ ਮੇਰਾ, ਆ ਜਾ ਮੇਰਾ ਪੁੱਤ। ਉਹ ਜਦ ਮੈਂ ਕਹਿਤਾ ਇੱਕ ਵਾਰੀ ਮੈਂ ਨਹੀਂ ਆਉਣਾ। ਮੈਂ ਨਹੀਂ ਆਉਣਾ? ਓ ਪੁੱਤ, ਮਾਂ ਤੇਰੀ ਪੈਂਟਾ ਸਵਾਈ ਬੈਠੀ ਆ ਲੰਡਨ ਜਾਣ ਨੂੰ, ਹੈ? ਓ ਮੈਂ ਸੂਟ ਸਵਾਉਣ ਦੀ ਤਿਆਰੀ ਕਰਨ ਦਿਆ, ਹੈ? ਇੰਨੀ ਸੋਹਣੀ ਕੁੜੀ ਨਾਲ ਤੇਰਾ ਵਿਆਹ ਹੋ ਰਿਹਾ, ਚਲਾ ਜਾ ਮੇਰੇ ਪੁੱਤ, ਆ ਜਾ। ਓ ਬਾਪੂ, ਮੈਂ ਨਹੀਂ ਉਹ ਕੁੜੀ ਨਾਲ ਵਿਆਹ ਕਰਾਉਣਾ। ਚੱਲ ਨਾ ਕਰੇ, ਬਾਹਰ ਤਾਂ ਆ ਪੁੱਤ। ਓਏ ਬਾਹਰ ਆ ਜਾ, ਜਿਵੇਂ ਕਹੇਗਾ ਮੈਂ ਕਰ ਲੂੰਗਾ। ਵਾਦਾ ਕਰ, ਨੇਮ ਚੱਕ ਵੀ, ਪੱਕਾ ਮੇਰਾ ਵਿਆਹ ਤਾਂ ਨਹੀਂ ਹੋਣ ਦਿੰਦਾ ਫਿਰ? ਚੱਲ ਜਿਵੇਂ ਤੂੰ ਕਹੇਗਾ ਮੈਂ ਉਦਾਂ ਹੀ ਕਰ ਲੂੰਗਾ। ਪੱਕਾ? ਆ ਜਾ ਦੇਖ ਲੈ। ਓ ਪੁੱਤ ਆ ਨਾ, ਆ ਜਾ ਆ ਜਾ ਆ ਜਾ। ਚੁੱਪ ਕਰਕੇ ਤੁਰਦਾ ਕਿ ਭੈਣ ਨੂੰ, ਹੈ? ਨਹੀਂ ਤਾਂ ਮੈਂ ਤੈਨੂੰ ਛਤਰਾਉਣ ਕਰਦਾ ਲੈ ਕੇ ਜਾਊਂਗਾ। ਮੈਨੂੰ ਹੁਣ ਸੂਤ ਆਇਆ ਤੂੰ ਬਾਪੂ। ਹਾਂ ਲੈ ਫੜ ਲੈ। ਓਏ ਗੰਦਗੀਆਂ ਲਾ ਦੇ, ਕਿੱਥੇ ਜਾਏਗਾ ਭੱਜ ਕੇ ਪੁੱਤ? ਓ ਬਾਪੂ, ਆਈਦਿਆਂ ਨੂੰ ਬਾਹਰ ਨਿਕਲ ਜਾਂਦੇ ਹੁੰਦੇ ਆ, ਕੰਜਰਾ ਲੱਗ ਰਿਹਾ ਨਾ। ਓਏ ਕਿੱਥੇ ਭੱਜਦਾ ਕਰ? ਓਏ ਭੱਜਣ ਤੇ ਮੈਂ ਤੈਨੂੰ ਨਹੀਂ ਗੱਡਾ, ਗੰਦਗੀਆਂ ਲਾ ਦੇ, ਲੜੜ ਤਾਂ ਮੈਂ ਤੈਨੂੰ ਪੁੱਤ ਭੇਜ ਕੇ ਰਹੂੰਗਾ। ਓਏ ਇੰਨੀ ਬੀਬੀ ਕੁੜੀ ਮਿਲੀ ਆ ਤੈਨੂੰ, ਹੈ? ਤੂੰ ਕੀ ਕਹਿਣਾ ਮੈਂ ਨਾ ਮਾਨੂੰ? ਓਏ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇਰਾ? ਓਏ ਦਿਮਾਗ ਤਾਂ ਮੇਰਾ ਹੁਣ ਕੰਮ ਕਰਨ ਲੱਗਿਆ ਬਾਪੂ। ਓਏ ਉਹ ਬੀਬੀ ਬੁੱਬੀ ਕੁੜੀ ਕੋਈ ਨਹੀਂ, ਉਹ ਤਾਂ ਭੜਕਦੀ ਆਤਮਾ, ਭੜਕਦੀ ਆਤਮਾ। ਓਏ ਸਾਲਿਆ, ਨਸ਼ਾ ਜ਼ਿਆਦਾ ਤੇ ਨਹੀਂ ਕਰ ਲਿਆ ਤੂੰ? ਉਹ ਨਸ਼ਾ ਤਾਂ ਸਾਰਾ ਉਹਨੇ ਲਾਤਾ ਮੇਰਾ। ਓਏ ਗੰਦਗੀ ਔਲਾਦੇ, ਓਏ ਪੁੱਠੀ ਮਤ ਵਾਲਿਆ, ਓਏ ਲੋਕ ਤਾਂ ਬੀਬੀ ਲੱਕ ਦਿੰਦੇ ਬਾਹਰ ਜਾਣ ਨੂੰ, ਤੇ ਤੂੰ ਆਪਣੇ ਪਿਓ ਨੂੰ ਕੰਜਰਾ ਖੇਤਾਂ ਨੂੰ ਭਜਾਈ ਫਿਰਦਾ। ਓਏ ਬਾਪੂ, ਜੇ ਕੋਈ ਮੈਨੂੰ 20 ਲੱਖ ਨਾਲ ਵੀ ਦੇਵੇ ਨਾ, ਮੈਂ ਤਾਂ ਵੀ ਨਹੀਂ ਜਾਂਦਾ। ਓਏ ਤੋਬ ਹੈ ਮੇਰੀ, ਓਏ ਤੂੰ ਮੇਰੀ ਮਾਂ ਮੰਗ ਰਹੀ ਜਾਂ। ਓਏ ਬਾਪੂ, ਚੱਲਦੇ 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 ਚੱਲਦੇ। ਓਏ ਤੇਰੇ ਵਰਗੀ ਔਲਾਦਾਂ ਜੰਮੇ ਕਿਸੇ ਦੇ? ਓਏ ਤੂੰ ਤਾਂ ਮੇਰਾ ਮੂੰਹ ਕਾਲਾ ਕਰਾਤਾ, ਵਾਪਸ ਆ ਜਾ ਕੰਜਰਾ। ਓਏ ਫਿੱਟੇ ਮੂੰਹ ਤੇਰਾ ਨਨੇਕਾ। ਓਏ ਕੰਜਰਾ, ਮੈਂ ਲੋਕਾਂ ਨੂੰ ਕੀ ਮੂੰਹ ਖਾਊਂਗਾ? ਰੱਬ ਕਿਸੇ ਨੂੰ ਇਹੋ ਜਿਹੀ ਔਲਾਦ ਨਾ ਦੇਵੇ, ਭਲਾ ਹੋ ਜਾਵੇ ਤੇਰਾ। ਮੈਂ ਕਿਹਾ ਜੀ ਕੀ ਹੋਇਆ, ਕਿੱਥੇ ਚੱਲੀ? ਟੱਠੇ ਖੂਹ ਚ।
खेप आ गया सिर च मेरे। की गल भाई भराड़ साहब, तुसी तो कल्ले ही तुरी आ रहे हो, मुंडा कित्थे है? की दसा बापू जी, कल जा मुंह नूं आउंदा ओ कुड़ियां भाई दियां तां सुनिया सी, मुंडा भाई दा पहली बार वेख्या। किस्मत ही माड़ी है बापू जी, मुंडा भज गया मेरा। मुंडा भज गया मतलब? बट अंकल जी, ये कैंडी का की होगा? ये तो असी स्पेशल मंगाई है यूके तो ब्याह ले। हैं जी, मैनू माफ कर दीती है, मैं तेरा गुनाहगार हाँ। एक गल दसा पुत्र, वो मुंडा ही तेरे लायक नहीं सी? मेरा ते सारा फ्यूचर ही स्पॉइल हो गया अंकल, बट की कर सकते हैं, इहदे च तुहाडा भी ते कोई कसूर नहीं है। क्यों दी रहा पुत्र, क्यों दी रहा? किदां हुण खुश हैं? No. Why? Come here. ले, उठे तो किधर सारा हुन गॉट होया या? हुन की कहना मांग दिया? गॉटिया? मैं मंगनी करना मांग दिया। जेली तो किधर पाज गया या? हुन ऐसे ले मुंडा की तो लाभ के लिए आना है तेरे आस्ती में? तू है ना? Hey, kidding? मजाक कर दिया किधर? हैं? और कोई नहीं लब्बा तेनू जोका मारना आस्ते? लब्दी ता मैं कदों दी फिर दिया, तू ही मेरे काबू नहीं आया अज तक। कैंडी, आ किदां दियां गल्लां करदियां तू? किदां इदां थोड़ो हुंदा या? गल्लां शल्लां कुछ नहीं, चुप करके मेरे कोल मुंदरी पवा ले, नहीं तां सारिआं नूं दस्सांगे इह सब ड्रामा सी, ते उह विचारा रूप उहदी मंगनी वी तुड़वा दांगे। कैंडी, तू इदां किदां कर सकदी आ? किते जुल्म आ। हुण गुड बॉय दी तरह मेरे नाल वाली सीट ते आ के बैठ जा, ओके? सोच ले। कैंडी, एक्सक्यूज। Excuse me, ladies and gentlemen. Hey, Candy. Cool. I'm sitting. Sit. किधर मैं किधर पच जाया तेरे कोले बैठा हूँ? किजे, तू इतने क्यों बैठे? आ तेरी चेयर नहीं है। किधर जी तू आ चेयर ते बैठा मांगता है ना? तो मिनू यो चेयर ते बैठा पहना है। किधर जी मैं इस चेयर ते ना बैठे तूने दुआ नू खाली हथी जहाँ चिड़ा देने किधर समझिया कारो? जेले बीरे ने तो अचानक व्याली ना करती है, पर मेरा फ्रेंड डीजे व्याली तैयार है, ते कैंडी भी। किसे नू कोई प्रॉब्लम या? ना पुत्र ना, अतराज का था। ओए तू तो मेरे सिर तो बहुत बड़ा बोझ लाता पुत्रा, पहला मैं एक थी तोरनी सी, हुण मैं दो विदा कर दूं, हैं?